ਲਾਲੀ ਭੈਣ ਜੀ ਜ਼ੀ ਨਿਊਜ਼ ਲਾ ਕੇ ਵੇਖੋ, 15 ਨਕਲੀ ਦਵਾਈਆਂ ਬਣਾਉਣ ਵਾਲੇ ਫੜੇ ਗਏ ਨੇ। ਉਹ ਛਿੱਤਰ ਪੈ ਰਹੇ ਨੇ, ਉਹ ਛਿੱਤਰ ਪੈ ਰਹੇ ਨੇ। ਕੰਮ ਤਾਂ ਮੈਨੂੰ ਤੁਹਾਡਾ ਵੀ ਛਿੱਤਰਾਂ ਵਾਲਾ ਲੱਗਦਾ। ਭੈਣ ਜੀ ਕੁਛ ਤਾਂ ਸ਼ਰਮ ਕਰੋ, ਇੰਨੀ ਬਣੀ ਬਣਾਈ ਹੈ ਤੁਹਾਡੀ ਇਸ ਇਲਾਕੇ 'ਚ, ਰੱਬ ਦਾ ਡਰ ਨਹੀਂ ਤਾਂ ਘੱਟੋ ਘੱਟ ਆਪਣੀ ਰੈਪੂਟੇਸ਼ਨ ਦਾ ਤਾਂ ਖਿਆਲ ਕਰ ਲਓ। ਭੈਣ ਜੀ ਜਦੋਂ ਤੁਹਾਡੇ ਸੈੱਲ ਮੁੱਕ ਜਾਣ ਤਾਂ ਮੈਨੂੰ ਦੱਸ ਦਿਓ। ਤੁਹਾਨੂੰ ਤਾਂ ਨਾ ਚੁੱਪ ਕਰਾਉਣ ਲਈ ਇੱਕ ਬਟਨ ਹੋਣਾ ਚਾਹੀਦਾ, ਬਿਨਾਂ ਗੱਲ ਦਾ ਸਿਰ ਪੈਰ ਜਾਣਿਆ ਹੀ ਬੋਲੀ ਜਾਂਦੇ ਹੋ। ਸਿਰ ਪੈਰ ਦਾ ਕਿਉਂ ਨਹੀਂ ਪਤਾ? ਆ ਜਿੱਦਾਂ ਦੇ ਤੁਸੀਂ ਨਕਲੀ ਕੈਪਸੂਲ ਬਣਾ ਰਹੇ ਹੋ ਨਾ, ਐਂਡ ਸੇਮ ਟੂ ਸੇਮ ਸੀਨ ਦਿਖਾ ਰਹੇ ਸੀ ਟੀਵੀ 'ਚ, ਘੱਟੋ ਘੱਟ ਆਪਣੇ ਹਸਬੈਂਡ ਦਾ ਤਾਂ ਖਿਆਲ ਕਰ ਲਓ। ਉਹਨਾਂ ਦਾ ਖਿਆਲ ਕਰਕੇ ਇਹ ਕੈਪਸੂਲ ਬਣਾ ਰਹੀ ਹੈ, ਬਲਕਿ ਇਹ ਤਾਂ ਕੈਪਸੂਲ ਹੀ ਉਹਨਾਂ ਲਈ ਨੇ, ਇਹ ਸ਼ੂਗਰ ਦੇ ਕੈਪਸੂਲ ਨੇ। ਪ੍ਰੋਫੈਸਰ ਸਾਹਿਬ ਨੂੰ ਸ਼ੂਗਰ ਹੈ? ਚਲੋ ਸ਼ੁਕਰ ਹੈ, ਇਹਨਾਂ ਨੂੰ ਵੀ ਸ਼ੂਗਰ ਹੈ, ਘੱਟੋ ਘੱਟ ਇਹਨਾਂ ਨੂੰ ਫਿੱਕੀ ਚਾਹ ਪੀਣ ਲਈ ਕੰਪਨੀ ਮਿਲ ਜੂਗੀ। ਭੈਣ ਜੀ ਮੈਨੂੰ ਲੱਗਦਾ ਲੱਕੀ ਭਾਜੀ ਨੂੰ ਨੀਂਦ ਹੀ ਨਹੀਂ ਆਉਂਦੀ ਹੋਣੀ, ਤੁਸੀਂ ਤਾਂ ਸੁੱਤੇ ਪਏ ਵੀ ਬੋਲੀ ਜਾਂਦੇ ਹੋਵੋਗੇ। ਇੱਕ ਵਾਰ ਨਾ ਮੈਨੂੰ ਕਾਲਜ ਦੇ ਡਰਾਮੇ 'ਚ ਗੂੰਗੀ ਦਾ ਰੋਲ ਦਿੱਤਾ ਸੀ, ਮੈਂ ਚੱਲਦੇ ਡਰਾਮੇ 'ਚ ਹੀ ਬੋਲ ਪਈ, ਸਾਡਾ ਡਰਾਮਾ ਹੀ ਹਾਰ ਗਿਆ। ਦਰਅਸਲ ਦਵਾਈ ਨਹੀਂ ਹੈ, ਖੰਡ ਪੀਸੀ ਹੈ, ਮੈਂ ਖਾਲੀ ਕੈਪਸੂਲਾਂ 'ਚ ਖੰਡ ਪਾ ਕੇ ਸ਼ੀਸ਼ੀ ਭਰ ਲੈਂਦੀ ਹਾਂ। ਤੁਹਾਨੂੰ ਤਾਂ ਪਤਾ ਹੀ ਹੈ ਬਈ ਮੇਰੇ ਸਰਦਾਰ ਜੀ ਬਹੁਤ ਵਹਿਮੀ ਨੇ, ਅੱਜ ਕੱਲ੍ਹ ਉਹਨਾਂ ਨੂੰ ਵਹਿਮ ਹੋਇਆ ਹੈ ਕਿ ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਮੈਂ ਉਹਨਾਂ ਨੂੰ ਇਹ ਨੀਂਦ ਦੇ ਕੈਪਸੂਲ ਕਹਿ ਕੇ ਦਵਾਈ ਦੇ ਦਿੰਦੀ ਹਾਂ, ਤੇ ਉਹਨਾਂ ਨੂੰ ਵੀ ਇਹਦੇ ਤੇ ਇੰਨਾ ਯਕੀਨ ਹੈ ਕਿ ਇਹ ਕੈਪਸੂਲ ਤਾਂ ਬਸ ਉਹ ਮੂੰਹ 'ਚ ਰੱਖਦਾ ਹੀ ਹੈ, ਪਾਣੀ ਤਾਂ ਉਹਨਾਂ ਨੂੰ ਸੁੱਤਿਆਂ ਨੂੰ ਪਿਲਾਉਣਾ ਪੈਂਦਾ ਹੈ। ਹੈ ਤਾਂ ਕੁੱਕੀ ਭਾਈ ਸਾਹਿਬ ਇੱਕ ਨੰਬਰ ਦੇ ਵਹਿਮੀ, ਤੇ ਹੋਰ ਕੰਧਾਂ ਤੋਂ ਵੈਦਾਂ ਹਕੀਮਾਂ ਤੇ ਡਾਕਟਰਾਂ ਦੇ ਨੰਬਰ ਪੜੀ ਜਾਓਗੇ, ਕਹਿੰਦੇ ਪਤਾ ਨਹੀਂ ਕਦੋਂ ਬੰਦੇ ਨੂੰ ਕਿਹੜੀ ਬਿਮਾਰੀ ਲੱਗ ਜਾਏ, ਨੰਬਰ ਤਾਂ ਪਤਾ ਹੀ ਹੋਣੇ ਚਾਹੀਦੇ ਨੇ ਨਾ। ਇਹਨਾਂ ਨੂੰ ਚਾਹੇ ਇਹ ਨਾ ਪਤਾ ਹੋਵੇ ਕਿ ਇਸ ਇਲਾਕੇ ਦਾ MLA ਕੌਣ ਹੈ, ਪਰ ਇਹਨਾਂ ਨੂੰ ਇਹ ਜ਼ਰੂਰ ਪਤਾ ਹੁੰਦਾ ਹੈ ਕਿ ਕਿਹੜੇ ਦੇਸ਼ 'ਚ ਕਿਸ ਵਕਤ ਕਿਹੜੀ ਬਿਮਾਰੀ ਫੈਲੀ ਹੋਈ ਹੈ। ਪਿੱਛੇ ਜੇ ਬਰਡ ਫਲੂ ਫੈਲਿਆ ਸੀ ਨਾ, ਅਖਬਾਰ 'ਚ ਖਬਰਾਂ ਆਉਂਦੀਆਂ ਹੁੰਦੀਆਂ ਸੀ, ਤਾਂ ਅਖਬਾਰ ਪੜ੍ਹ ਕੇ ਹੱਥ ਧੋਂਦੇ ਸੀ। ਖੈਰ ਭੈਣ ਜੀ ਮੈਂ ਚੱਲੀ ਹਾਂ ਪੇਕੇ ਨਿਆਣਿਆਂ ਨੂੰ ਨਾਨਕਿਓਂ ਲੈਣ, ਤੇ ਮੈਂ ਇਹ ਕਹਿਣ ਆਈ ਸੀ ਕਿ ਮੇਰੇ ਮਗਰੋਂ ਤੁਸੀਂ ਇਹਨਾਂ ਦੀ ਕੇਅਰ ਕਰ ਲਈਓ। ਰੋਟੀ ਪਾਣੀ ਦੀ ਤਾਂ ਫਿਕਰ ਤੁਸੀਂ ਕਰੋ ਨਾ, ਉਹ ਤਾਂ ਮੈਂ ਕਰ ਲਾਂਗੀ, ਬਾਕੀ ਤੁਹਾਡੇ ਜਿੰਨੀ ਕੇਅਰ ਨਹੀਂ ਹੋਣੀ, ਬਈ ਲੱਕੀ ਪਾਜੀ ਪੀ ਕੇ ਗਮਲਿਆਂ 'ਚ ਡਿੱਗੇ ਪਏ ਹੋਣ ਤੇ ਮੈਂ ਉਹਨਾਂ ਨੂੰ ਕੁੜੀਸ ਕੁੜੀਸ ਕੇ ਅੰਦਰ ਪਾਵਾਂ। ਭੈਣ ਜੀ ਤੁਸੀਂ ਕਰ ਸਕਦੇ ਹੋ। ਚਲੋ ਜੋ ਵੀ ਨੇ, ਹੈ ਤਾਂ ਮੇਰੇ ਸਵੀਟ ਹਾਰਟ ਹੀ, ਮੈਂ ਚਲਦੀ ਆ ਭੈਣ ਜੀ, ਤੇ ਤੁਸੀਂ ਨਕਲੀ ਕੈਪਸੂਲ ਬਣਾਓ ਤੇ ਆਪਣੇ ਵਹਿਮੀ ਹਸਬੈਂਡ ਨੂੰ ਚੈਨ ਦੀ ਨੀਂਦ ਸੁਆਓ। ਚਲੋ ਜੋ ਵੀ ਹੈ, ਹੈ ਤਾਂ ਮੇਰੇ ਸਵੀਟ ਹਾਰਟ। ਅੱਛਾ ਭੈਣ ਜੀ ਭਾਂਡਾ ਤਾਂ ਲਿਆਓ, ਦੁੱਧ ਮੈਂ ਤੁਹਾਡੀ ਝੋਲੀ 'ਚ ਪਾਵਾਂ। ਭਾਂਡਾ ਤਾਂ ਮੈਂ ਬਾਅਦ 'ਚੋਂ ਲਿਆਉਂ, ਪਹਿਲਾਂ ਤੂੰ ਤਾਂ ਮੁਹੱਲੇ 'ਚੋਂ ਕਿਸੇ ਦਾ ਭਾਂਡਾ ਪਾਨ। ਮਤਲਬ ਇਹ ਕਿ ਤੂੰ ਇੱਕ ਹਫ਼ਤੇ ਤੋਂ ਮੈਨੂੰ ਕੋਈ ਖ਼ਬਰ ਨਹੀਂ ਸੁਣਾਈ। ਦੇਖੋ ਜੀ ਮੈਂ ਦੁੱਧ ਬਗੈਰ ਤਾਂ ਦਿਹਾੜੀ ਕੱਟ ਸਕਦੀ ਹਾਂ, ਪਰ ਚੁਗਲੀ ਬਗੈਰ ਨਹੀਂ ਕੱਟ ਸਕਦੀ। ਕੋਈ ਖ਼ਬਰ ਸੁਣਾ ਜੀ। ਪਿਛਲੇ ਹਫ਼ਤੇ ਤੋਂ ਤੁਹਾਡੀ ਹੀ ਖ਼ਬਰ ਪੂਰੇ ਮੁਹੱਲੇ ਨੂੰ ਸੁਣਾ ਰਿਹਾ ਮੈਂ। ਹਾਏ ਸਾਡੀ ਕਿਹੜੀ ਖ਼ਬਰ? ਉਹੀ ਜੀ, ਹੁਣ ਸਰਦਾਰ ਜੀ ਨੂੰ ਵਹਿਮ ਹੋ ਗਿਆ, ਕੈਪਸੂਲ ਖਾਏ ਬਿਨਾਂ ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਸਾਡੀ ਖ਼ਬਰ ਲੋਕਾਂ ਨੂੰ ਸੁਣਾਇਆ, ਪਰ ਕਿਸੇ ਦੀ ਗੱਲ ਤੂੰ ਮੈਨੂੰ ਨਹੀਂ ਸੁਣਾਈ। ਤੁਸੀਂ ਉਹ ਖ਼ਬਰ ਸੁਣਿਆ ਜੀ ਸੰਧੂਆਂ ਦੀ? ਕੀ ਹੋਇਆ ਸੰਧੂਆਂ ਨੂੰ? ਉਹਨਾਂ ਨੂੰ ਨਵੀਂ ਕਾਰ ਮਿਲੀ ਸੀ ਨਾ ਮੁੰਡੇ ਦੇ ਦਾਜ ਵਿੱਚ। ਹਾਂ ਹਾਂ, ਚੋਰੀ ਹੋ ਗਈ। ਅੱਛਾ ਫੇਰ? ਫੇਰ ਕੀ ਵਿਚਾਰੇ ਸਲਾਹ ਬਣਾ ਰਹੇ ਨੇ ਨਵੀਂ ਕਾਰ ਲੈਣ ਦੀ? ਨਹੀਂ ਨਹੀਂ ਨਹੀਂ, ਮੁੰਡੇ ਦਾ ਵਿਆਹ ਦੁਬਾਰਾ ਕਰਨ ਦੀ। ਇਹ ਵੀ ਕੋਈ ਖ਼ਬਰ ਹੋਈ? ਤੂੰ ਤਾਂ ਮੈਨੂੰ ਕਿਸੇ ਦੇ ਨਸਣ ਦੀ ਭੱਜਣ ਦੀ ਉਜੜਨ ਦੇ ਬੱਸਣ ਦੀ ਖ਼ਬਰ ਸੁਣਾ। ਲਓ ਜੀ ਇਹ ਖ਼ਬਰ ਤੁਹਾਡੇ ਬਿਲਕੁਲ ਮੇਚ ਆਊਗੀ। ਉਹ ਕੋਠੀ ਨੰਬਰ 45 ਵਾਲੇ ਭੁੱਲਰ ਹੈ ਨਾ ਭੁੱਲਰ, ਉਹਨਾਂ ਦਾ ਆਪਣੀ ਵੋਟੀ ਨਾਲ ਤਲਾਕ ਹੋ ਰਿਹਾ ਹੈ। ਉਹਦੀ ਵੋਟੀ ਪੰਮੀ ਭੁੱਲਰ? ਮੈਂ ਵੀ ਸੁਣਿਆ ਕਿ ਭੁੱਲਰੀ ਹੌਲੀ ਹੌਲੀ ਭੁੱਲਰ ਨੂੰ ਭੁੱਲ ਰਹੀ ਹੈ ਤੇ ਕਿਸੇ ਹੋਰ ਦੇ ਪਿਆਰ ਵਿੱਚ ਘੁਲ ਰਹੀ ਹੈ। ਭੁੱਲਰੀ ਦੇ ਬੰਦੇ ਦਾ ਪਤਾ ਕਰਕੇ ਆ, ਮੈਂ ਨਾ ਡੋਲੂ ਮਾਂਜ ਕੇ ਰੱਖਦੀ ਹਾਂ, ਆਂਦੀ ਵਾਰ ਦੁੱਧ ਦੇ ਜਾਈ। ਨਾਲੇ ਸੁਣ, ਜੇ ਤੂੰ ਨਾ ਪਤਾ ਕੀਤਾ ਤਾਂ ਅੱਜ ਤੋਂ ਤੇਰਾ ਦੁੱਧ ਬੰਦ। ਇਹਨਾਂ ਖ਼ਬਰਾਂ ਦੇ ਲਾਲਚ ਕਰਕੇ ਤਾਂ ਮੈਂ ਤੇਰੇ ਕੋਲ ਸਪਰੇਟਾ ਦੁੱਧ ਲੈਣੀ ਆ, ਨਹੀਂ ਤਾਂ ਮਰ ਜਾਣੀ ਆ, ਬਾਜ਼ਾਰੋਂ ਚੰਗਾ ਦੁੱਧ ਨਹੀਂ ਮਿਲਦਾ। ਨਾ ਕਰ, ਜਾ ਦਫਾ ਹੋ, ਮੇਰੀ ਸ਼ਕਲ ਕੀ ਦੇਖੀ ਜਾਂਦਾ ਹੈ, ਜਾ ਛੇਤੀ ਪਤਾ ਕਰੀ। ਇਹਨਾਂ ਨੂੰ ਬ੍ਰੇਕਫਾਸਟ ਬਏ ਦੁੱਧ ਦਾ ਹੀ ਕਰਾ ਦਿੰਦੀ ਆ, ਭਈ ਇਹਨਾਂ ਨੂੰ ਕੀ ਪਤਾ ਲੱਗਣਾ। ਪੰਡਿਤ ਜੀ ਸਹੀ ਸਹੀ ਦੱਸੋ,
लाइफ लाइन देखो जरा उम्र की निकलमी होएगी अपनी रेखा देख के दसो को रुकावट तो नहीं पर छाती बड़ी पीड़ू दे रही अपने छाती च सुपने जी हो रही थी सची मुची हो रही है मेरे नहीं वो पीड़ सुपने जी हो रही थी पर मैं पता नहीं क्यों लगी जाता कि छाती च पीड़ सची मुची हो रही जद के हो नहीं रही पर दूजी गल भी है कि मैं अलार्म कादे वास्ते लाया सी ओ हाँ राती एक दवाई लभी सी पुरानी कोई तो मैं सोचा भी सवेरे उठ के खावांगे पर दवाई है कादी सी हाँ दवाई तो मैं पता नहीं सी कादी है भी मैं सोचा सी भी चलो सवेरे उठ के दवाई खा लांगे कोई ना कोई असर तो करेगी पीड़ फिर महसूस हो जाती पता नहीं हैगी महसूस हो रही पर आप रिस क्यों लेना जी होवे ना होवे एक बार डॉक्टर नु विखाना चाहिए जे सवेरे उठी पे हाँ डॉक्टर मित्र नु विखाई आने जाके भाई छाती की पीड़ है कि दिल का मामला ही ना होवे मान साहब तुम तो लिहाज कर लो तुम कोई डराउंड अगे जोशी थोड़ी जान कट गया मेरी मैं क्या जी कर लो तैयारी तेरा बेड़ा तरजे हुण तू कादी तैयारी कराई जानी सिर फिर मैनू अब की गल तू भी सेम ही सुपना वेख लिया तेनों भी जोशी सुपने सेम ही गल कह गया केड़ा सुपना केड़ा ज्योतिषी मैं तो तुहानू कह रही हां कि गोभी दे परौंठे तैयार ने हाथ मुंह धो के ब्रश कर लो वैसे नान ते तो तुसी घट ही शौकीन हो मेरे चार तौलिए पाट जांदे ने तुहाडे तां पहले दा भी स्टिकर नहीं उतरिया हुंदा ओ लाली डार्लिंग दरअसल गल इह है कहिंदी है कि पंज शनाना महाग्याना नित नहाउण दलिद्री वैसे भी किसी स्याणे ने मैनूं इह गल दस्सी सी कि ज्यादा नहाउण नाल ना ब्लड प्रैशर ते बड़ा असर पैंदा है हुण तूं आप वेख घोड़े शेर चीते किते नहाउंदे आ ਕਿਦਾਂ ਤਗੜਦਮ 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 ਭੱਜੇ ਫਿਰਦੇ ਆ ਚਲੋ ਮੇਰੇ ਘੋੜੇ ਸ਼ੇਰ ਚੀਤੇ ਜੀ ਪਕਵਾਨ ਤਿਆਰ ਨੇ ਭੋਗ ਲਾਣ ਦੀ ਕਿਰਪਾ ਕਰੋ ਲਓ ਪਹਿਲਾਂ ਮੈਂ ਡਾਕਟਰ ਮਿੱਤਲ ਵੱਲ ਜਾ ਰਿਹਾ ਉਹ ਕਿਉਂ ਆ ਸਵੇਰ ਦਾ ਖਾਣਾ ਡਾਕਟਰ ਮਿੱਤਲ ਵੱਲ ਹੈ ਨਹੀਂ ਐਕਚੁਅਲੀ ਅੱਜ ਸਵੇਰ ਦੀ ਦਵਾਈ ਮੇਰੀ ਡਾਕਟਰ ਮਿੱਤਲ ਵੱਲ ਹੈ ਜਿਹੜੇ ਮੈਂ ਲੱਪ ਲੱਪ ਘਿਓ ਨਾਲ ਚੋਪੜ ਕੇ ਪਰੌਂਠੇ ਬਣਾਏ ਨੇ ਉਹ ਖਾਓ ਬੰਦੇ ਬਣ ਕੇ ਕੀ ਗੱਲ ਕਰਦੀ ਹੁੰਦੀ ਯਾਰ ਤੂੰ ਹੈ ਕਮਾਲ ਦੀ ਗੱਲ ਐਸ ਕੰਡੀਸ਼ਨ 'ਚ ਤੈਨੂੰ ਪਰੌਂਠੇ ਸੁੱਝ ਰਹੇ ਨੇ ਕਮਾਲ ਕਰ ਰਹੀ ਹੈ ਤੂੰ ਇਹ ਪਰੌਂਠੇ ਦਾ ਨਾਂ ਨਾ ਲੈ ਤੈਨੂੰ ਮੈਂ ਦੱਸਾਂ ਵੈਸੇ ਵੀ ਪਰੌਂਠਾ ਠਾ ਕਰਕੇ ਵੱਜਦਾ ਮੇਰੇ ਸੀਨੇ ਦੇ ਵਿੱਚ ਮੈਂ ਪਹਿਲਾਂ ਡਾਕਟਰ ਮਿੱਤਲ ਕੋਲ ਜਾਵਾਂਗਾ ਥੋਰਲੀ ਚੈੱਕਅਪ ਕਰਾਵਾਂਗਾ ਫਿਰ ਕਿਸੇ ਚੀਜ਼ ਨੂੰ ਮੂੰਹ ਲਾਵਾਂਗਾ ਦੈਟਸ ਇਟ ਚੁੱਪ ਚਾਪ ਬ੍ਰੇਕਫਾਸਟ ਕਰੋ ਕਿਤੇ ਨਹੀਂ ਇਹ ਪਰੌਂਠੇ ਤੁਹਾਡੇ ਐਕਸਰੇਆਂ 'ਚ ਆਉਣ ਵਾਲੇ ਵੈਸੇ ਬਾਈ ਦ ਵੇ ਅੱਜ ਕਾਹਦਾ ਚੈੱਕਅਪ ਕਰਾਉਣ ਦੀ ਤਿਆਰੀ ਕੀਤੀ ਹੈ ਜਨਾਬ ਨੇ ਲਾਲੀ ਡਾਰਲਿੰਗ ਮੈਨੂੰ ਲੱਗ ਰਿਹਾ ਜਿੱਦਾਂ ਨਾ ਮੇਰੀ ਛਾਤੀ ਦੇ ਵਿੱਚ ਬਹੁਤ ਦਰਦ ਹੋ ਰਿਹਾ ਹੈ 2 ਮਹੀਨੇ ਪਹਿਲਾਂ ਤੁਹਾਡੇ ਸਿਰ 'ਚ ਪ੍ਰੋਬਲਮ ਸੀ ਫਿਰ ਤੁਸੀਂ ਕਿਡਨੀਆਂ ਦੇ ਸਾਰੇ ਟੈਸਟ ਕਰਾ ਲਏ ਹੁਣ ਕਹਿੰਦੇ ਹੋ ਕਿ ਮੇਰੀ ਛਾਤੀ 'ਚ ਪ੍ਰੋਬਲਮ ਹੈ ਉਹ ਸਾਰੀਆਂ ਬਿਮਾਰੀਆਂ ਠੀਕ ਹੋ ਗਈਆਂ ਉਹਨਾਂ ਬਾਰੇ ਮੈਂ ਕਦੀ ਸੋਚਿਆ ਹੀ ਨਹੀਂ 10 ਦਿਨ ਬਾਅਦ ਛਾਤੀ ਦੀ ਪੀੜ ਵੀ ਭੁੱਲ ਜਾਓਗੇ ਤੇ ਕਹੋਗੇ ਲਾਲੀ ਮੇਰੇ ਹੱਥ ਪੈਰ ਸੌਂਦੇ ਨੇ ਓ ਯੈਸ ਬਿਮਾਰੀ ਤੇ ਵੀ ਬਹੁਤ ਖਤਰਨਾਕ ਹੁੰਦੀ ਹੈ ਮੇਰੇ ਕਦੀ ਮਾਈਂਡ 'ਚ ਨਹੀਂ ਆਈ ਤੁਸੀਂ ਹਿੰਦੁਸਤਾਨ ਦੇ ਪਹਿਲੇ ਐਸੇ ਪ੍ਰੋਫੈਸਰ ਹੋਵੋਗੇ ਜਿਹਦੀ ਸਾਰੀ ਦੀ ਸਾਰੀ ਤਨਖਾਹ ਡਾਕਟਰਾਂ ਕੋਲ ਚਲੀ ਜਾਂਦੀ ਹੈ ਤੇ ਡਾਕਟਰਾਂ ਨੂੰ ਪੈਸੇ ਵੰਡਣ ਦੀ ਬਜਾਏ ਮਰੀਜ਼ਾਂ ਨੂੰ ਵੰਡਿਆ ਕਰੋ ਵਿਚਾਰੇ ਅਸੀਸ ਵੀ ਦੇਣਗੇ ਜੈਸੇ ਤੈਨੂੰ ਟਿੱਚਰਾਂ ਸੋਝ ਰਹੀ ਹੈ ਮੇਰੀ ਜਾਨ ਤੇ ਬਣੀ ਤੈਨੂੰ ਮੈਂ ਦੱਸਾਂ ਮੈਂ ਤੇ ਫਟਾਫਟ ਉੱਠ ਕੇ ਜਾਵਾਂ ਡਾਕਟਰ ਕੋਲ ਰਾਸ਼ੀ ਨਾ ਪੈ ਜੇ ਕਿਤੇ ਜਾਂਦਿਆਂ ਨੂੰ ਜਿਹੜੇ ਡਾਕਟਰ ਕੋਲ ਤੁਸੀਂ ਜਾ ਰਹੇ ਹੋ ਨਾ ਉਹਦੇ ਕੋਲ ਮਰੀਜ਼ ਦਿਨ ਤਿਉਹਾਰ ਨੂੰ ਹੀ ਆਉਂਦਾ ਤੇ ਜਿਹੜੇ ਸਟੂਲ ਤੇ ਮਰੀਜ਼ ਨੇ ਬੈਠਣਾ ਹੁੰਦਾ ਨਾ ਕੱਪੜਾ ਵੀ ਉਹਨੂੰ ਆਪੇ ਹੀ ਉੱਤੇ ਮਾਰਨਾ ਪੈਂਦਾ ਹੈ ਆ ਲਓ ਦਵਾਈ ਇਹ ਦਵਾਈ ਖਾਣ ਨਾਲ ਤੁਸੀਂ 100% ਠੀਕ ਹੋ ਜਾਓਗੇ ਜੇ ਨਾ ਠੀਕ ਹੋਏ ਤਾਂ ਕਿਸੇ ਸਿਆਣੇ ਡਾਕਟਰ ਨੂੰ ਦਿਖਾ ਲਿਓ ਠੀਕ ਹੈ ਡਾਕਟਰ ਸਾਹਿਬ ਬੜੀ ਮਿਹਰਬਾਨੀ ਹਾਂਜੀ ਨੈਕਸਟ ਪੇਸ਼ੈਂਟ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਬੈਠੋ ਨਹੀਂ ਬੈਠਣਾ ਨਹੀਂ ਹੈਗਾ ਜੀ ਤਾਂ ਮੈਂ ਹੁਣ ਖੜਾ ਹੋ ਕੇ ਚੈੱਕ ਕਰਾਂ ਮੈਂ ਦਵਾਈ ਲੈਣ ਨਹੀਂ ਆਇਆ ਜੀ ਤਾਂ ਕੀ ਕਰਨਾ ਹੈ ਉਹ ਮੈਂ ਪਿਛਲੇ ਹਫ਼ਤੇ ਤੁਹਾਡੇ ਕੋਲ ਦਵਾਈ ਲੈ ਗਿਆ ਸੀ ਉਹ ਵਾਪਸ ਕਰਨਾ ਹੈ ਕੀ ਮਤਲਬ ਮੈਂ ਤੁਹਾਡੇ ਕੋਲ ਦਵਾਈ ਲੈ ਗਿਆ ਸੀ ਮੈਨੂੰ ਕਿਸੇ ਨੇ ਸਲਾਹ ਦਿੱਤੀ ਉਹ ਤੂੰ ਕਿਤੇ ਫਸ ਗਿਆ ਤੇ ਮੈਂ ਕਿਸੇ ਦੂਜੀ ਜਗ੍ਹਾ ਦਵਾਈ ਲੈ ਲਈ ਤੇ ਮੈਨੂੰ ਆਰਾਮ ਆ ਗਿਆ
ਤੇ ਮੈਂ ਸੋਚਿਆ ਕਿ ਕਿਉਂ ਨਾ ਤੁਹਾਨੂੰ ਇਹ ਤੁਹਾਡੀ ਦਵਾਈ ਵਾਪਸ ਕਰ ਦਿੱਤੀ ਜਾਏ। ਆ ਵੇਖੋ ਮੈਂ ਤਾਂ ਇਹਦਾ ਖੋਲੀ ਵੀ ਨਹੀਂ ਇਹ। ਕਾਕਾ ਤੈਨੇ ਪਰਚੀ ਦੇ ਥੱਲੇ ਨਾ ਇੱਕ ਨੋਟ ਨਹੀਂ ਪੜਿਆ, ਉਸ ਤੇ ਲਿਖਿਆ ਹੋਇਆ ਵਿਕਿਆ ਹੋਇਆ ਮਾਲ ਵਾਪਸ ਨਹੀਂ ਹੁੰਦਾ। ਡਾਕਟਰ ਸਾਹਿਬ ਹੁਣ ਮੈਂ ਦਵਾਈ ਦਾ ਕੀ ਕਰਾਂ? ਕਰਨਾ ਕੀ ਹੈ, ਫੇਰ ਕਦੇ ਬਿਮਾਰ ਹੋਇਆ ਤਾਂ ਖਾ ਲਈ, ਨਹੀਂ ਤਾਂ ਅੱਗੇ ਕਿਸੇ ਨੂੰ ਵੇਚ ਦੀ। ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਦਵਾਈ ਲਈ ਆ, ਸਕੂਟਰ ਨਹੀਂ ਲਿਆ ਕੇ ਅੱਗੇ ਕਿਸੇ ਨੂੰ ਵੇਚ ਦਵਾਂ। ਠੀਕ ਹੈ ਠੀਕ ਹੈ, ਮੈਂ ਟਾਈਮ ਵੇਸਟ ਨਾ ਕਰੋ, ਮੈਂ ਹੋਰ ਕੰਮ ਵੀ ਕਰਨੇ ਆ, ਜਾਓ ਇੱਥੋਂ ਜਾਓ। ਤਾਂ ਮੇਰੇ ਇੱਕ ਤਾਂ ਪਹਿਲਾਂ ਦਵਾਈਆਂ ਨਹੀਂ ਵਿਕਦੀਆਂ, ਮੋੜਨ ਆ ਗਿਆ। ਹਾਂਜੀ ਕੋਈ ਪੇਸ਼ੈਂਟ ਆਇਆ ਬਾਹਰ? ਡਾਕਟਰ ਸਾਹਿਬ ਆ ਰਹੇ ਨੇ 6-7 ਜਣੇ। ਹੈ 6-7 ਜਣੇ? ਫਟਾਫਟ ਭੇਜੋ ਅੰਦਰ। ਕਿੱਥੇ ਆ ਪੇਸ਼ੈਂਟ? ਤੁਸੀਂ ਤਾਂ ਕਹਿੰਦੇ 6-7 ਪੇਸ਼ੈਂਟ ਨੇ। ਉਹ ਨਹੀਂ ਡਾਕਟਰ ਸਾਹਿਬ, ਉਹ ਤਾਂ ਜਗਰਾਤੇ ਦੀ ਪਰਚੀ ਕੱਟਣ ਵਾਲੇ ਸੀ, ਮੈਂ ਉਹਨਾਂ ਨੂੰ ਬਾਹਰ ਹੀ ਮੋੜਤਾ ਤੇ ਕਿਹਾ ਕਿ ਡਾਕਟਰ ਸਾਹਿਬ ਅੰਦਰ ਪਾਠ ਕਰਦੇ ਪਏ ਨੇ। ਵੈਰੀ ਗੁੱਡ ਵੈਰੀ ਗੁੱਡ, ਬਹੁਤ ਚੰਗਾ ਕੀਤਾ, ਚਲੋ ਫਟਾਫਟ ਸਮਾਨ ਸਮੇਟੋ। ਕੀ ਗੱਲ, ਕੋਈ ਆਪਰੇਸ਼ਨ ਹੈ? ਨਾ ਨਾ, ਤੁਸੀਂ ਫਿਸ਼ਿੰਗ ਰੋਡ ਤਿਆਰ ਕਰੋ, ਮੈਂ ਮੱਛੀਆਂ ਫੜਨ ਜਾਣਾ। ਥੋੜੀ ਦੇਰ ਬਾਅਦ ਕਲੱਬ ਨਜ਼ਰ ਆਇਓ, ਵੈਸੇ ਤਾਂ ਕਲੱਬ ਨਜ਼ਰ ਹੀ ਨਹੀਂ ਆਉਂਦੇ। ਨਜ਼ਰ ਤਾਂ ਤੈਨੂੰ ਮੈਂ ਤਾਂ ਆਵਾਂ ਨਾ, ਜੇ ਮੈਂ ਜਨਾਨੀ ਹੋਵਾਂ, ਬੰਦਿਆਂ ਵੱਲ ਤੇਰਾ ਧਿਆਨ ਹੀ ਨਹੀਂ ਜਾਂਦਾ। ਜਨਾਨੀ ਵੀ ਹੋ ਜਿਹਦਾ ਹਸਬੈਂਡ ਰਿਹਾ ਹੋਵੇ, ਛੱਡ ਦਿੱਤਾ ਹੋਵੇ, ਬੇਸਹਾਰਾ ਨੂੰ ਸਹਾਰਾ ਦਿੰਦਾ, ਬਹੁਤ ਮਜ਼ਾ ਆ। ਦੇਖੋ ਕਿ ਪਾ ਜੀ, ਵੈਸੇ ਬਾਈ ਦਾ ਵੀ ਇਹ ਸ਼ਿਕਾਰੀ ਅੱਜ ਬੇਮੌਸਮਾ ਕਲੱਬ 'ਚ ਕੀ ਕਰ ਰਿਹਾ ਹੈ? ਮੋਸਟਲੀ ਸ਼ਾਮ ਨੂੰ ਹੀ ਇੱਥੇ ਆਉਂਦੇ ਹੋ ਤੁਸੀਂ? ਤੁਹਾਡੇ ਤੋਂ ਕੀ ਰੁਕਾ ਪਾ ਜੀ, ਮੈਂ ਦਰਅਸਲ ਪੰਮੀ ਭੁੱਲਰ ਦਾ ਇੰਤਜ਼ਾਰ ਕਰ ਰਿਹਾ। ਪੰਮੀ ਭੁੱਲਰ? ਉਹੀ ਜਿਹਦਾ ਤਲਾਕ ਹੋ ਰਿਹਾ ਸੀ, ਮੈਂ ਸੋਚਿਆ ਤਲਾਕ ਹੁੰਦੇ ਹੁੰਦੇ ਉਹਦਾ ਫਿਲਮੀ ਕਰੀਅਰ ਬਣਾ ਦਈਏ। ਖਾਸ ਤੌਰ 'ਤੇ ਮੈਂ ਪ੍ਰੋਡਿਊਸਰ ਨੂੰ ਬੰਬੇ ਤੋਂ ਬੁਲਾਇਆ, ਉਹਨੇ ਦੋਨਾਂ ਦੀ ਮੀਟਿੰਗ ਰੱਖਵਾਉਣ ਨੂੰ। ਦਰਅਸਲ ਉਹਨੂੰ ਫਿਲਮਾਂ ਬਹੁਤ ਕਾਲੀਆਂ ਆਈਆਂ ਨੇ। ਹੈਲੋ ਫਾਮ, ਪੰਮੀ ਭੁੱਲਰ। ਹੈਲੋ, ਹਾਊ ਡੂ ਯੂ? ਹਾਂ ਫਾਮ, ਫਿਲਮੀ ਇੰਡਸਟਰੀ ਤੋਂ ਪ੍ਰੋਡਿਊਸਰ ਆ ਰਹੇ ਨੇ, ਉਸ ਤੋਂ ਪਹਿਲੇ ਤੂੰ ਆ ਜਾ, ਨਾਲੇ ਇੱਕ ਕੱਪ ਚਾਹ ਹੋ ਜਾਏ। ਹੈ ਆਈ ਐਮ ਵੇਟਿੰਗ ਫੋਰ ਯੂ। ਓਕੇ। ਵੈਸੇ ਵਿੱਕੀ ਮੇਰੀ ਗੱਲ ਮਾਇੰਡ ਨਾ ਕਰੀ, ਜੇ 70-80 ਕਮੀਨੇ, 10-12 ਬਦਮਾਸ਼, 5-7 ਲੁੱਚੇ, ਇੰਨੇ ਕੀ ਲਫੰਗੇ ਮਿਕਸੀ 'ਚ ਪਾ ਕੇ ਗਰ ਕਰ ਲਈਏ ਨਾ, ਇੱਕ ਤੇਰੇ ਵਰਗਾ। ਜੇ ਧਰਤੀ 'ਤੇ ਇਹੋ ਜਿਹੇ ਚਾਵਲ ਪੈਦਾ ਕੀਤੇ ਨਹੀਂ ਨਾ, ਤਾਂ ਦੁਨੀਆਂ ਦੀਆਂ ਸਾਰੀਆਂ ਜਨਾਨੀਆਂ ਅਤੇ ਬੰਦਿਆਂ ਨੂੰ ਲੰਮੀਆਂ ਉਮਰਾਂ ਬਖਸ਼। 11:30 ਉਹ ਮਾਈ ਗੋਡ, ਡਾਕਟਰ ਮਿੱਤਲ ਨੂੰ ਅਪੁਆਇੰਟਮੈਂਟ ਲਈ ਹੈ, ਉਹਦੇ ਕਲੀਨਿਕ 'ਤੇ ਕੋਈ ਮੱਛੀ ਨਾ ਫਸੇ, ਉਹ ਤਾਂ ਦਰਿਆ 'ਤੇ ਚਲਾ ਜਾਂਦਾ ਮੱਛੀਆਂ ਫੜਨ। ਡਾਕਟਰ ਸਾਹਿਬ ਬੈਠੇ? ਹੁਣੇ ਤਾਂ ਖੜੇ ਸੀ, ਕੁਛ ਲਾ ਰਹੇ ਸੀ ਅਲਮਾਰੀ ਤੋਂ, ਹੁਣ ਭਾਵੇਂ ਬਹਿ ਗਏ ਹੋਣੇ ਆ। ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਚੈੱਕ ਕਰ ਲੈਂਦੀ ਹਾਂ। ਮੇਰੇ ਖਿਲਾਫ਼ ਕਿਹੜਾ ਇਲੈਕਸ਼ਨਾਂ 'ਚ ਖੜੇ ਆ ਵੀ ਜੇ ਬਹਿ ਜਾਣਗੇ ਤਾਂ ਮੇਰੇ ਕੋਲ ਫਾਇਦਾ ਹੋ ਜਾਣਾ? ਮੇਰੇ ਪੁੱਛਣ ਦਾ ਮਤਲਬ ਸਿਰਫ ਇੰਨਾ ਵੀ ਡਾਕਟਰ ਸਾਹਿਬ ਹੈਗੇ ਹੈਗੇ ਤੋਂ ਕੀ ਮਤਲਬ? ਮਹਾਰਾਜ ਲੰਮੀ ਉਮਰ ਕਰੇ ਸਾਡੇ ਡਾਕਟਰ ਸਾਹਿਬ ਦੀ, ਉਹਨਾਂ ਨੂੰ ਕੁਛ ਨਹੀਂ ਹੋ ਸਕਦਾ। ਜਦ ਤੱਕ ਹਜ਼ਾਰਾਂ ਮਰੀਜ਼ਾਂ ਦੀਆਂ ਦੁਆਵਾਂ ਉਹਨਾਂ ਦੇ ਨਾਲ ਆ, ਉਹ ਹੈਗੇ ਹੈ। ਪਰ ਜਿਨ੍ਹਾਂ ਨੂੰ ਕੁਛ ਹੋਣ ਵਾਲਾ ਉਹਨਾਂ ਨੂੰ ਤਾਂ ਮਿਲ ਲੈਂਦੇ ਡਾਕਟਰ ਸਾਹਿਬ ਨਾਲ। ਇੱਕ ਮਿੰਟ ਰੁਕੋ, ਬੈਠੋ, ਮੈਂ ਪਹਿਲਾਂ ਡਾਕਟਰ ਸਾਹਿਬ ਨੂੰ ਪੁੱਛਾਂਗੀ ਕਿ ਇੱਕ ਪੇਸ਼ੈਂਟ ਆਏ ਆ, ਭੇਜਾਂ? ਤੁਸੀਂ ਤਾਂ ਸਿੱਧਾ ਹੀ ਤਰ ਪਏ ਹੋ। ਗੱਲ ਹੋਰ ਕੋਈ ਨਹੀਂ ਮੈਡਮ, ਵੈਸੇ ਜਦੋਂ ਖੂਬਸੂਰਤ ਮਰੀਜ਼ ਕੋਈ ਆ ਜਾਏ ਨਾ, ਤੁਹਾਡਾ ਭੇਜਣ ਨੂੰ ਦਿਲ ਨਹੀਂ ਕਰਦਾ। ਡਾਕਟਰ ਸਾਹਿਬ ਜੀ, ਇੱਕ ਪੇਸ਼ੈਂਟ ਆਏ ਨੇ, ਭੇਜਾਂ? ਜਾਓ। ਓ ਯਾਰ, ਮੈਂ ਡੰਗਰਾਂ ਦਾ ਡਾਕਟਰ ਨਹੀਂ ਹਾਂ। ਕਿੱਥੋਂ ਪੜ੍ਹ ਲਿਆ ਤੁਸੀਂ? ਅਖਬਾਰ 'ਚ? ਪਹਿਲਾਂ ਉੱਪਰ ਨਾਂ ਤਾਂ ਪੜ੍ਹ ਲਿਆ ਕਰੋ, ਐਵੇਂ ਤੰਗ ਕਰਦੇ ਰਹਿੰਦੇ ਹੋ। ਓ ਕੁੱਕੀ ਭਾਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ? ਬਸ ਬਿਲਕੁਲ ਠੀਕ ਠਾਕ। ਤੁਹਾਡਾ 2 ਮਿੰਟ ਪਹਿਲਾਂ ਫੋਨ ਨਾ ਆਉਂਦਾ, ਮੈਂ ਨਿਕਲ ਜਾਣਾ ਸੀ। ਕੋਈ ਐਮਰਜੈਂਸੀ ਕੇਸ ਆ ਗਿਆ ਜੀ? ਨਾ ਨਾ, ਮੱਛੀਆਂ ਫੜਨ ਜਾਣਾ ਸੀ। ਸਾਰੇ ਸ਼ਹਿਰ ਨੇ ਮੈਨੂੰ ਮੁਬਾਰਕਬਾਦ ਦਿੱਤੀ, ਪਰ ਤੁਸੀਂ ਮੈਨੂੰ ਮੁਬਾਰਕਬਾਦ ਨਹੀਂ ਦਿੱਤੀ। ਮੈਂ ਐਤਕੀ 12ਵੀਂ ਵਾਰ ਲਗਾਤਾਰ ਮੱਛੀ ਫੜ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਬਣ ਗਿਆ। ਕਮਾਲ ਹੋ ਗਈ ਡਾਕਟਰ ਸਾਹਿਬ, ਤੁਹਾਡੀ ਵੀ ਇਲੈਕਸ਼ਨ ਹੁੰਦੀ ਹੈ? ਉਹ ਨਹੀਂ, ਅੱਧੇ ਲੋਕ ਤਾਂ ਮੇਤੋਂ ਮੁਫਤ 'ਚ ਦਵਾਈਆਂ ਲੈ ਲੈਣਾ, ਮੈਨੂੰ ਵੋਟਾਂ ਪਾ ਦਿੰਦੇ ਨੇ, ਔਰ ਅੱਧੇ ਇਸ ਖੁਸ਼ੀ 'ਚ ਪਾ ਦਿੰਦੇ ਨੇ ਵੀ ਕਿੱਥੇ ਪੜ੍ਹਿਆ ਲਿਖਿਆ ਡਾਕਟਰ ਸਾਡੇ 'ਚ ਰਲਿਆ ਫਿਰਦਾ। ਉਹ ਕਈ ਤਾਂ ਮੇਰੀ ਇੰਨੀ ਇੱਜ਼ਤ ਕਰਦੇ ਨੇ, ਫੜੀਆਂ ਫੜੀਆਂ ਮੱਛੀਆਂ ਮੈਨੂੰ ਦੇ ਜਾਂਦੇ ਨੇ। ਖੈਰ ਤੁਸੀਂ ਕਿਵੇਂ ਆਏ? ਆਇਆ ਤਾਂ ਆਪਣੀ ਕਾਰ 'ਤੇ ਹੀ ਹੈ ਜੀ।
ਨਹੀਂ ਨਹੀਂ ਮੇਰਾ ਕਹਿਣ ਦਾ ਮਤਲਬ ਇਹ ਹੈ ਅੱਜ ਮੇਰੇ ਕੋਲ ਆਉਣ ਦਾ ਕਿਵੇਂ ਦਿਲ ਕੀਤਾ? ਬਸ ਦਿਲ ਦਾ ਹੀ ਸਿਆਪਾ ਅਜੇ ਸਾਰਾ, ਮਤਲਬ ਦਿਲ ਨੂੰ ਪਤਾ ਨਹੀਂ ਕੀ ਹੋ ਜਾਂਦਾ ਮੇਰੇ ਡਾਕਟਰ ਸਾਹਿਬ ਰੀਜੇ ਕੈਸਟ ਪੇਨ। ਓਹੋ ਇੱਧਰ ਆਓ ਜਰਾ, ਫਿਰ ਇੱਧਰ ਆ ਜਾਣਾ ਚੰਗੀ ਤਰ੍ਹਾਂ ਦੇਖ ਲਓ। ਹਾਂਜੀ ਮੈਨੂੰ ਇਹ ਦੱਸੋ ਦਰਦ ਰੁਕ ਰੁਕ ਕੇ ਹੁੰਦਾ ਜਾਂ ਲਗਾਤਾਰ ਹੁੰਦਾ? ਮਤਲਬ ਡਾਕਟਰ ਸਾਹਿਬ ਕਲੀਅਰ ਨਹੀਂ ਕਿੱਦਾਂ, ਰੁਕ ਰੁਕ ਕੇ ਵੀ ਹੁੰਦਾ ਤੇ ਲਗਾਤਾਰ ਵੀ ਹੁੰਦਾ ਜੀ? ਨਾ 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 ਨਾ, ਇਹ ਤੁਹਾਨੂੰ ਚੂਜ਼ ਕਰਨਾ ਪੈਣਾ ਵੀ ਲਗਾਤਾਰ ਹੁੰਦਾ ਜਾਂ ਰੁਕ ਰੁਕ ਕੇ ਹੁੰਦਾ। ਇੱਕ ਚੂਜ਼ ਕਰਨਾ ਪੈਣਾ। ਚਲੋ ਲਗਾਤਾਰ ਹੁੰਦੀ ਹੈ, ਹੁਣ ਤੇ ਖਤਰੇ ਵਾਲੀ ਗੱਲ ਹੈਗੀ ਨਾ। ਨਾ 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 ਨਾ, ਹਾਲੇ ਮੈਂ ਕੁਛ ਨਹੀਂ ਕਹਿ ਸਕਦਾ, ਬਸ ਤੁਹਾਡੀ ਬਿਮਾਰੀ ਨਾ ਇੱਕ ਵਾਰੀ ਮੇਰੀ ਕੁੰਡੀ ਚ ਫਸਲ ਦਿਓ, ਫੇਰ ਦੇਖਿਓ। ਸਾਹ ਲਓ। ਸਾਹ ਤੇ ਜਦੋਂ ਦਾ ਜੰਮਿਆ ਲਈ ਜਾਂਦਾ, ਕੋਈ ਨਵਾਂ ਸਾਹ ਲੈਣਾ ਡਾਕਟਰ ਸਾਹਿਬ? ਮੈਂ ਤੇ ਕਹਿੰਦਾ ਵੀ ਸਾਹ ਚੱਲਦੇ ਰੱਖੋ ਕਿਸੇ ਤਰੀਕੇ। ਨਹੀਂ ਨਹੀਂ, ਮੇਰਾ ਮਤਲਬ ਹੈ ਲੰਬਾ ਸਾਹ ਲਓ। ਲਓ ਜੀ, ਮੱਥੇ ਤੇ ਪਸੀਨਾ ਆਉਂਦਾ ਹੈ? ਹਾਂਜੀ ਡਾਕਟਰ ਸਾਹਿਬ, ਉਹ ਕਿਤੇ ਧੁੱਪ 'ਚ ਖੜਾ ਹੋ ਜਾਵਾਂ ਫਿਰ ਤੇ ਬੜਾ ਆਉਂਦਾ ਜੀ। ਮੇਰਾ ਮਤਲਬ ਹੈ ਤਰੇਲੀਆਂ ਆਉਂਦੀਆਂ? ਨਹੀਂ ਤਰੇਲੀਆਂ ਨਹੀਂ, ਐਵੇਂ ਝੂਠ ਕਿਉਂ ਕਹੀਏ, ਕੀ ਮਿਲਣਾ? ਕਦੇ ਬਾਂਹ 'ਚ ਦਰਦ ਹੋਇਆ ਹੋਵੇ? ਬਾਂਹ 'ਚ? ਹਾਂ ਇੱਕ ਵਾਰੀ ਛੋਟੇ ਹੁੰਦੇ ਤੀਜੀ 'ਚ ਪੜ੍ਹਦੇ ਸੀ, ਮੁੰਡੇ ਨੇ ਬਾਂਹ ਮਰੋੜਤੀ ਬੜੇ ਜ਼ੋਰ ਨਾਲ, ਉਦੋਂ ਬਹੁਤ ਦਰਦ ਹੋਇਆ ਸੀ ਡਾਕਟਰ ਸਾਹਿਬ। ਯਾਰ ਉਦਾਂ ਦਾ ਦਰਦ ਨਹੀਂ, ਵੈਸੇ ਦਰਦ ਹੋਇਆ ਹੋਵੇ ਕਦੇ? ਹੁਣ ਤਾਂ ਨਹੀਂ ਦਰਦ ਹੋਇਆ? ਨਾ ਹੁਣ ਕਦੀ ਨਹੀਂ, ਐਵੇਂ ਕਿਉਂ ਝੂਠ ਕਹੀਏ ਜੀ। ਆ ਪਿੱਠ 'ਚ ਕਦੇ ਦਰਦ ਹੋਇਆ ਹੋਵੇ? ਯਾਰ ਮੈਂ ਕਹਿ ਰਿਹਾ ਛਾਤੀ 'ਚ ਪੀੜ ਹੈ ਡਾਕਟਰ ਸਾਹਿਬ। ਕਿੱਧਰ ਤੁਰੇ ਫਿਰਦੇ, ਬਾਂਹ 'ਚ, ਹੱਥ 'ਚ, ਪਿੱਠ 'ਚ, ਛਾਤੀ 'ਚ ਦਰਦ ਹੈ ਮੇਰੇ। ਤੁਹਾਡੀ ਛਾਤੀ ਦੀ ਪ੍ਰੋਬਲਮ ਨਹੀਂ ਹੈ, ਪ੍ਰੋਬਲਮ ਹੈ ਤੁਹਾਡੇ ਪੇਟ ਦੀ, ਤੁਹਾਡੇ ਪੇਟ 'ਚ ਪ੍ਰੋਬਲਮ ਹੈ। ਕਮਾਲ ਦੀਆਂ ਗੱਲਾਂ ਕਰੀ ਜਾਂਦੇ ਡਾਕਟਰ ਸਾਹਿਬ, ਐਡੇ ਸਿਆਣੇ ਸਮੇਂ ਨਾ ਤੁਹਾਨੂੰ ਤੁਸੀਂ ਕਮਾਲ ਦੀਆਂ ਗੱਲਾਂ ਕਰੀ ਜਾਂਦੇ ਹੈ। ਉਹ ਮੈਨੂੰ ਪੇਟ ਦਾ ਤੇ ਛਾਤੀ ਦਾ ਫਰਕ ਪਤਾ, ਮੈਨੂੰ ਪਤਾ ਆਹ ਪੇਟ ਹੁੰਦਾ ਤੇ ਆਹ ਛਾਤੀ ਹੁੰਦੀ ਹੈ, ਮੇਰੀ ਛਾਤੀ 'ਚ ਦਰਦ ਹੋ ਰਿਹਾ, ਤੁਸੀਂ ਛਾਤੀ ਦੇ ਦਰਦ ਨੂੰ ਪੇਟ 'ਚ ਵਾੜੀ ਜਾਂਦੇ ਹੋ, ਕਮਾਲ ਕਰਦੇ ਪਏ ਤੁਸੀਂ। ਵੈਸੇ ਜਿਹੜਾ ਪੇਟ ਦਾ ਦਰਦ ਆ ਨਾ, ਉਹ ਸਿੱਧਾ ਛਾਤੀ 'ਚ ਮਹਿਸੂਸ ਹੁੰਦਾ ਹੈ। ਤੈਨੂੰ ਉਹ ਸੁਣਿਆ ਨਹੀਂ, ਨੱਚਾਂ ਮੈਂ ਲੁਧਿਆਣੇ ਤੇ ਮੇਰੀ ਧਮਕ ਜਲੰਧਰ ਪੈਂਦੀ। ਡਾਕਟਰ ਸਾਹਿਬ ਪਤਾ ਨਹੀਂ ਕਿਉਂ ਮੈਨੂੰ ਫੀਲਿੰਗ ਆ ਰਹੀ ਹੈ ਕਿ ਤੁਸੀਂ ਮੇਰੀ ਪ੍ਰੋਬਲਮ ਨੂੰ ਸੀਰੀਅਸਲੀ ਨਹੀਂ ਲੈ ਰਹੇ। ਕੋਈ ਗੱਲ ਨਹੀਂ, ਆਪਾਂ ਇੱਕ ਦੋ ਜ਼ਰੂਰੀ ਟੈਸਟ ਵੀ ਕਰ ਲੈਂਦੇ ਹਾਂ। ਜੀ ਸਰ। ਇਹਨੂੰ ਬਾਹਰ ਲੈ ਜਾਓ। ਚਲੋ ਬਾਹਰ। ਇਹਨਾਂ ਨੂੰ ਲੈਬ 'ਚ ਲੈ ਜਾਓ, ਉੱਥੇ ਇਹਨਾਂ ਦਾ ECG ਤੇ ਛਾਤੀ ਦਾ ਐਕਸਰੇ ਕਰਵਾਓ। ਜੀ ਸਰ, ਚਲੋ ਸਰ। ਮੇਰੀ ਪੈਣਾ ਡਾਕਟਰ ਯਾਰ, ਹੁਣ ਤੂੰ ਮੇਰੇ ਗੋਡੀ ਹੱਥ ਨਾਲ ਲਾਇਆ ਕਰ ਯਾਰ, ਤੂੰ ਤਾਂ ਬਹੁਤ ਵੱਡਾ ਡਾਕਟਰ ਬਣ ਗਿਆ, ਪੂਰੇ ਸ਼ਹਿਰ 'ਚ ਤੇਰੀ ਝੰਡੀ ਹੋਈ ਪਈ ਹੈ, ਡਾਕਟਰ ਲਾਂਬਾ, ਡਾਕਟਰ ਲਾਂਬਾ। ਹੁਣ ਤਾਂ ਲੋਕ ਮੈਨੂੰ ਤੇਰੇ ਨਾਂ ਤੇ ਲਾਂਦਾ ਪਾਉਂਦੇ ਨੇ ਵੀ ਤੇਰਾ ਕੰਪਿਊਟਰ ਕਿੱਥੇ ਦਾ ਕਿੱਥੇ ਪਹੁੰਚ ਗਿਆ, ਤੂੰ ਉੱਥੇ ਦਾ ਉੱਥੇ ਹੀ ਬੈਠਾ। ਬਸ ਡਾਕਟਰ ਸਾਹਿਬ, ਸਭ ਤੁਹਾਡੇ ਪੈਰਾਂ ਪਿੱਛੇ ਹੀ ਹੈ, ਤੁਹਾਡੇ ਵਰਗੇ ਸ਼ਰੀਫ ਡਾਕਟਰ ਜਿਹੜੇ ਮਰੀਜ਼ ਨੂੰ ਲੁੱਟਣਾ ਹੀ ਨਹੀਂ ਜਾਣਦੇ, ਉਹ ਤਾਂ ਵਿਹਲੇ ਹੀ ਬੈਠੇ ਰਹਿੰਦੇ ਨੇ। ਗੱਲ ਤਾਂ ਤੇਰੀ ਠੀਕ ਹੈ, ਰਹਿੰਦਾ ਤਾਂ ਮੈਂ ਵਿਹਲੇ ਹੀ ਹਾਂ, ਸੋਚਦਾ ਹਾਂ ਕਲੀਨਿਕ ਬੰਦ ਕਰਕੇ ਨਾ ਇੱਥੇ ਮੈਂ ਰੈਡੀਮੇਡ ਦੀ ਦੁਕਾਨ ਖੋਲ੍ਹਾਂ, ਝੱਗੇ ਫਰਾਕਾਂ ਵੇਚ ਜਾਊਂਗਾ ਬੈਠਾ। ਮੈਂ ਕਹਿ ਰਿਹਾ ਸੀ ਕਿ ਮੈਂ ਰਿਪੋਰਟਸ ਲੈ ਕੇ ਆਇਆ, ਇਹ ਪੇਸ਼ੈਂਟ ਦੋਸਤ ਹੈ, ਤੁਸੀਂ ਆਪਣਾ ਓਪੀਨੀਅਨ ਦੱਸੋ ਬਈ ਕੀ ਹਾਲਤ ਹੈ ਪੇਸ਼ੈਂਟ ਦੀ। ਬਈ ਇੱਕ ਗੱਲ ਤਾਂ ਸ਼ੀਸ਼ੇ ਵਾਂਗੂ ਸਾਫ਼ ਹੈ, ਇਹ ਕੋਈ ਪੇਟ ਦੀ ਪ੍ਰੋਬਲਮ ਤਾਂ ਹੈ ਨਹੀਂ, ਨਾ ਹੀ ਬਦਹਜ਼ਮੀ ਹੈ, ਇਹ ਤਾਂ ਸਿੱਧੀ ਹਾਰਟ ਪ੍ਰੋਬਲਮ ਹੈ, ਔਰ ਹਾਰਟ ਪ੍ਰੋਬਲਮ ਵੀ ਇੰਨੀ ਸੀਰੀਅਸ ਕਿ ਮਰੀਜ਼ 3-4 ਹਫ਼ਤੇ ਤੋਂ ਵੱਧ ਨਹੀਂ ਕੱਟ ਸਕਦਾ। ਫਿਰ ਤਾਂ ਸਾਨੂੰ ਪੇਸ਼ੈਂਟ ਦੀ ਵਾਈਫ ਨੂੰ ਸਭ ਕੁਝ ਸੱਚ ਸੱਚ ਦੱਸ ਦੇਣਾ ਚਾਹੀਦਾ। ਹਾਂ ਦੱਸ ਤਾਂ ਦੇਣਾ ਚਾਹੀਦਾ, ਹਾਲਾਂਕਿ ਪੇਸ਼ੈਂਟ ਨੂੰ ਇਹ ਕੌੜਾ ਸੱਚ ਦੱਸਣਾ ਬਹੁਤ ਮੁਸ਼ਕਿਲ ਹੈ, ਖਾਸ ਕਰਕੇ ਪੇਸ਼ੈਂਟ ਜਦੋਂ ਦੋਸਤ ਹੋਵੇ। ਇਹਦਾ ਮਤਲਬ ਇੱਕ ਗੱਲ ਤਾਂ ਸਾਫ਼ ਹੈ ਕਿ ਇਹ ਛਾਤੀ ਦਾ ਦਰਦ ਪੇਟ ਦੀ ਪ੍ਰੋਬਲਮ ਕਰਕੇ ਨਹੀਂ, ਇਹ ਇੱਕ ਸਵੇਰ ਹਾਰਟ ਪ੍ਰੋਬਲਮ ਹੈ। ਸਰ ਇਹ ਅੰਦਰ ਕੌਣ ਨੇ? ਕੋਈ ਦੂਸਰੇ ਡਾਕਟਰ ਆਏ ਹੋਏ ਨੇ, ਕੋਈ ਪ੍ਰੋਬਲਮ ਡਿਸਕਸ ਹੋ ਰਹੀ ਹੈ। ਡਿਸਕਸ਼ਨ ਤੇ ਮੈਂ ਸੁਣ ਹੀ ਲਈ ਹੈ, ਤੇ ਕੌੜਾ ਸੱਚ ਵੀ ਸੁਣ ਲਿਆ। ਮੈਂ ਆਪਣੀ ਵਾਈਫ ਲਾਲੀ ਨੂੰ ਪਹਿਲਾਂ ਹੀ ਕਿਹਾ ਸੀ ਕਿ ਉਹ ਕਲੱਬ ਦੀ ਫੀਸ ਬਾਅਦ 'ਚ ਜਮ੍ਹਾਂ ਕਰਾਵਾਂ, ਪਹਿਲੇ ਸਾਰਾ ਚੈੱਕਅਪ ਕਰਾ ਲਓ। 10,000 ਰੁਪਈਆ ਵੇਸਟ ਹੀ ਗਿਆ, ਜਿਹਦੇ ਮੇਰੇ ਮਗਰੋਂ ਲਾਲੀ ਦੇ ਕੰਮ ਆ ਜਾਣਾ ਸੀ। ਸਰ ਮੈਨੂੰ ਸਮਝ ਨਹੀਂ ਆ ਰਹੀ ਕਿਸ ਤਰ੍ਹਾਂ ਕਹਾਂ।
ਕਹਿ ਦਿਓ ਮੈਡਮ, ਹੁਣ ਕਹਿਣ ਨਾ ਕਹਿਣ ਨੂੰ ਬਚਿਆ ਵੀ ਕੀ ਹੈ ਸਰ? ਤੁਸੀਂ ਹਾਂ ਹਾਂ ਬੋਲੋ ਬੋਲੋ। ਤੁਸੀਂ ਡਾਕਟਰ ਸਾਹਿਬ ਦੀ ਫੀਸ ਨਹੀਂ ਜਮ੍ਹਾਂ ਕਰਵਾਈ, ਮੈਂ ਅੰਦਰ ਹਿਸਾਬ ਦੇਣਾ ਹੁੰਦਾ। ਫਿਕਰ ਨਾ ਕਰੋ ਮੈਡਮ, ਆ ਵੇਖੋ ਹੱਥ ਜੋੜੇ ਤੁਹਾਡੇ ਪੈਸੇ ਨਹੀਂ ਮਾਰ ਕੇ ਜਾਂਦਾ ਮੈਂ, ਮੈਂ ਤਾਂ ਸਾਰੀ ਦੁਨੀਆ ਦਾ ਪਾਈ ਪਾਈ ਦਾ ਹਿਸਾਬ ਚੁਕਾ ਕੇ ਜਾਣਾ। ਤੁਸੀਂ ਤਾਂ ਅੰਦਰ ਡਾਕਟਰ ਸਾਹਿਬ ਨੂੰ ਹਿਸਾਬ ਦੇਣਾ ਹੁੰਦਾ ਨਾ, ਮੇਰੀ ਤਾਂ ਵਾਰੀ ਆ ਗਈ ਉੱਪਰ ਹਿਸਾਬ ਦੇਣ ਦੀ। ਚੰਗਾ ਡਾਕਟਰ ਸਾਹਿਬ, ਮੈਂ ਚੱਲਦਾ। ਓ ਸੋਰੀ, ਹੈਲੋ ਇੱਕ ਗੱਲ ਮੈਨੂੰ ਸੱਚ ਸੱਚ ਦੱਸੀ ਯਾਰ, ਕਿ ਬੰਦੇ ਨੂੰ ਮਤਲਬ ਸੱਚ ਬੋਲਣਾ ਚਾਹੀਦਾ ਕਿ ਝੂਠ ਬੋਲਣਾ ਚਾਹੀਦਾ? ਦੁਨੀਆ ਦੇ ਸਭ ਤੋਂ ਝੂਠੇ ਬੰਦੇ ਨੂੰ ਕਹਿ ਰਿਹਾ ਵੀ ਸੱਚ ਸੱਚ ਦੱਸੀ ਤੇ ਸੱਚ ਬੋਲਣਾ ਚਾਹੀਦਾ ਵੀ ਝੂਠ? ਵੀ ਭਰਾਵਾ ਕਸਮ ਵਾਲੀ ਗੱਲ ਹੈ, ਹੋਸ਼ੋ ਹਵਾਸ ਤੇ ਕਦੇ ਸੱਚ ਬੋਲਿਆ ਨਹੀਂ, ਵੀ ਪੀਤੀ ਖਾਧੀ ਨਿਕਲ ਗਿਆ ਉਹਦੇ ਕਹਿਣੇ ਤੋਂ। ਦੇਖਿਆ ਲੱਕੀ, ਮੈਂ ਐਸਾ ਸੱਚ ਬੋਲਣ ਦੀ ਕੋਸ਼ਿਸ਼ ਕਰ ਰਿਹਾ ਯਾਰ ਜਿਹੜਾ ਮਤਲਬ ਮੇਰੇ ਕੋਲੋਂ ਬੋਲਿਆ ਨਹੀਂ ਜਾ ਰਿਹਾ। ਮੈਨੂੰ ਬੜੀ ਸੀਰੀਅਸ ਹਾਰਟ ਪ੍ਰੋਬਲਮ। ਵਾਹ ਵਾਹ, ਮੁਬਾਰਕਾਂ ਪ੍ਰੋਫੈਸਰ ਸਾਹਿਬ, ਉਹ ਬੜੀ ਅਮੀਰਾਂ ਵਾਲੀ ਬਿਮਾਰੀ ਲੱਗੀ ਯਾਰ। ਮਾਰੇ ਸੱਚੇ ਪਾਤਸ਼ਾਹ ਤੁਹਾਨੂੰ ਵੀ ਲਾਏ ਜੀ ਇਸ ਲੱਖਣੀ ਬਿਮਾਰੀ। ਯਾਰ ਤੂੰ ਕਿਸੇ ਗੱਲ ਨੂੰ ਕਦੀ ਸੀਰੀਅਸਲੀ ਲੈਂਦਾ ਕਿਉਂ ਨਹੀਂ ਯਾਰ? ਹੈਂ, ਮੈਨੂੰ ਟੈਨਸ਼ਨ ਪਈ ਹੋਈ ਆ ਕਿ ਮੈਂ ਆਪਣੀ ਵਾਈਫ ਨੂੰ ਕਿੱਦਾਂ ਦੱਸਾਂਗਾ ਕਿ ਡਾਰਲਿੰਗ ਮੈਂ ਕੁਝ ਦਿਨਾਂ ਦਾ ਮਹਿਮਾਨ ਹਾਂ। ਕੀ ਕੁਖੇ ਤੋਂ ਕੁਝ ਦਿਨਾਂ ਦਾ ਮਹਿਮਾਨ ਹੈ? ਚੱਲਾਂ ਮੇਰੇ ਯਾਰ। ਕੁਖੀ ਯਾਰ, ਤੇਰੇ ਵੱਲ ਕੁਝ 5,000 ਰੁਪਇਆ ਨਿਕਲਦਾ ਮੇਰਾ, ਉਹ ਕਲੀਅਰ ਕਰ ਜਾਈਂ ਯਾਰ। ਕੈਸਾ ਵਾਹੀਆਤ ਆਦਮੀ ਹੈ ਯਾਰ ਤੂੰ, ਉਹ ਤੈਨੂੰ ਆਪਣੇ ਯਾਰ ਦੇ ਮਰਨ ਦੀ ਖਬਰ ਸੁਣ ਕੇ ਕੋਈ ਦੁੱਖ ਹੀ ਨਹੀਂ ਲੱਗਾ ਯਾਰ, ਕੈਸਾ ਆਦਮੀ ਹੈ। ਮੈਨੂੰ ਕਿਤੇ ਤੇਰੇ ਮਰਨ ਦੀ ਖਬਰ ਆਈ ਹੁੰਦੀ ਨਾ, ਮੈਂ ਭੁੱਬੇ ਰੋਣਾ ਸੀ, ਉਹ ਦੁਆਤਾਂ ਮਾਰਨੀਆਂ ਸੀ ਮੈਂ, ਉਹ ਪਿੱਟ ਪਿੱਟ ਕੇ ਨੀਂਦ ਪਾ ਲੈਣੇ ਸੀ ਮੈਂ ਯਾਰ। ਹੈਂ, ਕਮਾਲ ਦੀ ਗੱਲ ਕਰਦਾ ਤੂੰ। ਐਕਚੁਅਲੀ ਮੈਨੂੰ ਆਪਣਾ ਕੋਈ ਦੁੱਖ ਨਹੀਂ ਯਾਰ, ਦਰਅਸਲ ਲੱਗੀ ਮੈਨੂੰ ਤਰਸ ਆਉਂਦਾ ਆਪਣੀ ਵਾਈਫ ਲਾਲੀ 'ਤੇ, ਉਹਦੇ ਕੋਲੋਂ ਇਹ ਖਬਰ ਬਰਦਾਸ਼ਤ ਨਹੀਂ ਹੋਣੀ। ਬੜੇ ਥੋੜ੍ਹੇ ਦਿਲ ਦੀ ਹੈ, ਪਿੱਛੇ ਜੇ ਸਾਡਾ ਕੁੱਤਾ ਮਰਿਆ ਸੀ, 3 ਦਿਨ ਦੰਦਲਾਂ ਪੈਂਦੀਆਂ ਰਹੀਆਂ ਲਾਲੀ ਨੂੰ, ਦੰਦਾਂ 'ਚ ਚਮਚੇ ਪਾ ਕੇ ਦੰਦਲਾਂ ਤੋੜੀਆਂ ਉਹਦੀਆਂ। ਉਹ ਫਿਰ ਫਿਕਰ ਵਾਲੀ ਕੋਈ ਗੱਲ ਨਹੀਂ ਯਾਰ, ਜੇ ਕੁੱਤੇ ਦੀ ਮੌਤ ਬਰਦਾਸ਼ਤ ਕਰ ਗਈ ਨਾ, ਤਾਂ ਫਿਰ ਤੇਰੀ ਕਿਹੜੀ ਗੱਲ ਯਾਰ? ਲੱਕੀ ਮੇਰੇ ਦੋਸਤ, ਮੇਰੇ ਮਗਰੋਂ ਮੇਰੀ ਵਹੁਟੀ ਦਾ ਧਿਆਨ ਰੱਖੀ। ਕੁੱਗੀ ਯਾਰ, ਤੂੰ ਮਗਰੋਂ ਦੀ ਗੱਲ ਕਰਨ ਡਿਆ? ਓਏ, ਮੈਂ ਤਾਂ ਤੇਰੇ ਹੁੰਦਿਆਂ ਬੜਾ ਧਿਆਨ ਰੱਖਣਾ ਉਹਦਾ, ਮੇਰਾ ਤਾਂ ਬਲਕਿ ਧਿਆਨ ਹੀ ਉਹਦੇ 'ਚ ਰਹਿੰਦਾ। ਕੀ ਮਤਲਬ? ਓਏ, ਭਾਬੀ ਹੈ ਸਾਡੀ ਆਖਰ। ਆਹੋ, ਭਾਬੀ ਤਾਂ ਫਿਰ ਮਾਵਾਂ ਵਰਗੀ ਹੁੰਦੀ। ਨਹੀਂ ਤਾਂ ਤੂੰ ਕਹਿੰਦਾ, ਤੇ ਫਿਰ ਤੂੰ ਕੀ ਕਹਿੰਦਾ? ਮੈਂ ਤੈਨੂੰ ਪਹਿਲਾਂ ਦੱਸਦਾ, ਦੁਨੀਆਂ ਦਾ ਸਭ ਤੋਂ ਵੱਡਾ ਝੂਠਾ। ਗੰਦਾ ਤਾਂ ਬਹੁਤ ਹੈ ਲੱਕੀ ਤੂੰ, ਪਰ ਇੰਨਾ ਮੈਨੂੰ ਪੱਕਾ ਪਤਾ ਸੀ ਤੂੰ ਇੰਨਾ ਗੰਦਾ ਨਹੀਂ ਹੋ ਸਕਦਾ। ਮੈਂ ਹੁਣ ਹੌਲੀ ਹੌਲੀ ਤਰੀਕੇ ਜਿਹੇ ਨਾਲ ਲਾਲੀ ਨੂੰ ਦੱਸਣ ਦੀ ਕੋਸ਼ਿਸ਼ ਕਰਦਾ। ਮੈਂ ਭਾਈ ਸਾਹਿਬ, ਮੈਂ ਤੁਹਾਨੂੰ ਕਿੰਨੀ ਵਾਰ ਕਿਹਾ, ਕਿਉਂ ਪਰੇਸ਼ਾਨ ਕਰ ਰਹੇ ਹੋ? ਆ ਗਏ ਤੁਸੀਂ? ਆ ਕਾਹਦਾ ਬਸ ਗਏ ਸਮਝੋ। ਹਾਂਜੀ, ਮਤਲਬ ਗਏ ਆਏ ਆਏ ਗਏ, ਪਤਾ ਲੱਗਦਾ ਕੁਛ? ਕਿਤੇ ਭੰਗ ਤਾਂ ਨਹੀਂ ਪੀਤੀ ਵੀ ਆਏ ਗਏ ਗਏ ਆਏ? ਚੱਲ ਕਦੀ ਕਿਸੇ ਗੱਲ ਨੂੰ ਆਈ ਗਈ ਵੀ ਕਰ ਦਿਆ ਕਰ, ਕਿਉਂ ਗੱਲ ਫੜ ਕੇ ਬਹਿ ਜਾਂਦੀ ਹੁੰਦੀ ਹੈ। ਵੈਸੇ ਬਾਏ ਦਾ ਵੀ ਲੜਾਈ ਕਿਹਦੇ ਨਾਲ ਹੋ ਰਹੀ ਸੀ ਇਸ ਵੇਲੇ? ਐਵੇਂ ਸੀ ਕੋਈ, ਮੈਂ ਤਾਂ ਬੜਾ ਪਰੇਸ਼ਾਨ ਹੋ ਗਿਆ ਵੇਖ ਕੇ। ਮੈਂ ਕਿਹਾ ਮੈਂ ਤਾਂ ਫੋਨ ਕਰ ਨਹੀਂ ਰਿਹਾ, ਇਹ ਕਿਹਦੇ ਨਾਲ ਲੜੀ ਜਾਂਦੀ ਸੁੱਕੀ ਜਾਂਦੀ? ਤੁਹਾਡੇ ਨਾਲ ਨਾ ਲੜਿਆ ਕਰਾਂ ਤਾਂ ਹੋਰ ਕਿਸ ਨਾਲ ਲੜਿਆ ਕਰਾਂ? ਲੜਿਆ ਤਾਂ ਉਸ ਨਾਲ ਹੀ ਜਾਂਦਾ ਨਾ ਜਿਸ ਨੂੰ ਤੁਸੀਂ ਸਭ ਤੋਂ ਜ਼ਿਆਦਾ ਪਿਆਰ ਕਰਦੇ ਹੋ। ਤੁਹਾਡੇ ਬਿਨਾਂ ਮੇਰਾ ਹੈ ਹੀ ਕੌਣ? ਆ ਵੇਖ ਲੈ, ਫੋਨ ਆਇਆ ਤੇ ਹੈ ਕਿਸੇ ਦਾ। ਹੈਲੋ, ਤੁਸੀਂ ਮੈਨੂੰ ਮਾਫ ਕਰ ਸਕਦੇ ਹੋ, ਮੇਰੇ ਕੋਲ ਹੈ ਤੁਹਾਡਾ ਨੰਬਰ, ਜੇ ਜ਼ਰੂਰਤ ਪਏਗੀ ਤਾਂ ਮੈਂ ਤੁਹਾਨੂੰ ਬੁਲਾ ਲਵਾਂਗੀ। ਓਫ, ਇਹ ਹੈ ਕੌਣ ਸਾਹਿਬ, ਨੇ ਪਤਾ ਤਾਂ ਲੱਗੇ? ਲਾਈਫ ਇੰਸ਼ੋਰੈਂਸ ਵਾਲਾ ਹੈ, ਮੇਰੇ ਪਿੱਛੇ ਪੈ ਗਿਆ, ਇੰਸ਼ੋਰੈਂਸ ਕਰਾ ਲਓ, ਇੰਸ਼ੋਰੈਂਸ ਕਰਾ ਲਓ। ਤੇ ਉਹਨੂੰ ਬੁਲਾ ਨਾ ਯਾਰ, ਕਰਾ ਇੰਸ਼ੋਰੈਂਸ, ਕਮਾਲ ਦੀ ਗੱਲ ਕਰਦੇ ਵੀ ਹੁਣੇ ਕਰਾ ਇੰਸ਼ੋਰੈਂਸ। ਹੈ, ਮੈਂ ਕਿਉਂ ਕਰਾਵਾਂ ਇੰਸ਼ੋਰੈਂਸ? ਮੈਨੂੰ ਪਤਾ ਹੈ ਮੈਨੂੰ ਇੰਨੀ ਛੇਤੀ ਉੱਪਰੋਂ ਬੁਲਾਵਾ ਨਹੀਂ ਆਉਣ ਵਾਲਾ। ਮੈਨੂੰ ਤਾਂ ਆ ਗਿਆ ਨਾ ਬੁਲਾਵਾ। ਜੇ ਮੂੰਹ ਚੰਗਾ ਨਾ ਹੋਵੇ ਤਾਂ ਗੱਲ ਚੰਗੀ ਕਰੀਦੀ ਹੁੰਦੀ ਹੈ। ਓ ਡਾਰਲਿੰਗ, ਐਕਚੁਅਲੀ ਆਡਿਟ ਬ੍ਰਾਂਚ ਵਾਲਿਆਂ ਤੋਂ ਬੁਲਾਵਾ ਆਇਆ ਹੋਇਆ। ਮੈਂ ਸੋਚਦਾ ਸੀ ਕਿ ਚਲੋ ਇੱਕ ਮੋਟੀ ਜੀ ਬੀਮਾ ਪਾਲਿਸੀ ਲੈ ਲਈਏ।
आज तो मोटी जी बीमा पॉलिसी ले रहे हो, कल नू कहोगे एक मोटी जी बीवी भी ले आना, तू तो मैनू पसंद नहीं, मैं तो होर ले आवांगा। ना दस, मेरा दिमाग खराब है, मैं होर बीवी लेके आवां? हां फिर उदी खातिर भी एक इंश्योरेंस करावा मैं, क्योंकि एक पॉलिसी ली तो मेरे मगरों तुसी दोवे जानियां लड़ लड़ के मर जाओगी। हां मगरों का की मतलब हुंदा किन्नी बार क्या जे मुंह चंगा ना होवे तां गल चंगी चली हुंदी है। गल सुन, इधर गल नहीं कर, सुन इधर, तैनू हुण मेरा मुंह नजर आया है, जदों मैं घोड़ी दे उत्ते चढ़ के सज धज के व्याहुण गया सी ओदों मुंह नजर नहीं सी आया मेरा। बड़े सियाणे सी तुसी, मुंह शेरिया ना ढक के आए सी कि किते कुड़ी देख के ना ना कर देवे। सियाणी ते तू नहीं काट नहीं सी वैसे, ऐडा बांह जिड्डा लम्मा घुंड कढ़िया सी वी मुंडा किते शक्ल वेख के छड्ड ही ना जाए। देख तेनू पता है सारी दुनिया दो ही बंदे तेरे सब तो नेड़े ने, एक लाली भाभी एक मैं। हाँ इस गल की मैनू खुशी है कि तेरे श्रद्धांजलि समारोह ते स्पीच करने लिए बेनती मैंने की जाएगी। हाँ फिर देखी काका ਉਹ ਸਪੀਚ ਪੜਾਂਗੇ, ਉਹ ਸਪੀਚ ਪੜਾਂਗੇ, ਤੇਰੀ ਆਤਮਾ ਨੂੰ ਵੀ ਗੁਦਗਦੜੀਆਂ ਨਿਕਲਣਗੀਆਂ। ਬੱਲੇ ਸਖੀਆ ਹੈ ਚੋਰ ਨਾਲੋਂ ਭੰਡ ਕਾਲੀ। ਮੈਂ ਇਹੀ ਸੋਚ ਰਿਹਾ ਸੀ ਵੀ ਲਾਲੀ ਕੋਲੋਂ ਬਿਜ਼ਨਸ ਕੋਈ ਕਰਨੀ ਹੋਣਾ, ਨੌਕਰੀ ਉਹਨੇ ਕਦੀ ਕੋਈ ਕੀਤੀ ਨਹੀਂ। ਓ ਡੋਂਟ ਵਰੀ, ਟੇਕ ਹੌਸਲਾ ਯਾਰ, ਲਾਲੀ ਭਾਬੀ ਜਵਾਨ ਹੈ, ਪੜ੍ਹੀ ਲਿਖੀ ਹੈ, ਸੋਹਣੀ ਹੈ, ਆਪੇ ਹੋਰ ਵਿਆਹ ਕਰ ਲੂਗੀ। ਸੋਰੀ ਯਾਰ, ਮੈਨੂੰ ਲੱਗਦਾ ਮੈਂ ਫੇਰ ਬਕਵਾਸ ਕਰ ਗਿਆ। ਨਹੀਂ ਲੱਕੀ, ਤੂੰ ਬਕਵਾਸ ਨਹੀਂ ਕੀਤੀ, ਤੂੰ ਤਾਂ ਬੜੇ ਕੰਮ ਦੀ ਗੱਲ ਕਰ ਗਿਆ ਯਾਰ। ਵਿੱਕੀ ਵਰਗੇ ਕਿਸੇ ਫਰੋਡੇ ਆਜ਼ਮ ਦੇ ਵਸ ਪੈਣ ਨਾਲ ਚੰਗਾ ਨਹੀਂ ਲਾਲੀ ਦਾ ਘਰ ਵਸ ਜੇ, ਮੇਰਾ ਵਸ ਚੱਲੇ ਮੈਂ ਘਰ ਵਸਾ ਕੇ ਜਾਵਾਂ। ਪੰਗਾ ਸਿਰਫ ਇਹ ਕਿ ਐਸਾ ਕਾਬਲ ਆਦਮੀ ਕਿੱਥੋਂ ਲੱਭਾਂ ਜਿਹਦੇ ਹਵਾਲੇ ਮੈਂ ਆਪਣੀ ਲਾਲੀ ਦੀ ਜ਼ਿੰਦਗੀ ਕਰ ਸਕਾਂ। ਬਿਲਕੁਲ ਜੀ ਬਿਲਕੁਲ, ਬੜਾ ਔਖਾ ਕੰਮ ਹੈ। ਦੇਖੋ ਨਾ, ਮੈਂ ਤਾਂ ਹੁਣ ਵਿਆਹ ਆ ਆਲਰੇਡੀ। ਕੀ ਬਕਵਾਸ ਕਰਨ ਡਿਆ ਯਾਰ, ਮੈਂ ਕਹਿੰਦਾ ਧੰਨ ਦੀ ਚਰਨਪ੍ਰੀਤ ਭਾਬੀ ਜਿਹੜੀ ਤੇਰੇ ਨਾਲ ਦਿਨ ਕੱਟੀ ਜਾਂਦੀ ਹੈ। ਬੜੀ ਮੈਂ ਦਿਨ, ਮੇਰਾ ਮਤਲਬ ਉਹ ਤਾਂ ਦੇਵੀ ਹੈ ਯਾਰ, ਦੇਵੀ। ਤੇ ਵੇਖੀ ਹਾਂ ਜਿੱਦਣ ਉਹ ਦੇਵੀ ਚੰਡੀ ਬਣ ਗਈ ਨਾ, ਉਹਨੇ ਲੱਕੀ ਲੱਕ ਤੋਂ ਤੋੜਨਾ ਹੀ, ਲੱਲਾ ਇੱਧਰ ਤੇ ਕੱਕਾ ਇੱਧਰ, ਇਹ ਅੱਧਾ ਕੁ ਬਿਹਾਰੀ ਤੇ ਖਿਲਰੇ ਫਿਰਨੇ ਇੱਧਰ ਉੱਧਰ ਕਿਤੇ ਕਿਸੇ ਥਾਂ ਦਾ। ਲਫਾਫੇ ਵੀ ਬਣ ਗਏ ਹੋਣੇ, ਅੱਜ ਛਾਪ ਰਿਹਾ, ਕੱਲ ਲੋਕਾਂ ਨੇ ਪੜ੍ਹਨਾ, ਉਹਦੇ ਵਿੱਚ ਇਹਨੂੰ ਛਾਪ ਦਿਓ। ਬਾਦਸ਼ਾਹ ਯੂ ਫਿਕਰ ਨਾ, ਅਸੀਂ ਤੁਹਾਡੀ ਲਾਈ ਬਣਾ ਦਾਂਗੇ, ਤੁਹਾਡੇ ਇਸ਼ਤਿਹਾਰ ਨੂੰ ਬਣਾ ਕੇ ਸਵਾਰ ਕੇ ਛਾਪਾਂਗੇ, ਸਾਡੇ ਪੇਪਰ ਦਾ ਸਟੈਂਡਰਡ ਬੜਾ ਹਾਈ ਹੈਗਾ। ਬਸ ਇੱਕ ਵਾਰੀ ਇਸ਼ਤਿਹਾਰ ਛਪਣ ਦੀ ਦੇਰੀ ਹੁੰਦੀ ਹੈ। ਲਾੜਾ ਅਖਬਾਰ ਚੋਂ ਨਿਕਲ ਆਉਂਦਾ ਜੀ। ਮੈਨੂੰ ਸ਼ੱਕ ਪੈਂਦਾ ਤੁਸੀਂ ਮੇਰੇ ਨਾਲ ਟੀਚਰ ਕਰ ਰਹੇ ਹੋ। ਸ਼ੱਕ ਨਹੀਂ ਜੀ, ਯਕੀਨ ਹੀ ਕਰੋ, ਮੈਂ ਤੁਹਾਨੂੰ ਟੀਚਰ ਹੀ ਕਰ ਰਿਹਾ ਹਾਂ। ਵੇਖੋ ਤੁਸੀਂ ਮੀਡੀਆ ਨਾਲ ਮਾਹੌਲ ਕਰ ਰਹੇ ਹੋ, ਚੰਗੀ ਗੱਲ ਨਹੀਂ ਹੈਗੀ। ਜੇ ਮੈਨੂੰ ਤੁਹਾਡੇ ਇਸ਼ਤਿਹਾਰ ਦਾ ਲਾਲਚ ਨਹੀਂ ਨਾ ਹੁੰਦਾ ਤੇ ਕੱਲ ਵਾਲੇ ਅਖਬਾਰ 'ਚ ਮੈਂ ਤੁਹਾਡਾ ਜਲੂਸ ਕੱਢ ਦਿੰਦਾ। ਯਾਰ ਫਿਲਹਾਲ ਤਾਂ ਤੁਸੀਂ ਇਸ਼ਤਿਹਾਰ ਹੀ ਕੱਢੋ ਜੀ। ਅੱਛਾ ਤੇ ਫਿਰ ਜਲਦੀ ਨਾਲ ਕੱਢੋ, 2100 ਰੁਪਏ। ਹਾਂ 2100 ਰੁਪਏ ਦਾ ਚੈੱਕ ਤਾਂ ਤੁਹਾਡਾ ਰੈਡੀ ਹੈ ਜੀ, ਮੈਂ ਪਤਾ ਕਰ ਲਿਆ ਸੀ ਫੀਸ ਦਾ। ਹੁਣ ਤੁਸੀਂ ਕੱਢੋ ਕੁੜੀ ਦੇ ਮਾਂ ਪਿਓ ਵੱਲੋਂ ਐਫੀਡੇਵਿਟ। ਐਫੀਡੇਵਿਟ ਤਾਂ ਮੁਸ਼ਕਿਲ ਹੀ ਹੈ ਜੀ, ਉਹ ਤਾਂ ਨਹੀਂ ਮੰਨਣਾ ਕੁੜੀ ਦੇ ਮਾਂ ਪਿਓ ਨੇ ਐਫੀਡੇਵਿਟ ਦੇਣ ਵਾਸਤੇ। ਅਰੇ ਬਈ ਕਿਉਂ ਨਹੀਂ ਮੰਨਣਾ, ਕੁੜੀ ਕੋਈ ਨੱਸ ਕੇ ਕਿਸੇ ਨਾਲ ਵਿਆਹ ਥੋੜਾ ਕਰ ਰਹੀ ਹੈ, ਉਹਨਾਂ ਦੀ ਰਜ਼ਾਮੰਦੀ ਨਾਲ ਕਰ ਰਹੀ ਹੈ, ਉਹਨਾਂ ਨੂੰ ਕੀ ਇਤਰਾਜ਼ ਹੋ ਸਕਦਾ। ਅਸੋ ਇੱਕ ਕੰਮ ਕਰੋ, ਹਾਂਜੀ ਤੁਸੀਂ ਆਪਣੇ ਵੱਲੋਂ ਐਫੀਡੇਵਿਟ ਦੇ ਦਿਓ। ਵੈਸੇ ਬਾਈ ਦੇ ਵੇ, ਤੁਸੀਂ ਕੁੜੀ ਦੇ ਕੋਲ, ਮੈਂ ਲੜਕੀ ਦਾ ਹਸਬੈਂਡ। ਐਕਸਕਿਊਜ਼ ਮੀ, ਹੈਲੋ ਮੈਂਟਲ ਹਸਪੀਟਲ, ਗੱਲ ਸੁਣੋ, ਕੱਲ੍ਹ ਤੁਸੀਂ ਇਸ਼ਤਿਹਾਰ ਦਿੱਤਾ ਸੀ ਨਾ
ਇੱਕ ਪਾਗਲ ਪਾਗਲਖਾਨੇ ਚੋਂ ਨੱਸ ਗਿਆ, ਉਹਦਾ ਹੁਲੀਆ ਕੀ ਹੈ ਭਲਾ? ਕਲੀਨ ਸ਼ੇਵਨ, ਵਾਲ ਕੱਟੇ ਹੋਏ, ਲੱਗਦਾ ਹੈ ਕੋਈ ਹੋਰ ਹੈ। ਬਾਦਸ਼ਾਹ, ਐਫੀਡੇਵਿਟ ਦੇ ਨਾਲ ਨਾਲ ਤੁਹਾਨੂੰ ਮੈਂਟਲ ਫਿਟਨੈਸ ਦਾ ਸਰਟੀਫਿਕੇਟ ਵੀ ਦੇਣਾ ਪਏਗਾ। ਵਾਟ ਡੂ ਯੂ ਮੀਨ? ਮਤਲਬ ਤੁਹਾਨੂੰ ਕੀ ਲੱਗਦਾ ਕਿ ਮੈਂ ਪਾਗਲ? ਨਹੀਂ ਜੀ, ਜੇ ਮੈਂ ਇਸ਼ਤਿਹਾਰ ਕੱਲ ਆਪਣੀ ਅਖਬਾਰ ਵਿੱਚ ਛਪਵਾ ਦਿੱਤਾ ਨਾ, ਤੇ ਲੋਕੀ ਮੈਨੂੰ ਜ਼ਰੂਰ ਪਾਗਲ ਸਮਝਣਗੇ। ਜਿਹੜੀ ਫਿਰ ਚਰਨਪ੍ਰੀਤ ਨੇ ਉਹ ਕੁੜੀ ਕੁੱਟੀ ਕਿਤੇ ਕਾਲਜ, ਉਹ ਕਹਿੰਦੀ ਤੂੰ ਹੁੰਦੀ ਕੌਣ ਹੈ, ਮੇਰੇ ਲੱਕੀ ਨਾਲ ਇੱਕੋ ਲਿਮਕਾ ਚ ਦੋ ਸਟਰਾਂ ਪਾ ਕੇ ਪੀਣ ਵਾਲੀ। ਨਾਲੇ ਉਹਨੇ ਅਨਾਊਂਸ ਕਰਤਾ ਸੀ ਸਾਰੇ ਕਾਲਜ, ਕਹਿੰਦੀ ਖਬਰਦਾਰ ਅੱਜ ਤੋਂ ਬਾਅਦ ਜੇ ਕਿਸੇ ਨੇ ਮੇਰੇ ਲੱਕੀ ਤੇ ਅੱਖ ਰੱਖੀ। ਲਓ ਜੀ ਉਹ ਦਿਨ ਜਾਏ ਤੇ ਅੱਜ ਦਾ ਆਏ, ਅਸੀਂ ਸਾਰੀ ਕਾਲਜ ਦੀਆਂ ਕੁੜੀਆਂ ਨੇ ਵੀਰ ਜੀ ਹੋ ਗਏ। ਅੱਜ ਉਹੀ ਚਰਨਪ੍ਰੀਤ ਸਾਡੇ ਚਰਨ ਧੋ ਧੋ ਕੇ ਪੀਂਦੀ, ਭਾਵੇਂ ਚਰਨ ਕਿੰਨੇ ਮਿਲੇ ਕਿਉਂ ਨਾ ਹੁਣ। ਵੈਸੇ ਗੱਲ ਇੱਕ ਹੈ ਲੱਕੀ, ਕਿ ਹੈ ਤੂੰ ਐਕਚੁਅਲੀ ਲੱਕੀ? ਅੱਜ ਕੱਲ੍ਹ ਏਦਾਂ ਦੀਆਂ ਨੇਕ ਬੀਵੀਆਂ ਕਿੱਥੇ ਮਿਲਦੀਆਂ? ਨਾ ਨਾ ਪਤਾ ਕਰ ਲਓ, ਜੇ ਕੋਈ ਲੱਭਦੀ ਹੋਵੇ ਤਾਂ ਲੈ ਆਓ। ਲੱਕੀ ਬਾਜੀ ਨੇ ਤਾਂ ਖੁਸ਼ ਹੋਣਾ ਹੀ, ਅਗਲੀ ਨੇ ਲਗਾਮਾਂ ਜੋ ਢਿੱਲੀਆਂ ਛੱਡੀਆਂ ਹੋਈਆਂ। ਵੈਸੇ ਨਾ ਲਾਲੇ ਡਾਰਲਿੰਗ, ਇਹ ਜਿਹੜੀਆਂ ਹੱਥਾਂ ਦੀਆਂ ਲਕੀਰਾਂ ਹੁੰਦੀਆਂ ਨਾ, ਇਹਨਾਂ ਨੂੰ ਕੋਈ ਮਤਲਬ ਮਿਟਾ ਨਹੀਂ ਸਕਦਾ, ਹੈ ਨਾ? ਕੋਈ ਨਹੀਂ ਬਦਲ ਸਕਦਾ ਇਹਨਾਂ ਨੂੰ। ਤੇਰੇ ਹੱਥ 'ਚ ਨਾ ਦੋ ਵਿਆਹ ਲਿਖੇ। ਕੀ ਜਬਲੀਆਂ ਮਾਰੀ ਜਾਂਦੇ ਹੋ? ਮੈਂ ਇੱਕ ਟਿਪੀਕਲ ਹਿੰਦੁਸਤਾਨੀ ਵਾਈਫ ਹੈ, ਜਿੰਨਾ ਇੱਕ ਵਾਰ ਲਾਵਾਂ ਲੈ ਲਈਆਂ ਬਸ ਉਹਦੇ ਹੋ ਗਏ, ਦੂਜੇ ਬਾਰੇ ਤਾਂ ਮੈਂ ਸੁਪਨੇ 'ਚ ਵੀ ਨਹੀਂ ਸੋਚ ਸਕਦੀ। ਅਸ਼ਮੀਤਾ, ਮੈਂ ਤੇਰੇ ਬਿਨਾਂ ਕਿਸੇ ਬਾਰੇ ਨਹੀਂ ਸੋਚ ਸਕਦਾ। ਆਈ ਲਵ ਯੂ। ਹਾਏ ਰਮੇਸ਼, ਮੇਰੇ ਕੰਨ ਤਰਸ ਗਏ ਸੀ ਤੇਰੇ ਮੂੰਹੋਂ ਇਹ ਗੱਲ ਸੁਣਨ ਲਈ। ਤੂੰ ਮੇਰੀ ਜ਼ਿੰਦਗੀ ਦਾ ਪਹਿਲਾ ਤੇ ਆਖਰੀ ਪਿਆਰ ਹੈ, ਤੂੰ ਹੀ ਮੇਰੀ ਜ਼ਿੰਦਗੀ ਦਾ ਮਕਸਦ ਹੈ। ਹਾਏ, ਤਾਲੀਆਂ ਤਾਂ ਮਾਰੋ। ਇਹ ਸਾਡੇ ਡਰਾਮੇ ਦਾ ਕਲਾਈਮੈਕਸ ਸੀ, ਜਿਹੜਾ ਇੰਟਰ ਯੂਨੀਵਰਸਿਟੀ 'ਚ ਫਸਟ ਆਇਆ ਸੀ। ਪਰ ਤੂੰ ਇੱਕ ਮਹੀਨੇ ਬੰਦ ਉੱਲੂ ਕਿੱਥੇ ਸੀ ਇੰਨੇ ਸਾਲ ਤੱਕ? ਨਾ ਕੋਈ ਫੋਨ, ਨਾ ਕੋਈ ਲੈਟਰ, ਨਾ ਮੇਰੇ ਵਿਆਹ ਤੇ ਆਇਆ, ਨਾ ਨਿੱਕੀ ਦੇ, ਇਹ ਕੋਈ ਦੋਸਤੀ ਹੁੰਦੀ ਹੈ? ਹਾਂ, ਅੱਛਾ ਅੱਛਾ, ਜੇ ਤੇਰਾ ਗਾਲਾਂ ਦਾ ਸੈਸ਼ਨ ਮੁੱਕ ਗਿਆ ਤਾਂ ਇਹਨਾਂ ਸ਼ਰੀਫ ਬੰਦੇ ਨਾਲ ਮੈਨੂੰ ਇੰਟਰੋਡਿਊਸ ਤਾਂ ਕਰ ਦੇ। ਓ ਹਾਂ ਹਾਂ, ਇਹ ਮੇਰੇ ਹਸਬੈਂਡ ਨੇ। ਦੋਵੇਂ ਸਟੂਪਿਡ, ਮੀਟ ਮਾਈ ਡਾਰਲਿੰਗ ਹਸਬੈਂਡ ਗੁਰਪ੍ਰੀਤ ਕੁੱਗੀ, ਔਰ ਇਹ ਸਾਡੇ ਫੈਮਿਲੀ ਫਰੈਂਡ ਨੇ ਲੱਕੀ ਪਾਜੀ। ਬੈਠੋ ਰਮੇਸ਼ ਜੀ। ਰਮੇਸ਼, ਇਹਦਾ ਨਾਮ ਸਿਕੰਦਰ ਹੈ, ਡਰਾਮੇ 'ਚ ਇਹਦਾ ਨਾਮ ਰਮੇਸ਼ ਸੀ। ਵੈਸੇ ਐਕਟਿੰਗ ਮੇਰੀ ਬੈਟਰ ਸੀ ਔਰ ਬੈਸਟ ਐਕਟਰ ਦਾ ਅਵਾਰਡ ਇਹਨੂੰ ਮਿਲ ਗਿਆ। ਭਾਈ, ਇਸ ਕਰਕੇ ਮਿਲਿਆ ਕਿਉਂਕਿ ਮੈਂ ਡਿਜ਼ਰਵ ਕਰਦਾ ਸੀ? ਮੈਂ ਡਿਜ਼ਰਵ ਕਰਦੀ ਸੀ। ਮੈਂ ਡਿਜ਼ਰਵ ਕਰਦਾ ਸੀ? ਮੈਂ। ਯਾਰ, ਮੈਂ ਤਾਂ ਇੱਕ ਵਾਰੀ ਡਰੀ ਗਿਆ ਸੀ, ਪਰ ਬਾਈ ਗੋਡ ਮੈਂ ਬਹੁਤ ਖੁਸ਼ ਹੋਇਆ ਸੀ। ਚਲੋ, ਮਨ ਤੋਂ ਬੋਝ ਉੱਤਰ ਗਿਆ। ਤੁਸੀਂ ਦੋਵੇਂ ਇੱਕ ਦੂਸਰੇ ਨੂੰ ਡਿਜ਼ਰਵ ਕਰਦੇ ਹੋ। ਮਤਲਬ? ਮੇਰਾ ਮਤਲਬ ਤੁਸੀਂ ਦੋਵੇਂ ਡਿਜ਼ਰਵ ਕਰਦੇ ਹੋ, ਦੋਵੇਂ ਬਹੁਤ ਅੱਛੇ ਐਕਟਰਸ ਹੋ ਤੁਸੀਂ। ਸਿਰਫ ਮੈਂ। ਸਿਕੰਦਰ, ਤੂੰ ਇੱਥੇ ਕਿਵੇਂ? ਮੈਂ ਕੰਪਨੀ ਦੇ ਕੰਮ ਆਇਆ ਸੀ 3-4 ਦਿਨਾਂ ਲਈ, ਇਸੇ ਕਲੱਬ 'ਚ ਠਹਿਰਿਆ। ਆਹਾਂ, ਕੱਲਾ ਹੀ ਆਏ ਆ? ਬੀਵੀ ਬੱਚੇ ਵੀ ਨਾਲ ਆਏ ਨੇ? ਲਿਆਉਣੇ ਤਾਂ ਸੀ ਬੀਵੀ ਬੱਚੇ, ਪਰ ਜੇ ਹੁੰਦੇ। ਮਤਲਬ? ਮਤਲਬ ਵਾਲੇ ਤੱਕ ਛੜੇ ਹੀ ਆ ਜੀ। ਇੱਕ ਮਿੰਟ, ਅਸੀਂ ਸ਼ੌਚਾਲਿਆ ਜਾ ਕੇ ਆਏ। ਮੈਨੂੰ ਕੁਛ ਨਹੀਂ ਆਇਆ। ਆਇਆ? ਮੈਂ ਨਹੀਂ ਆਇਆ ਯਾਰ, ਤੈਨੂੰ ਸਵਾ ਪਤਾ, ਮੈਂ ਕਹਿ ਰਿਹਾ ਨਾ, ਆਇਆ ਆਇਆ ਆਇਆ, ਸ਼ੌਚਾਲਿਆ ਜਾ ਕੇ ਆਇਆ। ਲੱਕੀ, ਹਾਂ, ਤੇਰੇ ਕੋਈ ਮੈਡੀਸਨ ਆਇਆ ਯਾਰ? ਕਾਹਦੀ? ਕੋਈ ਵੀ ਹੋਵੇ ਯਾਰ, ਦਰਅਸਲ ਮੇਰਾ ਹੋਇਆ ਦਵਾਈ ਦਾ ਟਾਈਮ, ਤੇ ਆਪਣੀ ਦਵਾਈ ਮੈਂ ਘਰ ਭੁੱਲਾਂ, ਮੈਂ ਤੇਰੇ ਕੋਈ ਦਵਾਈ ਹੋਣੀ ਉਹ ਖਾ ਲੈਂਦੇ ਹਾਂ। ਜਿੰਨੀ ਵਾਰੀ ਦਿਹਾੜੀ ਤੇਰਾ ਦਵਾਈ ਦਾ ਟਾਈਮ ਹੁੰਦਾ ਨਾ ਕੋਈ, ਤੂੰ ਮੇਰੀ ਗੱਲ ਮੰਨ, ਦਵਾਈ ਨਾਲ ਰੱਖਣ ਦੀ ਬਜਾਏ ਕੈਮਿਸਟ ਨਾਲ ਰੱਖ ਲਿਆ ਕਰ। ਛੱਡ ਦਵਾਈ ਨਹੀਂ ਗਿਆ, ਜਿਹੜੀ ਗੱਲ ਕਰਨਾ ਹੈ ਗੱਲ ਕਰ, ਦੋਵੇਂ ਇਕੱਲੇ ਬੈਠੇ ਵਿਚਾਰੇ। ਇਕੱਲੇ ਤੇ ਇਹਨਾਂ ਨੂੰ ਜਾਣ ਕੇ ਛੱਡ ਗਿਆ, ਮੈਂ ਚਾਹੁੰਦਾ ਕਿ ਦੋਵੇਂ ਇੱਕ ਦੂਸਰੇ ਦੇ ਨੇੜੇ ਹੋ ਸਕਾਂ। ਕੀ ਮਤਲਬ? ਕਿਉਂਕਿ ਮੈਂ ਤਾਂ ਹੁਣ ਇਸ ਦੁਨੀਆਂ 'ਤੇ ਰਹਿਣਾ ਨਹੀਂ, ਮੈਂ ਚਾਹੁੰਦਾ ਕਿ ਸਿਕੰਦਰ ਦੀ ਲਾਲੀ ਨਾਲ ਜੋੜੀ ਬਣੇ। ਮੈਨੂੰ ਲੱਗਦਾ ਸਿਕੰਦਰ ਨਾਲ ਮੇਰੀ ਲਾਲੀ ਖੁਸ਼ ਰਹਿ ਸਕਦੀ, ਤੂੰ ਵੀ ਸੋਚਦਾ? ਆਈਡੀਆ ਮਾੜਾ ਨਹੀਂ ਆ। ਜੇ ਆਈਡੀਆ ਠੀਕ ਹੈ ਤਾਂ ਗੱਲ ਅੱਗੇ ਤੋਰੀਏ, ਜਾ ਕੇ ਤੋਰੀ ਲਓ। ਆਓ ਚੱਲ। ਸੱਚੀ ਸਿਕੰਦਰ, ਮੈਂ ਬਹੁਤ ਕਿਸਮਤ ਵਾਲੀ, ਮੈਨੂੰ ਬਹੁਤ ਚੰਗੇ ਹਸਬੈਂਡ ਮਿਲੇ ਨੇ। ਕੀ ਚੁਗਲੀਆਂ ਚੱਲ ਰਹੀਆਂ ਬਈ? ਲਓ ਕੁੱਕੀ ਜੀ, ਸੰਭੋ ਆਪਣੀ ਅਮਾਨਤ, ਮੈਨੂੰ ਦਿਓ ਛੁੱਟੀ।
ਸਿਕੰਦਰ ਜੀ ਜੇ ਅਸੀਂ ਆਪਣੀ ਅਮਾਨਤ ਤੁਹਾਨੂੰ ਸੌਂਪ ਹੀ ਦਿੱਤੀ ਹੈ ਤੇ ਭੱਜੋ ਤੇ ਨਾ ਹੋਣੇ ਤਾਂ ਨਹੀਂ ਨਹੀਂ ਕੁਕੀ ਜੀ ਅੱਜ ਮੈਨੂੰ ਨਿਕਲਣਾ ਪੈਣਾ ਮੇਰੀ ਬੌਸ ਨਾਲ ਮੀਟਿੰਗ ਆ ਨਹੀਂ ਨਹੀਂ ਮੈਂ ਤਾਂ ਕਹਿੰਦਾ ਰੋਟੀ ਦਾ ਟਾਈਮ ਹੈ ਸਾਰੇ ਬੈਠੇ ਆ ਰੋਟੀ ਖਵਾ ਕੇ ਜਾਓ ਕਿਉਂ ਨਹੀਂ ਕਿਉਂ ਨਹੀਂ ਮਾਈ ਪਲੇਜ਼ਰ ਬਟ ਅੱਜ ਨਹੀਂ ਜੀ ਕੱਲ ਸੇਮ ਟਾਈਮ ਸੇਮ ਪਲੇਸ ਓਕੇ ਬਾਏ ਬਾਏ ਨਹੀਂ ਵੀ ਸਿਕੰਦਰ ਮੈਨੂੰ ਤਾਂ ਪਸੰਦ ਹੈ ਤੂੰ ਆਪਣੀ ਰਾਏ ਦੱਸ ਰਾਏ ਪਸੰਦ ਮੇਰਾ ਮਤਲਬ ਮੁੰਡਾ ਚੰਗਾ ਹੈ ਗੱਲ ਵਧਾਈ ਜਾ ਸਕਦੀ ਹੈ ਕੀ ਬੁਝਾਰਤਾਂ ਪਾਈ ਜਾਂਦੇ ਹੋ ਮੇਰਾ ਮਤਲਬ ਦੋਸਤੀ ਵਧਾਈ ਜਾ ਸਕਦੀ ਹੈ ਕਿਉਂਕਿ ਦੇਖੋ ਹਰ ਬੰਦਾ ਦੋਸਤੀ ਵਧਾਉਣ ਦੇ ਲਾਇਕ ਵੀ ਨਹੀਂ ਹੁੰਦਾ ਹੈ ਨਾ ਦੋਸਤੀ ਵਧਾ ਸਕਦੇ ਹਾਂ ਉਹਦੇ ਨਾਲ ਆਪਾਂ ਮੁੰਡਾ ਤਾਂ ਸ਼ਰੀਫ ਹੈ ਬਹੁਤ ਨਾਈਸ ਵੀ ਹੈ ਮੋਰੋਵਰ ਖਾਨਦਾਨ ਬੜਾ ਅੱਛਾ ਹੈ ਤੁਹਾਨੂੰ ਕਿੱਦਾਂ ਪਤਾ ਉਦਾਂ ਹੀ ਮੁੰਡੇ ਦੀ ਗੱਲਬਾਤ ਤੋਂ ਲੱਗਦਾ ਕਿ ਮੁੰਡਾ ਕਿਸੇ ਚੰਗੇ ਖਾਨਦਾਨ ਦਾ ਹੋਣਾ ਹੈ ਨੌਕਰੀ ਵੀ ਚੰਗੀ ਹੈ ਹੋਰ ਆਪਾਂ ਕੀ ਚਾਹੀਦਾ ਤੁਸੀਂ ਤਾਂ ਇਦਾਂ ਡਿਟੇਲ 'ਚ ਪਏ ਹੋ ਜਿੱਦਾਂ ਰਿਸ਼ਤਾ ਕਰਾਉਣਾ ਹੁੰਦਾ ਇਹ ਤਾਂ ਸਮਝ ਲੈ ਕੀ ਤਾਂ ਰਿਸ਼ਤਾ ਕਰਾਉਣ ਚੱਲੇ ਹੋ ਹੈ ਕੋਈ ਮੇਰੀ ਖਾਸ ਨਾ ਤਾਂ ਦੱਸੋ ਮੈਨੂੰ ਉਸ ਮੂੰਹ ਕਾਲੀ ਦਾ ਕਾਲੀ ਨਹੀਂ ਹੈ ਤਾਂ ਲਾਲ ਹੀ ਹੈ ਪੁੱਛ ਪੜਤਾਲ ਤਾਂ ਇਦਾਂ ਕਰ ਰਹੇ ਹੋ ਜਿਵੇਂ ਮੇਰਾ ਹੀ ਰਿਸ਼ਤਾ ਕਰਾਉਣਾ ਹੁੰਦਾ ਹੈ ਆਈਡੀਆ ਮਾੜਾ ਨਹੀਂ ਹੈਗਾ ਮੈਨੂੰ ਤਾਂ ਵੈਸੇ ਵੀ ਲੱਗਦਾ ਕਿ ਉਹਨੇ ਸ਼ਾਇਦ ਤੇਰੇ ਕਰਕੇ ਵਿਆਹ ਨਹੀਂ ਕਰਾਇਆ ਹੋਣਾ ਮੇਰੇ ਕਰਕੇ ਤਾਂ ਬਹੁਤ ਕੁਆਰੇ ਬੈਠੇ ਨੇ ਵੈਰੀ ਗੁੱਡ ਫਿਰ ਤੇ ਬਹੁਤ ਵਧੀਆ ਇੱਕ ਦਿਨ ਬੁਲਾ ਲਓ ਸਾਰੇ ਇਕੱਠੇ ਕਰ ਲਓ ਉਹਨਾਂ ਚ ਕੋਈ ਅੱਛਾ ਜਿਹਾ ਛਾਂਟ ਲੈਨੇ ਆ ਦੇਖੋ ਜੀ ਸਿੱਧੀ ਸਿੱਧੀ ਗੱਲ ਕਰੋ ਜੇ ਕੋਈ ਚੰਗੀ ਕੁੜੀ ਹੈ ਤੁਹਾਡੀ ਨਜ਼ਰ 'ਚ ਤਾਂ ਮੈਂ ਸਿਕੰਦਰ ਨਾਲ ਗੱਲ ਤੋਰ ਕੇ ਦੇਖਾਂ ਸਿਕੰਦਰ ਨਾਲ ਗੱਲ ਤਾਂ ਲਾਲੀ ਤੋਰ ਹੀ ਲੈ ਲਓ ਪਰ ਕੁੜੀ ਕੌਣ ਹੈ ਮੈਂ ਉਹਨੂੰ ਮਿਲੀ ਹੋਈ ਹੈ ਮਿਲੀ ਤੂੰ ਤੇ ਕੁੜੀ ਮਿਲੀ ਹੋਈ ਹੈ ਉਹਦੇ ਨਾਲ ਮਤਲਬ ਇਹ ਸਮਝ ਲੈ ਵੀ ਤੇਰੇ 'ਚ ਉਹਦੇ 'ਚ ਫਰਕ ਹੀ ਕੋਈ ਨਹੀਂ ਹੈ ਮੈਂ ਸਮਝ ਗਈ ਬਿੱਲੋ ਮਾਸੀ ਦੀ ਕੁੜੀ ਲਈ ਦੇਖ ਰਹੇ ਹੋ ਦਫਾ ਕਰ ਬਿੱਲੋ ਮਾਸੀ ਦੀ ਕੁੜੀ ਲਈ ਉਹਦੇ ਤੇ ਮੈਂ ਵਿਆਹ ਨਹੀਂ ਜਾਣਾ ਫਿਰ ਇਹ ਕੁੜੀ ਕਿਹੜੀ ਹੋਈ ਕੋਈ ਨਹੀਂ ਕੁੜੀਏ ਲੱਗ ਜੂ ਪਤਾ ਉਫ ਜਾਂ ਤਾਂ ਤੁਸੀਂ ਪਾਗਲ ਹੋ ਗਏ ਹੋ ਜਾਂ ਮੈਨੂੰ ਕਰ ਦੇਣਾ ਚਾਹੁੰਦੇ ਹੋ ਟੈਨਸ਼ਨ ਨਹੀਂ ਲਈਦੀ ਹੁੰਦੀ ਲਾਲੀ ਜੀ ਉਹ ਕਹਾਵਤ ਹੈ ਨਾ ਵੀ ਨਾਈਆ ਸਿਰ ਤੇ ਕਿੰਨੇ ਵਾਲ ਕਹਿੰਦਾ ਜਜਮਾਨਾ ਝੋਲੀ ਜੀ ਆ ਜਾਣੇ ਸਭ ਪਤਾ ਲੱਗ ਜਾਣਾ ਆਪਾਂ ਤੇ ਲੱਗੀਆਂ ਬਈ ਸੌਣ ਹੁਣ ਉੱਠ ਕੇ ਇਹਨਾਂ ਦੀ ਨੀਂਦ ਦੀ ਦਵਾਈ ਲਿਆਓ ਨਵਾਬ ਸਾਹਿਬ ਦੀ ਸੁਪਨਾ ਤਾਂ ਨਹੀਂ ਦੇਖ ਰਹੀ
सड़ा के जुगता लोगो फड़ दे फिरन वधाइयां भाई कैमरे वाला सब दिया रहा फोट वाला मेरी बॉटी दा वेया मैनू गोडे गोडे जा मेरी बॉटी दा वेया मैनू गोडे गोडे जा मेरी बॉटी दा वेया मैनू गोडे गोडे जा कैसे कटिया दोस्त टकर जाते ने आज फिर पल्यों पीनी पैनी फिकर ना कर भाभी सिकंदर ने तेरे रोटी का ही बिल देना दारू का अपना इतना अकाउंट चलता इन्हों इकलिया छटना चाहिए एक्सक्यूज मी तुसी कितने जा रहे हो तो शौचालय हाँ यस मेरा शौचालय च अकाउंट चल लाली तेन किसी गैर ना बह के हसते देखिया तो नहीं चाहता जी करता अखा मीट लवा पर फिर सोचता कि जो मैं सच्ची मुची अखा मीट ली तो तू हसती वसती है वरना यह दुनिया से भरी पी है विकी अगर चंडाला आओ जी विकी जी हमें थोन ही याद कर रहे अच्छा मतलब मेरी उम्र बहुत लंबी है सानू भी किसी ने याद किया हों जी सा भी उम्र लंबी हो जाती सानू तो डायरेक्ट उपर वाले ने याद कर लिया पम्बी पुलर मुबारक दी कादिया मुबारक जी वो तलाक दिया नहीं इन्होंने बहुत बड़े बजट की फिल्म मौका मिले बहुत चीज हो वैसे विक्की बाबू जी तुसी मौका मिले सही मौका गवांदे नहीं तुसी मौका अगर मिले तो मौका दोना चाहिए ना हेलो पूजा फिल्म कंप्लीट हो गई एक्सक्यूज मी वैसे पम्मी पुलर जी ए थोड़ा बड़ा पर्सनल मैटर है मैंने पूछना तो नहीं चाहिए पर तुसी इस पूंड दे गेड़े च किदां आ गए की कह रहे हो तुसी विक्की जी तो बड़े देवता आदमी ने देवता ये एक्चुअली देवता नहीं जी दरअसल देवता दी यूनिफॉर्म दे विच पैरों तुरिया फिरदा पैरों नहीं इन्होंने बुरे वक्त च मेरी उंगली फड़ी है ये तो सुखना सुख का भी किसी तो बुरा वक्त आए तो मैं उंगली फड़ा उंगली तो शुरू होता है पहले उंगली फड़द फिर हाथ फड़द फिर बांह फड़द ये फड़न फड़ाने के चक्कर कई बार फड़िया गया पर मैंने तो मॉडलिंग के वड्डे वड्डे कॉन्ट्रैक्ट दवा रहे ने ते नाले वड्डे बैनर दी फिल्म भी ये जिहड़ी फिल्म दे विच काम करवाना चाहुंदा ना तुहानूं वो फिल्मां दरअसल सिनेमिया च नहीं लगदियां फिल्मां सिर्फ मोबाइल फोन ते ही आउंदियां डिस्ट्रीब्यूटर नहीं हुंदे इन्हां फिल्मां दे यार दोस्त एक दूसरे नूं कहिंदे आ मैनूं भी भेजी जरा भेज मेरे वल भी लाली हां अपने नाल ओह नहीं सी हुंदा पवन बौणा हां हां एक दिन मैनूं शताब्दी च मिलिया सिकंदर मैं एक मिनट चाहिए हां एक्सक्यूज मी बिल तां जद मैं देना ये क्यों एक एक करके खिसकी जा रहे ला पिक्चर स्क्रीन
ਲਾਲੀ ਗੱਲ ਤੇ ਸੁਣੋ ਖੁਦਾ ਮੇਰੇ ਪਾਰਕਿੰਗ ਜਾ ਕੇ ਤੇ ਬ੍ਰੇਕ ਮਾਰ ਲੈ ਮੇਰੇ ਪਿੱਛੇ ਆਂਦੀ ਲੋਨੀ ਚਲੋ ਠੀਕ ਹੈ ਬਿਲਕੁਲ ਅੱਗੇ ਆ ਜਾਂਦੇ ਤੁਹਾਡੇ ਮੇਰੇ ਅੱਗੇ ਹਟੋ ਕਮਾਲ ਦੀ ਗੱਲ ਕਰ ਰਹੀ ਵੈਸੇ ਪਿੱਛੇ ਆਣ ਦੀ ਲੋੜ ਨਹੀਂ ਅੱਗੇ ਹਟੋ ਤੇ ਮੈਂ ਹਵਾ 'ਚ ਖੜਾ ਹੋ ਜਾਵਾਂ ਜਿਹੜੀਆਂ ਹਵਾਵਾਂ 'ਚ ਤੁਸੀਂ ਹੋ ਨਾ ਉਹ ਮੈਂ ਸਭ ਦੇਖ ਲਿਆ ਕਿਉਂ ਗਰੀਬ ਦੀ ਹਵਾ ਕੱਢੀ ਜਾਂਦੀ ਹੈ ਗੱਲ ਤੇ ਸੁਣ ਲੈ ਮੈਂ ਕੋਈ ਗੱਲ ਨਹੀਂ ਸੁਣਨਾ ਚਾਹੁੰਦੀ ਮੈਨੂੰ ਸਿਰਫ ਇਹ ਦੱਸੋ ਕਿ ਉਹ ਬਾਂਦਰੀ ਕੌਣ ਸੀ ਦਿਮਾਗ ਖਰਾਬ ਹੋ ਗਿਆ ਤੇਰਾ ਕਦੀ ਪੌਣੇ 6 ਫੁੱਟ ਦੀ ਬਾਂਦਰੀ ਵੇਖੀ ਉਹ ਵੀ ਗੁੱਤ ਵਾਲੀ ਉਹ ਪੰਮੀ ਭੁੱਲਰ ਸੀ ਓ ਹੁਣ ਸਮਝ ਆਈ ਕਿ ਪੰਮੀ ਭੁੱਲਰ ਦੇ ਤਲਾਕ ਦੀ ਵਜ੍ਹਾ ਕੀ ਹੈ ਲਾਲੀ ਤੂੰ ਸਮਝ ਨਹੀਂ ਰਹੀ ਯਾਰ ਮੈਂ ਤਾਂ ਸਮਝੀ ਹੁਣ ਕਿ ਉਹ ਸਿਕੰਦਰ ਦੀਆਂ ਤਾਰੀਫਾਂ ਕਰ ਕਰਕੇ ਸਾਨੂੰ ਕੱਲਿਆਂ ਬੈਠਣ ਦਾ ਮੌਕਾ ਦਿੱਤਾ ਜਾ ਰਿਹਾ ਸੀ ਤਾਂ ਕਿ ਮੇਰੇ ਦਾਮਨ ਤੇ ਬਦਨਾਮੀ ਦੇ ਛਿੱਟੇ ਪਾ ਕੇ ਉਹਨਾਂ ਛਿੱਟਿਆਂ 'ਚ ਤੁਸੀਂ ਆਪਣਾ ਕਲੰਕ ਲੁਕੋ ਸਕੋ ਕਿੰਨੀ ਵਾਰੀ ਵੈਸੇ ਤੇਰੀ ਜਾਨ ਨੂੰ ਪਿੱਟਿਆ ਵੀ ਇਹ ਹਿੰਦੀ ਫਿਲਮਾਂ ਨਾ ਵੇਖਿਆ ਕਰ ਹੈ ਇਹ ਦਾਮਨ ਛਿੱਟੇ ਕਲੰਕ ਫੁਹਾਰਾਂ ਪਤਾ ਨਹੀਂ ਕੀ ਕੀ ਬੋਲੀ ਜਾਂਦੀ ਹੈ ਤੂੰ ਕਿਸੇ ਹੋਰ ਦੀ ਕਾਰ ਖੋਲੀ ਜਾਨੀ ਹੈ ਅਲਾਰਮ ਬੋਲ ਪੈਣਾ ਗੱਲ ਬਦਲਣ ਦੀ ਕੋਸ਼ਿਸ਼ ਨਾ ਕਰੋ ਅੱਛਾ ਜੀ ਤੁਸੀਂ ਕਾਰ ਬਦਲਣ ਦੀ ਕੋਸ਼ਿਸ਼ ਕਰੀ ਜਾਓ ਮੈਂ ਗੱਲ ਵੀ ਨਾ ਬਦਲਾਂ ਗੱਲ ਬਦਲਣ ਦੀ ਗੱਲ ਛੱਡੋ ਜਿਹੜੀ ਬੋਡੀ ਬਦਲਣ ਦੀ ਕੋਸ਼ਿਸ਼ ਕਰ ਰਹੇ ਹੋ ਨਾ ਉਹਦੀ ਗੱਲ ਕਰੋ ਬੜਾ ਪਿਆਰ ਆ ਰਿਹਾ ਸੀ ਪੰਮੀ ਭੁੱਲਰ ਤੇ ਪਿਆਰ ਨਹੀਂ ਸੀ ਆ ਰਿਹਾ ਤਰਸ ਆ ਰਿਹਾ ਸੀ ਉਸ ਵਿਚਾਰੀ ਤੇ ਉਹ ਉੱਲੂ ਦਾ ਘੋੜਾ ਵਿੱਕੀ ਇੱਕ ਨੰਬਰ ਦਾ ਲੁੱਚਾ ਜੱਗ ਜਹਾਨ ਦਾ ਉਹਦੇ ਮਜਬੂਰ ਮਾਸੂਮ ਔਰਤਾਂ ਨੂੰ ਗੁੰਮਰਾਹ ਕਰਨ ਵਾਸਤੇ ਹਰ ਵੇਲੇ ਆਪਣਾ ਜਾਲ ਵਿਛਾ ਕੇ ਬੈਠਾ ਹੁੰਦਾ ਉਹਦੇ ਤੋਂ ਬਚਾ ਰਿਹਾ ਸੀ ਉਸ ਵਿਚਾਰੀ ਨੂੰ ਮੈਂ ਅਵੇਅਰ ਕਰ ਰਿਹਾ ਸੀ ਅਲਰਟ ਕਰ ਰਿਹਾ ਸੀ ਉਹਦੀ ਜ਼ਿੰਦਗੀ ਬਚਾ ਰਿਹਾ ਸੀ ਕੋਈ ਗੁਨਾਹ ਕਰ ਰਿਹਾ ਸੀ ਮੈਂ ਉਹ ਵਿਚਾਰੀ ਮੇਰੇ ਗੋਡੀ ਹੱਥ ਲਾਉਣ ਲੱਗੀ ਮੈਂ ਮੋਢਿਆਂ ਤੋਂ ਫੜ ਕੇ ਰੋਕ ਲਈ ਉੱਪਰੋਂ ਤੂੰ ਆ ਗਈ ਤੇ ਤੁਹਾਡੇ ਇਰਾਦੇ ਨਾਕਾਮ ਹੋ ਗਏ ਹਜੇ ਤਾਂ ਤੁਸੀਂ ਉਹਨੂੰ ਗੱਲ ਨਾਲ ਲਾ ਕੇ ਹੌਸਲਾ ਦੇਣਾ ਸੀ ਫਿਰ ਮੇਰੇ ਤੋਂ ਚੋਰੀ ਉਹਨੂੰ ਲਿਫਟ ਦੇ ਕੇ ਘਰ ਛੱਡਣ ਜਾਣਾ ਸੀ ਬਟ ਲਿਸਨ ਮਿਸਟਰ ਕੁਕੀ ਤੁਸੀਂ ਜਿਹੜੇ ਇਕੱਠੇ ਕੁਝ ਜਾਣਾ ਹੈ ਜਾਓ ਪਰ ਮੇਰਾ ਨਾਮ ਸਿਕੰਦਰ ਦੇ ਨਾਲ ਜੋੜਨ ਦੀ ਕੋਸ਼ਿਸ਼ ਨਾ ਕਰੋ ਤੁਸੀਂ ਮੈਨੂੰ ਛੱਡਣਾ ਚਾਹੁੰਦੇ ਹੋ ਨਾ ਤਾਂ ਵੈਸੇ ਹੀ ਛੱਡ ਦਿਓ ਨਹੀਂ ਤਾਂ ਕਹਿੰਦੇ ਹੋ ਤਾਂ ਮੈਂ ਛੱਡ ਕੇ ਚਲ ਜਾਣੀ ਹਾਂ ਕਿਸੇ ਪਾਸੇ ਹੁਣ ਆਖਰੀ ਸਮੇਂ ਸਾਥ ਛੱਡਣ ਦੀ ਗੱਲਾਂ ਕਰ ਰਹੀ ਹੈ ਹੁਣ ਕਿਹੜਾ ਨਵਾਂ ਪੈਂਤਰਾ ਚੱਲਣ ਲੱਗਿਓ ਲਾਲੀ ਮੈਂ ਉਹ ਡਾਕਟਰ ਮਿੱਤਲ ਕੋਲ ਗਿਆ ਸੀ ਨਾ ਮੈਂ ਤੈਨੂੰ ਆ ਕੇ ਦੱਸਿਆ ਨਹੀਂ ਕਿ ਮੈਨੂੰ ਬਹੁਤ ਸਵੇਰ ਹਾਰਟ ਪ੍ਰੋਬਲਮ ਹੈ ਮੇਰੇ ਕੋਲ ਜ਼ਿੰਦਗੀ ਦੇ ਬਹੁਤ ਥੋੜ੍ਹੇ ਦਿਨ ਬਚੇ ਆ ਲਾਲੀ ਅਤੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਮਗਰੋਂ ਉਹ ਵਿੱਕੀ ਵਰਗੇ ਮੁਸ਼ਟੰਡੇ ਭੰਬਾਕੜ ਤੇਰੇ ਆਲੇ ਦੁਆਲੇ ਮੰਡਰਾਉਂਦੇ ਫਿਰਨ ਇਸੇ ਕਰਕੇ ਮੈਂ ਚਾਹੁੰਦਾ ਕਿ ਸਿਕੰਦਰ ਵਰਗੇ ਕਿਸੇ ਕਾਬਲ ਬੰਦੇ ਦੇ ਨਾਲ ਤੇਰੀ ਜ਼ਿੰਦਗੀ ਦਾ ਬਾਕੀ ਹਿੱਸਾ ਜੋੜ ਕੇ ਮੈਂ ਇਸ ਦੁਨੀਆ ਤੋਂ ਸੁਰਖਰੂ ਹੋ ਕੇ ਜਾਵਾਂ ਤੁਸੀਂ ਸੁਰਖਰੂ ਹੋਣ ਦੀ ਨਹੀਂ ਪੰਮੀ ਭੁੱਲਰ ਨਾਲ ਰਫੂ ਚੱਕਰ ਹੋਣ ਦੀ ਕੋਸ਼ਿਸ਼ ਵਿੱਚੋਂ ਤੈਨੂੰ ਨਹੀਂ ਵੀ ਯਕੀਨ ਆਉਂਦਾ ਨਾ ਮੇਰੀ ਗੱਲ ਤੇ ਆ ਸੁਣ ਕੁੱਗੀ ਹੈਲੋ ਹੈਲੋ ਕੁੱਗੀ ਹੈਗਾ ਹੈ ਨਾ ਹੈਗਾ ਜੀ ਮੈਂ ਹਾਂ ਯਾਰ ਤੇਰਾ ਕੋਈ ਵੀ ਫੋਨ ਆਵੇ ਨਾ ਮੇਰੇ ਕੋਲ ਜਾਨ ਨਿਕਲ ਜਾਂਦੀ ਹੈ ਐਂ ਲੱਗਦਾ ਵੀ ਕਿਤੇ ਤੇਰਾ ਕੰਮ ਹੀ ਤਾਂ ਨਹੀਂ ਹੋ ਗਿਆ ਫਿਕਰ ਨਾ ਕਰ ਲੱਕੀ ਮੇਰੇ ਕੋਲ ਤਾਂ ਅਜੇ ਬਹੁਤ ਦਿਨ ਬਾਕੀ ਨੇ ਸਵਾ ਦਿਨ ਬਾਕੀ ਹੈ ਉਹ ਡਾਕਟਰ ਮਿੱਤਰ ਨੇ 3-4 ਹਫ਼ਤੇ ਗਏ ਸੀ ਵਿੱਚੋਂ 1.5-2 ਹਫ਼ਤੇ ਤਾਂ ਨਿਕਲ ਵੀ ਗਏ ਹੋਣੇ ਮੈਨੂੰ ਤਾਂ ਲੱਗਦਾ ਕਦੇ ਵੀ ਸਪੀਚ ਦੀ ਲੋੜ ਪੈ ਜੂ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਪਹਿਲਾਂ ਹੈ ਹੀ ਠੀਕ ਸੀ ਪਹਿਲਾਂ ਤੈਨੂੰ ਕੀ ਦੱਸਦਾ ਮੇਰੇ ਹੁੰਦਿਆਂ ਤੁਹਾਨੂੰ ਕੁਝ ਨਹੀਂ ਹੋ ਸਕਦਾ ਸਰਦਾਰ ਜੀ ਆ ਬਿਮਾਰੀ ਤੇਰੇ ਹੁੰਦਿਆਂ ਹੀ ਲੱਗੀ ਤੂੰ ਰੋਕ ਲਈ ਮੈਂ ਤੁਹਾਡਾ ਇਲਾਜ ਕਰਾਵਾਂਗੀ ਪੇਕਿਆਂ ਨੂੰ ਸੱਦ ਕੇ ਕੀ ਬੋਲੀ ਜਾਂਦੇ ਹੋ ਜਦੋਂ ਮੈਂ ਪਹਿਲਾਂ ਪੀਂਦਾ ਹੁੰਦਾ ਸੀ ਤੂੰ ਕਹਿੰਦੀ ਨਹੀਂ ਸੀ ਹੁੰਦੀ ਮੈਂ ਬੁਲਾਨੀ ਆ ਆਪਣੇ ਭਰਾਵਾਂ ਨੂੰ ਉਹ ਕਰਨਗੇ ਆ ਕੇ ਇਲਾਜ ਤੁਹਾਡਾ ਚੰਗੀ ਤਰ੍ਹਾਂ ਕਿਹੜੇ ਮੌਕੇ ਤੇ ਕਿਹੋ ਜਿਹੀ ਗੱਲ ਕਰਦੇ ਹੋ ਇੰਨੀ ਤਬੀਅਤ ਖਰਾਬ ਸੀ ਕੀ ਜ਼ਰੂਰਤ ਸੀ ਕਲੱਬ ਜਾਣ ਦੀ ਚਲੋ ਘਰ ਚਲੀਏ ਉਹ ਗੱਲ ਸੁਣੋ ਆਪਣੇ ਨਾਲ ਲੱਕੀ ਆਇਆ ਹੋਇਆ ਉਹ ਆ ਜਾਏਗਾ ਜਿਵੇਂ ਮਰਜ਼ੀ ਵੈਸੇ ਵੀ ਜਿੰਨੀ ਉਹਨੇ ਪੀਤੀ ਹੋਈ ਹੈ ਨਾ ਉਹਨੂੰ ਗੱਡੀ ਤੱਕ ਲਿਆਉਣ ਲਈ 1.5 ਘੰਟਾ ਲੱਗ ਜਾਣਾ ਓਏ ਉਹੀ ਮੈਂ ਕਹਿੰਦਾ ਉਹਨੇ ਬੜੀ ਪੀਤੀ ਅੱਜ ਫੇਰ ਕਿਸੇ ਰਿਕਸ਼ੇ ਵਾਲੇ ਕੋਲੋਂ ਕੁੱਟ ਖਾਏਗਾ ਉਹ ਔਰ ਆਪ ਸਿਕੰਦਰ ਵੀ ਆਪਣੇ ਨਾਲ ਆਇਆ ਅੱਛਾ ਨਹੀਂ ਲੱਗਦਾ ਮੈਂ ਕਿਸ ਦਾ ਠੇਕਾ ਨਹੀਂ ਲਿਆ ਹੋਇਆ ਤੁਸੀਂ ਘਰ ਚਲੋ ਓ ਯਾਰ ਮੇਰੀ ਗੱਲ ਤਾਂ ਸੁਣ ਤੂੰ ਨਹੀਂ ਤੁਸੀਂ ਚਲੋ ਚਲ ਮੈਂ ਅੱਗੇ ਬੈਣਾ ਤੇਰੇ ਨਾਲ ਨਹੀਂ ਤੁਸੀਂ ਛੇਤੀ ਨਾਲ ਲੇਟ ਜਾਓ ਓ ਯਾਰ ਚਲੋ ਲੇਟੋ ਹੁਣੇ ਇਲਾਜ ਕਰਨਾ ਸਾਰਾ ਤੂੰ ਮੇਰਾ
बुरे वक्त विच ते बिस्कुट भी साथ छड जांदे बंदे दा। ए डॉक्टर मित्तल दा ना दिवाला निकलिया है, सवेर दा मैं ओदा फोन ट्राई करी जानी है, हर वक्त फोन तो यही आवाज आंदी है, बिल ना देने के कारण फोन काट दिया गया है। भला दसो जे किसी बंदे ने डॉक्टर नाल एमरजेंसी च गल करनी होवे तो ओ पहला डॉक्टर दे घर ते फोन दा बिल तार के आवे। क्लिनिक दा फोन भी एंगेज जा रहा है। दरअसल डॉक्टर गया होना मच्छियां फड़न, ओदी नर्स मगरों आप किते कुंडी पा के बैठी होनी फोन ते। घट्टो घट डॉक्टर साहब नूं मोबाइल तां ऑन रखना चाहिदा है ना। मेरा फिक्र ना करिया कर लाली, कोई फायदा नहीं इस भज दौड़ दा। कदे तू आवी किसी कोलों फड़िया गया? मैं फड़ के दिखावांगी तू, मैं तुहाडा वाल भी विंगा नहीं होण देवांगी। स्यापा वाल दा नहीं ना हैगा, स्यापा वाल्व दा, वाल्व दा जिहड़ा ब्लॉक होया पिया। जे कोई नाली दा डक्का नहीं हैगा जिहनूं तू सोटी मार के खोल लेंगी। चुप करो जी, मैं तुहाडा इलाज महंगे तो महंगे हस्पताल विच करावांगी। फायदा तो कोई नहीं होना वैसे, ये तो एवं बस स्टेटस सिंबल ही है बाद च गल्लां करन नूं। असी तो भैन जी महंगे तो महंगे हस्पताल च इलाज करा के वेख लियो। तुसीं देख लेना सब ठीक हो जाएगा। क्यों तसल्ली दे रहे हैं इस दिले बीमार को, जैसे थामे कोई गिरती हुई दीवार को। एक बारी गल हो जाए इस डॉक्टर दे बच्चे ना, वो मैनू तुहाडियां फाइलां और रिपोर्टां दे दे ते नाले मैनू दस दे कि तुहानू कित्थे दिखाना चाहिदा। मैनू लगदा मैनू ही लभना पैणा इस डॉक्टर दे बच्चे नू, मच्छियां फड़दे नू ही फड़दी आं। आई मैं लाली लाली ला हेलो। हाँ लकी, ओ हैगा यार हैगा रे, तेनू मैं फोन कर रहा और फोन कितों करना सी मैं। वैसे कितना क्रेज है यार तेनू मेरे फाड़ी होन दा, तू तो चाह मैं फुड़कां। कल तू चंगी कीती यार साडे नाल, हाँ तू कल क्लब चों पैदल ही आ गया कितें पीती खाधी च, सानू दोवां जीआं नूं मुड़ के कार च आउणा पिया बेचारिआं नूं। अगे तो ना इदां करी यार, अगे तो आउणी तां सच गल ही मुक गई, हुण किहड़ा अगा रहि गिआ। नहीं चल छड, मैं इस करके फोन किया यार, तू वकील है ना सचदेवा, उन्हें लेके आ जा, वसीयत लिखनी है। लो जी अपनी वसीयत ते साइन कर दे। लो जी तुसी भी साइन कर दो। मैं क्यों? नहीं गवाही नहीं पानी। ਭੁੱਗੀ ਜੀ ਵਸੀਅਤ ਤੁਹਾਡੀ ਤਿਆਰ ਹੋ ਗਈ ਜੀ, ਹੋਰ ਕੋਈ ਸੇਵਾ ਹੈ ਤਾਂ ਦੱਸੋ ਜੀ। ਵਸੀਅਤ ਤੋਂ ਬਾਅਦ ਵੀ ਕੋਈ ਸੇਵਾ ਹੁੰਦੀ? ਮੈਨੂੰ ਤਾਂ ਲੱਗਦਾ ਵੀ ਇਹੋ ਆਖਰੀ ਸੇਵਾ ਹੁੰਦੀ ਹੈ। ਲੱਕੀ ਜੀ ਤੁਸੀਂ ਵਸੀਅਤ ਕਰਵਾ ਲਓ ਜੀ। ਤੁਹਾਨੂੰ ਸ਼ੁਭ ਬੋਲ ਯਾਰ, ਉਹ ਤੂੰ ਸਾਰੀ ਕਲੋਨੀ ਦਾ ਠੇਕਾ ਲਿਆ, ਵਸੀਅਤ ਵਸੀਅਤ ਕਰਾ ਲਓ। ਨਹੀਂ ਨਹੀਂ ਮੇਰਾ ਮਤਲਬ ਆਏ ਹੋਏ ਨਾ ਜੀ, ਤੁਹਾਡੀ ਵੀ ਵਸੀਅਤ ਕਰ ਹੀ ਜਾਂਦੇ ਆ, ਗੇੜਾ ਬਚਦਾ ਨਾ ਜੀ। ਆਹ ਹਾ ਹਾ ਹਾ, ਉਹ ਤੈਨੂੰ ਬੰਦਾ ਬਚਣ ਨਾਲ ਕੋਈ ਮਤਲਬ ਨਹੀਂ, ਇਹਦਾ ਗੇੜਾ ਬਚਣਾ ਚਾਹੀਦਾ ਯਾਰ, ਕਮਾਲ ਦਾ ਬੰਦਾ। ਵੇਖ ਵੀ ਨਾ ਤੈਨੂੰ ਬੰਦਾ ਬਚਣ ਦਾ ਮਤਲਬ, ਨਾ ਇਹਨੂੰ ਗੇੜਾ ਬਚਣ ਤੇ ਚਾਰ ਪੈਸੇ ਬਚਣ ਦਾ ਮਤਲਬ ਹੀ। ਮੈਨੂੰ ਲੱਗਦਾ ਜੀ ਕਿ ਹੁਣ ਗੱਲਬਾਤ ਬੇਇੱਜ਼ਤੀ ਦੇ ਲੈਵਲ ਤੇ ਉਤਰ ਆਈ ਹੈ ਜੀ, ਤੇ ਮੈਂ ਚੱਲਦਾ ਜੀ। ਵਸੀਅਤ ਤੁਹਾਡੀ ਤਿਆਰ ਹੈ, ਹੁਣ ਤੁਸੀਂ ਕਿਸੇ ਵੇਲੇ ਵੀ ਨਿਕਲ ਜਾਓ ਜੀ। ਮੈਂ ਇਹਨੂੰ ਕੱਢ ਕੇ ਆਉਣਾ। ਚੱਲ ਇਹਨੂੰ ਕੱਢ ਹੀ ਆ, ਵਰਨਾ ਇਹਨੇ ਮੇਰੇ ਪ੍ਰਾਣ ਕੱਢ ਕੇ ਹਟਣਾ ਹੀ। ਵੀ ਚੰਗੇ ਬੰਦੇ ਹੀ ਆ ਲੱਕੀ ਭਾਈ ਜੀ। ਓ ਸਿਕੰਦਰ ਜੀ ਕੀ ਹਾਲ ਹੈ? ਠੀਕ ਹੈ ਜੀ। ਕੀ ਸਿਕੰਦਰ, ਇਹ ਸਚਦੇਵਾ ਸਾਹਿਬ ਸਾਡੇ ਐਡਵੋਕੇਟ। ਅੱਛਾ ਅੱਛਾ, ਨਾਈਸ ਟੂ ਮੀਟ ਯੂ। ਇਹ ਵੀ ਅੱਜ ਹੀ ਵਸੀਅਤ ਕਰਾਉਣਗੇ ਜੀ? ਸਚਦੇਵਾ ਸਾਹਿਬ ਯਾਰ ਕੁਛ ਤੇ ਸ਼ਰਮ ਕਰੋ, ਬੰਦਾ ਮਰੀਜ਼ ਦਾ ਹਾਲ ਪੁੱਛਣ ਆਇਆ ਹੈ। ਆ ਤੂੰ ਚਲੋ ਜੀ ਘੁੱਗੀ ਜੀ ਬੈਠਣ ਦੇ। ਅੱਛਾ ਅੱਛਾ, ਆ ਜਾ ਆ ਜਾ। ਓਕੇ ਓਕੇ। ਉਹ ਯਾਰ ਇੱਧਰ ਵੇਖ, ਤੂੰ ਚੰਗਾ ਬੰਦਾ ਹੈ, ਬੰਦਾ ਆ ਕੇ ਖੜਾ ਬਾਅਦ ਚ ਹੁੰਦਾ, ਇਹ ਵੀ ਵਸੀਅਤ ਅੱਜ ਹੀ ਕਰਾਉਣਗੇ। ਤੇ ਕੋਈ ਨਹੀਂ, ਨੈਕਸਟ ਟਾਈਮ ਸਹੀ ਜੀ। ਘੁੱਗੀ ਜੀ ਮੈਨੂੰ ਪਤਾ ਲੱਗਿਆ ਰਾਤੀ ਤਬੀਅਤ ਵਿਗੜ ਗਈ, ਮੈਂ ਕਲੱਬ 'ਚ ਹੀ ਬੈਠਾ ਰਹਿ ਗਿਆ, ਤੁਸੀਂ ਬਿਨਾਂ ਇਨਫੋਰਮ ਕੀਤੇ ਹੀ ਚੱਲੇ ਆਏ। ਖੈਰ ਡਾਕਟਰ ਡੂਕਟਰ ਬੁਲਾਇਆ ਕੋਈ? ਡਾਕਟਰ ਤਾਂ ਨਹੀਂ ਜੀ, ਬਸ ਹੁਣੇ ਵਕੀਲ ਸਾਹਿਬ ਬੁਲਾਏ ਸੀ। ਕਮਾਲ ਦਾ ਸ਼ਹਿਰ ਹੈ ਤੁਹਾਡਾ, ਇੱਥੇ ਇਲਾਜ ਵਕੀਲ ਕਰਦੇ ਆ, ਫਿਰ ਪੋਸਟਮਾਰਟਮ ਦਾ ਜੱਜ ਕਰਦੇ ਹੋਣੇ। ਨਹੀਂ ਦਰਅਸਲ ਸਿਕੰਦਰ ਜੀ, ਮੈਂ ਵਕੀਲ ਸਾਹਿਬ ਨੂੰ ਆਪਣੀ ਵਸੀਅਤ ਲਿਖਣ ਵਾਸਤੇ ਬੁਲਾਇਆ ਸੀ। ਅੱਛਾ,
ਤਾਂ ਬੜੇ ਅਫਸੋਸ ਵਾਲੀ ਗੱਲ ਆ। ਨਹੀਂ, ਤੁਹਾਡੇ ਵਾਸਤੇ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੈ ਐਕਚੁਅਲੀ। ਦਰਅਸਲ ਮੈਂ ਆਪਣੀ ਜ਼ਿੰਦਗੀ ਦਾ ਕੋਹੇ ਨੂਰ ਹੀਰਾ ਆਪਣੀ ਲਾਲੀ ਤੁਹਾਨੂੰ ਸੌਂਪ ਕੇ ਜਾ ਰਿਹਾ। ਮਤਲਬ ਮੇਰੇ ਜਾਣ ਮਗਰੋਂ ਲਾਲੀ ਦਾ ਤੁਹਾਡੇ ਨਾਲ ਵਿਆਹ ਹੋਏਗਾ, ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ। ਮੈਨੂੰ ਕਹਦਾ ਇਤਰਾਜ਼ ਜੀ, ਲਾਲੀ ਨੂੰ ਭਾਵੇਂ ਹੋਏ, ਮੈਂ ਤਾਂ ਕਾਲਜ ਦੇ ਦਿਨਾਂ ਤੋਂ ਇਹੀ ਚਾਹੁੰਦਾ ਸੀ। ਜੇ ਲਾਲੀ ਉਦੋਂ ਮੰਨੀ ਹੁੰਦੀ ਤਾਂ ਵਿੱਚ ਤੁਹਾਡੇ ਵਾਲੀ ਪਸੂੜੀ ਪੈਣੀ ਨਹੀਂ ਸੀ। ਯਾਰ ਸਿਕੰਦਰ ਜੀ, ਕਮਾਲ ਦੇ ਬੰਦੇ ਤੁਸੀਂ ਹੈ, ਤੁਹਾਡੇ ਬਾਰੇ ਮੈਂ ਇੰਨਾ ਚੰਗਾ ਸੋਚਦਾ, ਤੁਸੀਂ ਮੈਨੂੰ ਮੇਰੇ ਮੂੰਹ ਤੇ ਪਸੂੜੀ ਕਹੀ ਜਾਂਦੇ। ਨਹੀਂ ਨਹੀਂ ਜੀ, ਤੁਸੀਂ ਪਸੂੜੀ ਨਹੀਂ, ਲਾਲੀ ਲਾਲੀ ਪਸੂੜੀ ਹੈ। ਨਾ ਨਾ, ਲਾਲੀ ਪਸੂੜੀ ਨਹੀਂ ਜੀ। ਅੱਛਾ, ਲਾਲੀ ਵੀ ਪਸੂੜੀ ਨਹੀਂ, ਮੈਂ ਵੀ ਪਸੂੜੀ ਨਹੀਂ, ਵਿੱਚੋਂ ਪਸੂੜੀ ਕੀ? ਪਤਾ ਨਹੀਂ ਜੀ, ਮੈਂ ਤਾਂ ਪਸੂੜੀ ਕਹਿ ਕੇ ਆਪ ਪਸੂੜੀ 'ਚ ਪੈ ਗਿਆ। ਜੀ ਪਸੂੜੀ ਹੈ ਯਾਰ, ਖੈਰ ਦਫਾ ਕਰੋ। ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨ ਲੱਗਾ ਸੀ ਸਿਕੰਦਰ ਜੀ, ਉਹ ਇਹ ਹੈ ਕਿ ਮੈਂ ਬਹੁਤ ਸਵੇਰ ਹਾਰਟ ਪ੍ਰੋਬਲਮ ਫੇਸ ਕਰ ਰਿਹਾ। ਜ਼ਿੰਦਗੀ ਦੇ ਦਿਨ ਬਹੁਤ ਥੋੜ੍ਹੇ ਆ ਮੇਰੇ ਕੋਲ, ਅਤੇ ਦੇਖੋ ਫਰੈਂਕਲੀ ਸਪੀਕਿੰਗ, ਮੇਰੇ ਬਾਅਦ ਲਾਲੀ ਦੀ ਜ਼ਿੰਦਗੀ ਤੁਹਾਡੇ ਹਵਾਲੇ ਹੈ। ਦੇਖੋ ਲਾਲੀ ਤੁਹਾਡੇ ਹਵਾਲੇ ਹੈ, ਅਤੇ ਮੇਰੀ ਜ਼ਮੀਨ ਜਾਇਦਾਦ ਪੈਸਾ ਧੇਲਾ ਸਭ ਕੁਛ ਲਾਲੀ ਦੇ ਹਵਾਲੇ ਹੈ ਜੀ। ਇਹ ਸਭ ਕੁਛ ਲਾਲੀ ਦੇ ਹਵਾਲੇ ਹੈ, ਲਾਲੀ ਤੁਹਾਡੇ ਹਵਾਲੇ ਹੈ, ਫਿਰ ਲਾਲੀ ਦੇ ਹਵਾਲੇ ਨਾਲ ਇਹ ਵੀ ਸਭ ਕੁਛ ਤੁਹਾਡੇ ਹਵਾਲੇ ਹੈ। ਜੀ ਮੈਂ ਬੜਾ ਸਿੱਧਾ ਸਾਦਾ ਜਿਹਾ ਬੰਦਾ, ਮੈਨੂੰ ਕਿਤੇ ਹਵਾਲਾ ਕਾਂਡ 'ਚ ਨਾ ਫੜਾ ਦਿਓ। ਸਿਕੰਦਰ ਜੀ, ਤੁਸੀਂ ਮੇਰੇ ਨਾਲ ਪ੍ਰੋਮਿਸ ਕਰੋ ਕਿ ਮੇਰੇ ਮਗਰੋਂ ਤੁਸੀਂ ਲਾਲੀ ਦਾ ਪੂਰਾ ਖਿਆਲ ਰੱਖੋਗੇ, ਉਹਨੂੰ ਮੇਰੀ ਕਮੀ ਮਹਿਸੂਸ ਨਹੀਂ ਹੋਣ ਦਿਓਗੇ। ਕਿਉਂਕਿ ਜੀ ਤੁਸੀਂ ਇੱਦਾਂ ਦੀਆਂ ਗੱਲਾਂ ਨਾ ਕਰੋ, ਤੁਸੀਂ ਫਿਕਰ ਨਾ ਕਰੋ, ਤੁਹਾਨੂੰ ਕੁਛ ਨਹੀਂ ਹੋਣ ਲੱਗਾ। ਸਿਕੰਦਰ ਜੀ ਵੈਸੇ ਮਾਈ ਨਾ ਕਰਿਓ ਮੇਰੀ ਗੱਲ, ਕਾਫੀ ਮੀਸਣੇ ਹੋ ਤੁਸੀਂ, ਹੈ ਨਾ। ਸਾਰੀ ਗੱਲ ਪੱਕੀ ਹੋਣ ਤੋਂ ਬਾਅਦ, ਸਾਰਾ ਹੀ ਪ੍ਰੋਗਰਾਮ ਪੱਕੇ ਹੋਣ ਤੋਂ ਬਾਅਦ ਹੁਣ ਤੁਸੀਂ ਕਿਹਾ ਵੀ ਆ ਤੁਹਾਨੂੰ ਕੁਛ ਨਹੀਂ ਹੋਣ ਲੱਗਾ। ਨਹੀਂ ਨਹੀਂ, ਸੋਚੋ ਨਾ ਸਿਕੰਦਰ ਜੀ, ਬਸ ਪ੍ਰੋਮਿਸ ਕਰੋ। ਮੈਂ ਹਾਂ ਹਾਂ, ਬਸ ਪ੍ਰੋਮਿਸ ਕਰੋ। ਠੀਕ ਹੈ ਕੁਕੀ ਜੀ, ਮੈਂ ਪ੍ਰੋਮਿਸ ਕਰਦਾ। ਹੁਣ ਮੇਰੇ ਦਿਲ ਨੂੰ ਚੈਨ, ਦਿਲ ਨੂੰ ਚੈਨ ਕਿੱਥੇ ਜੀ, ਦਿਲ ਨੂੰ ਚੈਨ ਹੁੰਦਾ ਤੇ ਇਹ ਮੁਸੀਬਤ ਹੀ ਕਿਉਂ ਪੈਂਦੀ। ਕੁਕੀ ਜੀ ਮੈਂ ਚੱਲਦਾ, ਫਿਰ ਆਊਂਗਾ। ਹਾਂਜੀ ਹਾਂਜੀ, ਜ਼ਰੂਰ ਆਓ ਜੀ, ਬਲਕਿ ਮੈਂ ਤਾਂ ਕਹਿੰਦਾ ਹੁਣ ਤਾਂ ਬੈਨ ਸ਼ੈਨ ਲੈ ਕੇ, ਸਿਹਰੇ ਸ਼ਹਿਰੇ ਲਾ ਕੇ, ਘੋੜੀ ਛੋੜੀ ਤੇ ਚੜ੍ਹ ਕੇ, ਭੰਗੜੇ ਛੰਗੜੇ ਪਾਉਂਦੇ ਆ ਹੁਣ ਤੁਸੀਂ। ਠੀਕ ਹੈ ਜੀ, ਉਹੀ ਨਾਲ ਖੀਵਾ ਹੀ ਹੋ ਗਿਆ ਮੁੰਡਾ। ਕੀ ਗੱਲ ਆ ਲਈ, ਬਹੁਤ ਦੇਰ ਲਾਤੀ ਮਿਲੇ ਮਿੱਤਲ ਸਾਹਿਬ? ਸਿਰ ਤੇ ਸਵਾ, ਪਹਿਲਾਂ ਡਾਕਟਰ ਸਾਹਿਬ ਦੇ ਘਰ ਗਈ, ਉੱਥੇ ਨਹੀਂ ਮਿਲੇ, ਫਿਰ ਕਲੀਨਿਕ ਗਈ, ਉੱਥੇ ਮਰੀਜ਼ ਤਾਸ਼ ਖੇਡ ਰਹੇ ਸੀ। ਸੋਚਿਆ ਜਿੱਥੇ ਡਾਕਟਰ ਸਾਹਿਬ ਮੱਛੀਆਂ ਫੜਦੇ ਨੇ ਉੱਥੇ ਜਾ ਕੇ ਉਹਨਾਂ ਨੂੰ ਫੜਾਂ, ਉੱਥੇ ਜਾ ਕੇ ਪਤਾ ਚੱਲਿਆ ਕਿ ਅੱਜ ਕੋਈ ਮੱਛੀ ਨਹੀਂ ਫੜੀ ਗਈ, ਇਸ ਕਰਕੇ ਡਾਕਟਰ ਸਾਹਿਬ ਮੱਛੀ ਮਾਰਕੀਟ ਗਏ ਨੇ ਫੜੀ ਫਰਾਈ ਮੱਛੀ ਫੜਨ। ਮੱਛੀ ਮਾਰਕੀਟ ਦੀ ਵੀ ਸਾਰੀ ਬਹੁਤ ਸੁੰਗੀਆਂ ਆਈਆਂ, ਉੱਥੇ ਵੀ ਨਹੀਂ ਲੱਭੇ। ਓਹੋ, ਡਾਕਟਰ ਸਾਹਿਬ ਜਾਂਦੇ ਹੁੰਦੇ ਰਿੰਪੀ ਦੇ ਢਾਬੇ ਤੇ ਮੱਛੀ ਬਣਵਾਉਣ ਵਾਸਤੇ? ਉਹ ਮੈਨੂੰ ਨਹੀਂ ਸੀ ਪਤਾ, ਨਹੀਂ ਤਾਂ ਢਾਬਾ ਵੀ ਫੋਲ ਆਂਦੀ। ਸੱਚੀ ਬਾਈ ਕੋਲ ਬਹੁਤ ਦੇਰ ਲਾਤੀ ਤੂੰ, ਮੈਂ ਸੱਚੀ ਡਰ ਗਿਆ ਸੀ ਲਾਲੀ। ਕਿਉਂ? ਮੈਂ ਕਿਹਾ ਲਾਲੀ ਨੇ ਕਿਤੇ ਮੇਰੇ ਤੋਂ ਪਹਿਲਾਂ ਨਾ ਨੰਬਰ ਲਾ ਲਿਆ ਹੋਵੇ। ਲਾਲੀ ਤੈਨੂੰ ਯਾਦ ਹੈ ਆਪਣੀਆਂ ਮੁਲਾਕਾਤਾਂ ਦਾ ਇਤਫਾਕ ਕਿਸ ਤਰ੍ਹਾਂ ਬਣਿਆ ਸੀ? ਅੱਜ ਵੀ ਉਹ ਸੀਨ ਮੇਰੀਆਂ ਅੱਖਾਂ ਅੱਗੇ ਘੁੰਮ ਰਿਹਾ ਲਾਲੀ। ਅੱਜ ਤੋਂ 7-8 ਸਾਲ ਪਹਿਲਾਂ ਜਦੋਂ ਮੈਂ ਤੁਹਾਡੇ ਮਹੱਲੇ ਰਾਮਲੀਲਾ ਵੇਖਣ ਆਇਆ ਸੀ, ਲਕਸ਼ਮਣ ਮੂਰਛਾ ਦੇ ਟਾਈਮ ਮੈਂ ਬੇਹੋਸ਼ ਹੋ ਗਿਆ। ਤੂੰ ਆਪਣੀ ਸਹੇਲੀ ਦੀ ਕਾਪੀ ਦਾ ਗੱਤਾ ਪਾੜ ਕੇ ਮੈਨੂੰ ਹਵਾ ਝੱਲੀ ਸੀ। ਆਪਣੀ ਦੂਸਰੀ ਮੁਲਾਕਾਤ ਹੋਈ ਸੀ ਬੋਰਡ ਵਾਲੇ ਚੌਂਕ 'ਚ, ਜਦੋਂ ਮੈਂ ਮੋਚੀ ਕੋਲ ਆਪਣੇ ਬੂਟਾਂ 'ਚ ਪਤਾਵੇ ਪਵਾਉਣ ਵਾਸਤੇ ਆਇਆ ਹੋਇਆ ਸੀ, ਤੂੰ ਉੱਥੇ ਸੈਂਡਲ ਗੰਢਾਉਣ ਆਈ ਸੀ। ਤੇ ਤੀਸਰੀ ਮੁਲਾਕਾਤ ਹੋਈ ਸੀ ਆਪਣੀ, ਯਾਦ ਹੈ ਮੈਨੂੰ ਆਪਣੀ ਤੀਸਰੀ ਮੁਲਾਕਾਤ, ਜਦੋਂ ਤੁਸੀਂ ਨੀਵੀਂ ਚੱਕੀ ਕੋਲ ਛਬੀਲ ਲਾਈ ਹੋਈ ਸੀ ਤੇ ਮੈਂ 3 ਵਾਰ ਛਬੀਲ ਲੈਣ ਆਈ ਸੀ। ਤੁਸੀਂ 3 ਵਾਰ ਸਾਰੀਆਂ ਸੰਗਤਾਂ ਨੂੰ ਇਗਨੋਰ ਕਰਕੇ ਮੈਨੂੰ ਡੋਲੂ ਪਰ ਪਰ ਕੇ ਛਬੀਲ ਦਿੱਤੀ ਸੀ, ਤੇ ਪੂਰੀਆਂ ਛੋਲੇ ਦੇ ਤਾਂ ਤੁਸੀਂ ਸਾਡੇ ਘਰੇ ਹੀ ਆ ਗਏ ਸੀ। ਬਸ ਵੇਖ ਲੈ, ਇਸੇ ਤਰ੍ਹਾਂ ਫਿਰ ਆਪਣੀ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਤੇ ਸਾਡਾ ਉਮਰ ਭਰ ਦਾ ਸਾਥ ਹੋ ਗਿਆ। ਪਰ ਉਮਰ ਸਾਲੀ ਛੋਟੀ ਨਿਕਲੀ। ਘਬਰਾਓ ਨਾ ਸਰਦਾਰ ਜੀ, ਮੈਂ ਦੁਆਵਾਂ ਕਰ ਕਰਕੇ ਤੁਹਾਨੂੰ ਰੱਬ ਕੋ ਮੰਗਿਆ ਸੀ,
ਉਸੇ ਤਰ੍ਹਾਂ ਦੁਆਵਾਂ ਕਰ ਕਰਕੇ ਤੁਹਾਡੀ ਲੰਬੀ ਉਮਰ ਵੀ ਮੰਗ ਲਵਾਂਗੀ। ਮੈਂ ਦਵਾ ਤੇ ਦੁਆ ਵਿੱਚ ਕੋਈ ਕਸਰ ਨਹੀਂ ਛੱਡਾਂਗੀ ਸਰਦਾਰ ਜੀ। ਸੌ ਗਏ। ਹੈਲੋ ਭਾਬੀ ਜੀ, ਸਤਿ ਸ਼੍ਰੀ ਅਕਾਲ। ਸ਼ੁਕਰ ਹੈ ਡਾਕਟਰ ਮਿੱਤਲ, ਤੁਹਾਡੀ ਆਵਾਜ਼ ਸੁਣੀ। ਭਾਬੀ ਜੀ, ਮੈਂ ਹੁਣੇ ਆਇਆ ਸੀ, ਤੁਹਾਡੇ 5-6 ਮੈਨੂੰ ਮੈਸੇਜ ਮਿਲੇ ਵੀ ਮਿਸਿਸ ਘੁੱਗੀ ਮੈਨੂੰ ਬੁਰੀ ਤਰ੍ਹਾਂ ਲੱਭ ਰਹੇ ਨੇ। ਕੋਈ ਖਾਸ ਐਮਰਜੈਂਸੀ ਹੈ? ਕਮਾਲ ਕਰਦੇ ਹੋ ਡਾਕਟਰ ਸਾਹਿਬ, ਇਹ ਤੋਂ ਜ਼ਿਆਦਾ ਐਮਰਜੈਂਸੀ ਹੋਰ ਕੀ ਹੋਏਗੀ? ਤੁਹਾਨੂੰ ਤਾਂ ਪਤਾ ਹੀ ਹੈ ਇਹਨਾਂ ਦੀ ਕੰਡੀਸ਼ਨ ਕਿੰਨੀ ਕ੍ਰਿਟੀਕਲ ਹੈ। ਕਿਉਂ ਜੀ, ਕੀ ਹੋਇਆ ਘੁੱਗੀ ਜੀ ਦੀ ਕੰਡੀਸ਼ਨ ਨੂੰ? ਇਹਨਾਂ ਨੇ ਮੈਨੂੰ ਸਭ ਦੱਸ ਦਿੱਤਾ। ਬਸ ਤੁਸੀਂ ਤਾਂ ਮੈਨੂੰ ਸਿਰਫ ਇੰਨਾ ਦੱਸ ਦਿਓ ਕਿ ਇਹਨਾਂ ਨੂੰ ਇਲਾਜ ਲਈ ਕਿੱਥੇ ਲੈ ਜਾਵਾਂ, ਦਿੱਲੀ, ਬੰਬੇ, ਲੰਡਨ ਜਾਂ ਅਮਰੀਕਾ? ਭਾਬੀ ਜੀ, ਫੇਰ ਤਾਂ ਤੁਸੀਂ ਉਹਨੂੰ ਸ਼੍ਰੀਲੰਕਾ ਲੈ ਜਾਓ। ਹਾਂਜੀ, ਇਹ ਕੀ ਕਹਿ ਰਹੇ ਹੋ ਡਾਕਟਰ ਸਾਹਿਬ? ਭਾਬੀ ਜੀ, ਬਦ ਹਜ਼ਮੀ ਦਾ ਬੈਸਟ ਇਲਾਜ ਤਾਂ ਸ਼੍ਰੀਲੰਕਾ 'ਚ ਹੀ ਹੈ। ਡਾਕਟਰ ਸਾਹਿਬ, ਮੇਰੇ ਤੋਂ ਲੁਕਾਉਣ ਦੀ ਕੋਸ਼ਿਸ਼ ਨਾ ਕਰੋ, ਮੈਨੂੰ ਸਭ ਪਤਾ ਲੱਗ ਗਿਆ। ਇਹਨਾਂ ਨੇ ਮੈਨੂੰ ਦੱਸ ਦਿੱਤਾ ਕਿ ਤੁਸੀਂ ਇਹਨਾਂ ਨੂੰ ਸਵੇਅਰ ਹਾਰਟ ਪ੍ਰੋਬਲਮ ਦੱਸੀ ਹੈ। ਕਿਹੜੇ ਕੰਜਰ ਨੇ ਦੱਸੀ ਹੈ ਹਾਰਟ ਪ੍ਰੋਬਲਮ? ਇਹ ਤਾਂ ਤੁਹਾਡਾ ਹੀ ਕਹਿ ਰਹੇ ਸੀ। ਭਾਬੀ ਜੀ, ਰਿਪੋਰਟਾਂ ਮੇਰੇ ਕੋਲੇ ਪਈਆਂ, ਇਹਨਾਂ ਨੂੰ ਥੋੜ੍ਹੀ ਜਿਹੀ ਬਦਹਜ਼ਮੀ ਹੈ, ਦਵਾਈ ਦੀ ਵੀ ਲੋੜ ਨਹੀਂ, ਬਸ ਘਰੇ ਬੈਠ ਕੇ ਨਾ ਜਲਦੀ ਨਾਲ ਪਲਾਈ ਚੱਲੋ। ਮਤਲਬ ਇਹਨਾਂ ਦਾ ਦਿਲ ਬਿਲਕੁਲ ਠੀਕ ਹੈ? ਠੀਕ? ਇਹਨਾਂ ਦਿਲ ਤਾਂ ਜੀ ਇੱਟ ਵਰਗਾ ਹੈ। ਆਮ ਲੋਕਾਂ ਦਾ ਦਿਲ ਤਾਂ ਮੁੱਕੇ ਜਿੱਡਾ ਹੁੰਦਾ, ਇਹਨਾਂ ਦਿਲ ਤਾਂ ਸਨੀ ਦਿਲ ਦਾ ਘਸੁੰਨੇ ਜਿੱਡਾ ਹੈ। ਬਸ ਮੈਂ ਤੁਹਾਨੂੰ ਇਹ ਦੱਸਣਾ ਸੀ, ਇਹਨਾਂ ਨੂੰ ਥੋੜ੍ਹੇ ਦਿਨ ਨਾ ਖੱਟਾ ਨਹੀਂ ਦੇਣਾ ਤੇ ਤਲੀਆਂ ਹੋਈਆਂ ਚੀਜ਼ਾਂ ਨਹੀਂ ਖਵਾਉਣੀਆਂ, ਬਸ ਘਰੇ ਬਿਠਾ ਕੇ ਨਾ ਜਲਜੀਰਾ ਪਿਆਈ ਚੱਲੋ। ਜਲਜੀਰਾ ਨਹੀਂ, ਹੁਣ ਤਾਂ ਮੈਂ ਇਹਨਾਂ ਨੂੰ ਬਦਾਮ ਘੋਟਾ ਪਿਲਾਉਂਗੀ। ਬਦਾਮ ਘੋਟਾ ਇਹਨਾਂ ਦੀ ਸਿਹਤ ਲਈ ਜ਼ਿਆਦਾ ਠੀਕ ਨਹੀਂ ਹੈ। ਬਦਾਮ ਘੋਟਾ? ਹੈਲੋ ਹੈਲੋ ਹੈਲੋ, ਇੱਕ ਤਾਂ ਜਿਨ੍ਹਾਂ ਨੇ ਬਹੁਤ ਮਾੜੀ ਗੱਲ ਹੈ, ਆਪਣਾ ਹੀ ਇਲਾਜ ਸ਼ੁਰੂ ਕਰ ਦਿੰਦੀਆਂ ਨੇ। ਇਹਨਾਂ ਨੇ ਮੇਰਾ ਇੰਨਾ ਵੱਡਾ ਝੂਠ ਬੋਲਿਆ? ਪਰ ਲੱਕੀ ਭਾਜੀ, ਜੇ ਮੇਰੇ ਨਾਲ ਝੂਠ ਬੋਲ ਸਕਦੇ ਆ ਤਾਂ ਲੱਕੀ ਭਾਜੀ ਨਾਲ ਵੀ ਬੋਲ ਸਕਦੇ ਆ। ਇਹਦੇ ਪਿੱਛੇ ਪੰਮੀ ਭੁੱਲਰ ਦਾ ਹੱਥ ਹੈ। ਇਹ ਤਾਂ ਪਹਿਲਾਂ ਹੀ ਲੱਗਦਾ ਸੀ ਕਿ ਦਾਲ 'ਚ ਕੁਛ ਕਾਲਾ ਹੈ। ਨਹੀਂ, ਇਹਨਾਂ ਦੇ ਦਿਲ 'ਚ ਕਾਲਾ ਹੈ। ਮੈਂ ਤਾਂ ਕਹਿੰਦੀ ਇਹਨਾਂ ਤੋਂ ਸਾਰਾ ਦਿਲ ਹੀ ਕਾਲਾ ਹੈ। ਕੋਈ ਗੱਲ ਨਹੀਂ ਮਿਸਟਰ ਕੁੱਕੀ, ਇਸੇ ਦਿਲ 'ਚੋਂ ਕਾਲਾ ਕੱਢ ਕੇ ਮੈਂ ਤੁਹਾਡੇ ਮੂੰਹ 'ਤੇ ਨਾ ਮਲੀ ਤਾਂ ਮੇਰਾ ਨਾਮ ਵੀ ਲਾਲੀ ਦੀ। ਮੈਂ ਕਿਹਾ ਜੀ ਉੱਠੋ, ਸੌਂਦੇ ਯਾਰ, ਪਪੀਤਾ ਖਾ ਲਓ, ਦਿਲ ਲਈ ਬੜਾ ਚੰਗਾ ਹੁੰਦਾ ਹੈ। ਮੈਂ ਨਹੀਂ ਖਾਣਾ। ਕੀ ਕਰ ਰਹੀ ਹੈ? ਇਹ ਕੀ ਤਰੀਕਾ ਯਾਰ ਪਪੀਤਾ ਖਵਾਉਣ ਦਾ? ਹਾਲੇ ਤਾਂ ਮੈਂ ਤੁਹਾਨੂੰ ਪਪੀਤੇ ਦੀ ਪਹਿਲੀ ਫਾੜੀ ਖਵਾਈ ਹੈ, ਹੁਣ ਦੇਖੋ ਮੈਂ ਤੁਹਾਨੂੰ ਪੂਰੇ ਦਾ ਪੂਰਾ ਪਪੀਤਾ ਕਿਵੇਂ ਖਵਾਉਣੀ ਆ। ਕੀ ਕਰ ਰਹੀ ਹੈ ਯਾਰ? ਤੁਹਾਡਾ ਇਲਾਜ ਕਰ ਰਹੀ ਹੈ। ਸਾਨੂੰ ਇਲਾਜ ਕਰਾਉਣ ਲਈ ਬਾਹਰ ਨਹੀਂ ਜਾਣਾ ਪੈਣਾ, ਤੁਹਾਡਾ ਇਲਾਜ ਘਰੇ ਹੋ ਜਾਣਾ ਹੈ, ਬਲਕਿ ਮੈਂ ਹੀ ਕਰ ਦੇਣਾ। ਯਾਰ ਗੱਲ ਤੋਂ ਥੋੜੀ ਨਾ, ਬਿਮਾਰ ਆਦਮੀ ਮੈਂ ਯਾਰ। ਲਾਲੀ, ਕਿਉਂ ਮੇਰੀ ਜਾਨ ਨਾਲ ਖੇਡਣ ਨਹੀਂ ਹੈ? ਕੀ ਹੋਇਆ ਤੈਨੂੰ? ਮੇਰੀ ਗੱਲ ਸੁਣ, ਮੈਨੂੰ ਬੜੀ ਸਵੀਅਰ ਹਾਰਟ ਪ੍ਰੋਬਲਮ ਨਹੀਂ, ਜਾ ਕੇ ਪਤਾ ਤੇ ਕਰ ਲਈ ਕੋਈ ਡਾਕਟਰ ਮਿੱਤਲ ਕੋਲੋਂ। ਕੀ ਦੱਸਵਾ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ, ਮੇਰੀ ਡਾਕਟਰ ਮਿੱਤਲ ਨਾਲ ਗੱਲ ਹੋ ਗਈ ਹੈ, ਉਹਨੇ ਮੈਨੂੰ ਦੱਸਿਆ, ਸਭ ਦੱਸ ਦਿੱਤਾ ਹੈ, ਤੁਸੀਂ ਇਹ ਸਭ ਕੁਝ ਪੰਮੀ ਭੁੱਲਰ ਕਿਹੜੇ ਲਈ ਕਰ ਰਹੇ ਹੋ? ਗੱਲ ਸੁਣ, ਉਸ ਵਿਚਾਰੀ ਪੰਮੀ ਭੁੱਲਰ ਦਾ ਨਾਂ ਲੈ ਲੈ ਕੇ ਮੇਰੇ ਤੇ ਅਤਿਆਚਾਰ ਕਿਉਂ ਕਰ ਰਹੀ ਹੈ? ਅੱਛਾ, ਉਹ ਵਿਚਾਰੀ ਤਾਂ ਮੈਂ ਅਤਿਆਚਾਰੀ, ਦਫਾ ਹੋ ਜਾ ਇੱਥੋਂ। ਕਿਹਨੂੰ ਕਹਿ ਰਹੇ? ਤੁਹਾਨੂੰ ਕਹਿ ਰਹੇ ਹੋ, ਦਫਾ ਹੋ ਜਾ ਮੇਰੇ ਘਰ ਤੋਂ। ਮੈਂ ਕਿੱਥੇ ਜਾਵਾਂ? ਦਫਾ ਹੋ ਕੇ ਟੱਠੇ ਖੂਚ ਜਾਓ। ਇਹ ਟੱਠਾਖੂ ਕਿੱਥੇ ਹੁੰਦਾ? ਆਪਣੀ ਪੰਮੀ ਤੋਂ ਪੁੱਛੋ। ਦੱਸਦੇ ਸਹੀ, ਮੇਰੇ ਕੋਲੋਂ ਕਸੂਰ ਕੀ ਹੋ ਗਿਆ? ਇਹ ਵੀ ਪੰਮੀ ਕੋ ਪੁੱਛੋ। ਗੱਪਲਾ ਸੁਤਾ ਸੀ ਮੈਂ, ਕੋ ਸੁੱਤੇ ਕੋਲੋਂ ਗਲਤੀ ਹੋ ਗਈ ਕੋਈ? ਇਹ ਵੀ ਪੰਮੀ ਕੋ ਪੁੱਛੋ। ਅੱਛਾ, ਇਹ ਵੀ ਪੰਮੀ ਕੋਲੋਂ ਪੁੱਛੋ? ਹੋਰ ਕੀ ਕੀ ਪੰਮੀ ਕੋਲੋਂ ਪੁੱਛਾਂ ਮੈਂ? ਇਹ ਵੀ ਪੰਮੀ ਕੋ ਪੁੱਛੋ, ਤੁਸੀਂ ਜਾਣਦੇ ਹੋ ਕਿ ਨਹੀਂ? ਨਹੀਂ ਨਹੀਂ ਮੌਤ ਦੇ ਖੂਨੀ ਪੰਜਿਆਂ ਨੇ ਖੂਨੀ 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 ਖੂਨ ਘੱਟ ਹੈ ਥੋੜਾ। ਮੌਤ ਦੇ ਖੂਨੀ ਪੰਜਿਆਂ ਨੇ ਕੀ ਰੰਗ ਵਿਖਾ ਦਿੱਤਾ ਦੋ ਕੌਡੀ ਦੇ ਸ਼ਾਇਰ ਤੋਂ ਯਾਰ, ਕਿੱਡਾ ਸੋਹਣਾ ਲਿਖਵਾ ਦਿੱਤਾ ਹੈ ਜੀ।
ਆ ਸਪੀਚ ਜਦੋਂ ਮੈਂ ਆਪਣੇ ਯਾਰ ਦੀ ਸ਼ਰਧਾਂਜਲੀ ਸਮਾਰੋਹ ਤੇ ਪੜੂੰਗਾ ਨਾ ਜੀ, ਕੁੱਤੀਆਂ ਵੀ ਕੰਧਾਂ ਤੇ ਚੜ ਚੜ ਕੇ ਰੋਣਗੀਆਂ, ਤੁਸੀਂ ਵੇਖਿਓ। ਆਈ ਲਵ ਯੂ, ਆਈ ਲਵ ਯੂ ਮਾਈ ਸੈਲਫ। ਨਹੀਂ ਕਿਤੇ ਸੈਲਫ ਜਿਹੇ ਰੱਖ ਦਿੰਦਾ, ਸਵੇਰੇ ਚੱਕ ਲਾਂਗਾ। ਵਾਹਿਗੁਰੂ ਸੱਚੇ ਪਾਤਸ਼ਾਹ, ਕਿਤੇ ਚਰਨ ਪ੍ਰੀਤ ਹੀ ਨਾ ਹੋਵੇ। ਓਏ ਤੇ ਘੁੱਗੀ, ਆਪਣਾ ਯਾਰ, ਆਪਣੇ ਯਾਰ ਘੁੱਗੀ ਦਾ ਆਖਰੀ ਗੇੜਾ। ਮੈਂ ਆਇਆ ਵੀਰੇ। ਓ ਲੱਕੀ, ਘੁੱਗੀ ਕੀ ਗੱਲ, ਬਾਹਰ ਮੀਂਹ ਪੈਣ ਡਿਆ? ਬਿੱਲਾ ਵਾ ਕੇ ਆਇਆ। ਅੱਛਾ, ਤੇਰੇ ਘਰੇ ਮੀਂਹ ਪੈਣ ਡਿਆ? ਪਹਿਲੀ ਵਾਰ ਵੇਖਿਆ ਆਠਾਂ ਮਰਲਿਆਂ ਚ ਮੀਂਹ ਪੈਣ ਡਿਆ। ਓਏ ਯਾਰ, ਵੋਟੀ ਨੇ ਪਾਣੀ ਪਾਇਆ ਮੇਰੇ ਤੇ। ਕਿਉਂ, ਉਬਾਲਾ ਮਾਰ ਗਿਆ ਸੀ? ਉਹਦਾ ਦਿਮਾਗ ਉਬਾਲਾ ਮਾਰ ਗਿਆ ਸੀ, ਪਤਾ ਨੀ ਕੀ ਹੋਇਆ ਯਾਰ ਉਹਨੂੰ। ਤੈਨੂੰ ਕੰਮ ਦੀ ਚੀਜ਼ ਦਿਖਾਵਾਂ ਯਾਰ, ਆ ਤੇ ਸਹੀ ਆ ਦੇ। ਹਾਏ ਹਾਏ, ਆ ਤੇਰੇ ਸ਼ਰਧਾਂਜਲੀ ਸਮਾਰੋਹ ਤੇ ਪੜਨ ਵਾਸਤੇ ਸਪੀਚ ਲਿਖੀ ਹੈ। ਪਹਿਲਾਂ ਕੱਪੜੇ ਬਦਲਾ ਮੇਰੇ ਯਾਰ, ਗੰਦ ਪਾਇਆ ਤੂੰ। ਕਹਿੰਦਾ ਕੌਣ ਕਹਿੰਦਾ? ਮੈਂ ਕਹਿੰਦਾ, ਹੋਰ ਕੌਣ ਕਹਿੰਦਾ? ਫਿਰ ਆਪਣਾ ਨਾਂ ਲੈ ਨਾ, ਕਹਿੰਦਾ ਕੀ ਹੁੰਦਾ? ਮੈਂ ਸਮਝਾਂਗਾ, ਕਿਸੇ ਹੋਰ ਨੇ ਲਿਖਿਆ ਤੇ ਤੂੰ ਵੈਸੇ ਸੁਣਾ ਰਿਹਾ ਮੈਨੂੰ। ਮੇਰੇ ਕੱਪੜੇ ਬਦਲਾ ਪਹਿਲਾਂ ਯਾਰ, ਪਹਿਲੇ ਸਪੀਚ ਸੁਣ ਤੂੰ। ਉਹ ਯਾਰ ਕੱਪੜੇ ਬਦਲਾ, ਅਲਕਾ ਤਾਂ ਆਉਂਦੀ ਮੈਨੂੰ ਇੰਨੀ। ਓਏ, ਐਸੀ ਸਪੀਚ ਸੁਣਾਵਾਂਗਾ ਨਾ ਕਿ ਤੇਰੀ ਆਤਮਾ ਗਦ ਗਦ ਕਰ ਉੱਠੇਗੀ, ਬਈ ਸਵਾਦ ਆ ਗਿਆ ਨਾ ਫੁੜਕਣ ਦਾ। ਉਹ ਇੰਨਾ ਦਰਦੀ ਸਪੀਚ ਵਿੱਚ, ਇੰਨਾ ਦਰਦੀ ਕਿ ਤੂੰ ਛੱਡ ਹੀ ਗੱਲ ਦੇ। ਕੀ ਗੱਲ, ਸਪੀਚ ਤੇਰੀ ਨੂੰ ਫੋੜੇ ਨਿਕਲੇ? ਤੂੰ ਯਾਰ, ਤੈਨੂੰ ਮਜ਼ਾਕ ਸੁਝਣ ਡਈ ਹੈ, ਅਸੀਂ ਰਾਤਾਂ ਜਾਗ ਜਾ ਕੇ ਸਪੀਚ ਲਿਖੀ ਹੈ। ਉਹ ਯਾਰ, ਸਪੀਚ ਤੇਰੀ ਮੈਂ ਉਦੋਂ ਸੁਣ ਲਾਂਗਾ, ਪਹਿਲਾਂ ਕੱਪੜੇ ਬਦਲਾ ਮੇਰੇ ਗਿੱਲੇ ਯਾਰ। ਉਹ ਤੂੰ ਕਿੱਥੋਂ ਸੁਣ ਲੇਗਾ, ਉਦੋਂ ਸੁਣ ਲਾਂਗਾ, ਤੂੰ ਤਾਂ ਫੁੜਕ ਕੇ ਆਉਣਾ ਉਦੋਂ ਤੱਕ। ਇਹ ਉਹ ਸਪੀਚ ਲਿਖੀ ਗਈ ਹੈ ਨਾ ਰੱਬ ਵੱਲੋਂ, ਕਿ ਜਿਹਨੂੰ ਸੁਣ ਕੇ ਲੋਕੀ ਤਰਸਣਗੇ, ਕਿ ਕਦੋਂ ਮੇਰਾ ਘੋਗਾ ਚਿੱਤ ਹੋਵੇ ਤੇ ਸਪੀਚ ਪੜ੍ਹੀ ਜਾਏ, ਲੋਕੀ ਮੇਰੇ ਪੈਰ ਫੜਨਗੇ ਪੈਰ, ਕਿ ਵੀ ਭਾਈ ਸਾਹਿਬ ਮੇਰੇ ਭੋਗ ਤੇ ਵੀ ਆਹੀ ਸਪੀਚ ਪੜ੍ਹਿਓ। ਸਾਈਆਂ ਫੜਾਣਗੇ ਸਾਈਆਂ, ਤੂੰ ਦੇਖੀ ਜਾ। ਹੋ ਸਕਦਾ ਤੇਰਾ ਭਰਾ ਕੱਲ੍ਹ ਨੂੰ ਇਸੇ ਬਿਜ਼ਨਸ 'ਚ ਸੈੱਟ ਹੋਵੇ, ਕੱਲ੍ਹ ਨੂੰ ਤੇਰੇ ਵੀਰ ਦਾ ਇੰਡੀਪੈਂਡੈਂਟ ਆਫਿਸ ਹੋਵੇ, ਇੰਡੀਪੈਂਡੈਂਟ, ਜਿਹਦੇ ਬਾਹਰ ਲਿਖਿਆ ਹੋਵੇ ਵੀ ਇੱਥੇ ਹਰ ਤਰ੍ਹਾਂ ਦੇ ਭੋਗਾਂ ਤੇ ਦਰਦ ਭਿੰਨੀਆਂ ਸਪੀਚਾਂ ਬੁਲਾਉਣ ਲਈ ਆਪ ਮਿਲੋ ਜੀ, ਆਪ ਮਿਲੋ ਜੀ। ਮੈਨੂੰ ਲੱਗਦਾ ਤੈਨੂੰ ਨੀਂਦ ਆਈ, ਹੁਣ ਤੂੰ ਐਂ ਕਰ, ਤੂੰ ਸੌਂ ਜਾ, ਤੂੰ ਫਿਕਰ ਨਾ ਕਰ, ਮੈਂ ਜਾਗਦਾ। ਐਸੇ ਬਾਹ ਯਾਦ ਬੰਦੇ ਨਾਲ ਪਾਲਾ ਪੈ ਗਿਆ ਮੇਰਾ। ਬੇਟੇ ਮਰ ਗਿਆ, ਮਰ ਗਿਆ, ਵੈਰੀ ਗੁੱਡ, ਮਰ ਗਿਆ। ਮੈਂ ਸਪੀਚ ਪੜਾ, ਮੌਤ ਦੇ ਖੂਨੀ ਪੰਜਿਆਂ ਨੇ ਸਤ ਸਿੰਘ ਜੀ, ਮੈਂ ਕਿਸ ਵੇਲੇ ਪੜਾ। ਹੈਲੋ ਹੈਲੋ, ਡਾਕਟਰ ਮਿੱਤਲ ਬੋਲ ਰਹੇ ਹੋ ਜੀ? ਹਾਂਜੀ, ਮਿੱਤਲ ਸਾਹਿਬ ਹੀ ਬੋਲ ਰਹੇ ਨੇ। ਡਾਕਟਰ ਸਾਹਿਬ, ਮੈਂ ਘੁੱਗੀ ਬੋਲ ਰਿਹਾ ਜੀ। ਡਾਕਟਰ ਸਾਹਿਬ, ਤੁਸੀਂ ਮੇਰੀ ਵਾਈਫ ਨੂੰ ਕੀ ਕਿਹਾ ਵੀ ਮੈਨੂੰ ਕੋਈ ਬਿਮਾਰੀ ਨਹੀਂ ਹੈਗੀ, ਮੈਂ ਬਿਲਕੁਲ ਠੀਕ ਠਾਕ? ਨਹੀਂ ਨਹੀਂ, ਤੁਹਾਨੂੰ ਬਿਮਾਰੀ ਹੈ, ਦੁਨੀਆ ਦੀ ਸਭ ਤੋਂ ਵੱਡੀ ਬਿਮਾਰੀ। ਥੈਂਕ ਗੋਡ, ਬਾਈ ਗੋਡ। ਡਾਕਟਰ ਸਾਹਿਬ, ਮੈਂ ਡਰ ਗਿਆ ਸੀ ਇਹ ਨਾ ਹੋਵੇ ਬਿਮਾਰੀ, ਹੋਵੇ ਕੋਈ ਨਾ, ਮੈਂ ਬਿਲਕੁਲ ਠੀਕ ਹੀ ਹੋਵਾਂ ਕਿਤੇ। ਹਾਂ, ਤੁਹਾਨੂੰ ਵਹਿਮ ਦੀ ਬਿਮਾਰੀ ਹੈ, ਨਾਲੇ ਮੈਂ ਤੁਹਾਨੂੰ ਕਦੋਂ ਕਿਹਾ ਸੀ ਵੀ ਤੁਹਾਨੂੰ ਹਾਰਟ ਦੀ ਬਿਮਾਰੀ ਹੈ? ਨਹੀਂ ਡਾਕਟਰ ਸਾਹਿਬ, ਦੇਖੋ, ਉਦੋਂ ਜਿੱਦਣ ਮੈਂ ਤੁਹਾਡੇ ਕਲੀਨਿਕ ਤੇ ਆਇਆ ਸੀ ਚੈੱਕਅਪ ਵਾਸਤੇ, ਤੇ ਤੁਸੀਂ ਅੰਦਰ ਕਿਸੇ ਡਾਕਟਰ ਸਾਹਿਬ ਨਾਲ ਗੱਲ ਕਰ ਰਹੇ ਸੀ ਕਿ ਇਹ ਮਰੀਜ਼ ਨੂੰ ਬੜੀ ਸਵੀਅਰ ਹਾਰਟ ਪ੍ਰੋਬਲਮ ਹੈ, ਇਹਨੂੰ ਕੋਈ ਪੇਟ ਦੀ ਪ੍ਰੋਬਲਮ ਨਹੀਂ ਹੈਗੀ, ਨਾ ਇਹਨੂੰ ਬਦ ਹਜ਼ਮੀ ਹੈ। 2-4 ਹਫ਼ਤਿਆਂ ਵਾਲੀ ਗੇਮ ਹੈ, ਮੈਂ ਉਸ ਤੋਂ ਆਸ ਲਾ ਲਈ ਮਰਨ। ਉਹ ਤਾਂ ਮੈਂ ਡਾਕਟਰ ਲਾਂਬਾ ਨਾਲ ਉਹਦੇ ਦੋਸਤ ਬਾਰੇ ਗੱਲ ਕਰ ਰਿਹਾ ਸੀ। ਤੁਸੀਂ ਕਮਾਲ ਕਰ ਰਹੇ ਹੋ, ਤੁਸੀਂ ਮੁੱਕਰ ਰਹੇ ਹੋ, ਮੈਂ ਪੂਰੇ ਸ਼ਹਿਰ ਨੂੰ ਕਨਫਰਮ ਕਰ ਚੁੱਕਾ ਕਿ ਮੈਂ ਮਰ ਰਿਹਾ। ਅੱਜ ਕਿਹੜੇ ਮੂੰਹ ਨਾਲ ਆਖਾਂ ਕਿ ਮੈਂ ਨਹੀਂ ਮਰ ਰਿਹਾ, ਮੈਂ ਜ਼ਿੰਦਾ ਰਹਿ ਰਿਹਾ? ਬੰਦੇ ਨੂੰ ਕੋਈ ਜ਼ਬਾਨ ਹੁੰਦੀ ਹੈ? ਕਿਉਂ ਸ਼ਹਿਰ 'ਚ ਮੇਰੀ ਥੂ ਥੂ ਕਰਾਣੀ ਤੁਸੀਂ? ਯਾਰ ਘੁੱਗੀ, ਜਦ ਤੈਨੂੰ ਕੋਈ ਬਿਮਾਰੀ ਹੈ ਨਹੀਂ, ਹੁਣ ਤੈਨੂੰ ਮਰਨ ਦੀ ਮੈਂ ਕਿਸੇ ਨੂੰ ਸੁਪਾਰੀ ਦੇ ਦਾਂ? ਦੇਖੋ ਡਾਕਟਰ ਸਾਹਿਬ, ਤੁਸੀਂ ਚਾਹੇ ਮੇਰੀ ਸੁਪਾਰੀ ਦਿਓ ਤੇ ਚਾਹੇ ਮੈਨੂੰ ਸਫਾਰੀ ਥੱਲੇ ਦਿਓ। ਦਰਅਸਲ ਮੈਂ ਹੁਣ ਦੇਖੋ ਜੀ, ਆਪਣੀ ਵਾਈਫ ਲਾਲੀ ਨੂੰ ਅਸ਼ੋਰ ਕਰ ਚੁੱਕੇ ਹਾਂ ਵੀ ਆਪਣਾ ਕੰਮ ਹੋਣ ਵਾਲਾ। ਨਹੀਂ, ਉਹ ਵਿਚਾਰੀ ਹੁਣ ਕੀ ਸੋਚੇਗੀ ਵੀ ਮੈਂ ਝੂਠ ਬੋਲਿਆ ਸੀ ਉਹਦੇ ਨਾਲ? ਉਹ ਘੁੱਗੀ, ਹੌਸਲਾ ਰੱਖ, ਹੌਸਲਾ, ਰੱਬ ਦੇ ਘਰ ਦੇਰ ਹੈ, ਹਨੇਰ ਨਹੀਂ। ਜੇ ਤੇਰੀ ਇਹ ਬਿਮਾਰੀ ਝੂਠ ਨਿਕਲੀ, ਰੱਬ ਤੈਨੂੰ ਹੋਰ ਲਾ ਦੂਗਾ। ਇੰਨੀ ਜਲਦੀ ਮਰਨ ਤੈਨੂੰ ਲੋੜ ਕੀ ਹੈ? ਇੰਨਾ ਸੋਹਣਾ ਜਵਾਨ ਹੈ ਤੂੰ,
ਇੰਨੀ ਸੋਹਣੀ ਤੇਰੀ ਵੋਟੀ ਆ ਯਾਰ। ਗੱਲ ਤਾਂ ਮੈਨੂੰ ਸਭ ਤੁਹਾਡੀ ਠੀਕ ਹੈ ਵੈਸੇ ਹੈ, ਕਹਿਣੀ ਗੱਲ ਹੈ ਵੀ ਮੈਂ ਬੇਵਕੂਫ ਆਪਣੀ ਵੋਟੀ ਲਾਲੀ ਵਾਸਤੇ ਕੋਈ ਅੱਛਾ ਜਿਹਾ ਖੂਬਸੂਰਤ ਜਿਹਾ ਲਾੜਾ ਜੋ ਲੱਭ ਰਿਹਾ, ਪਤਾ ਪੁੱਛੇ ਵੀ ਮੈਂ ਕਿਤੇ ਘੱਟ ਖੂਬਸੂਰਤ ਜੇ ਮੈਂ ਜਿੰਦਾ ਰਹਾਂ। ਵੈਰੀ ਗੁੱਡ ਵੈਰੀ ਗੁੱਡ ਮਿੱਤਲ ਸਾਹਿਬ, ਬਹੁਤ ਅੱਛੀ ਸਲਾਹ ਦਿੱਤੀ ਤੁਸੀਂ, ਲਵ ਯੂ ਮਿੱਤਲ ਸਾਹਿਬ। ਲੱਗਦਾ ਦੌਰਾ ਪੈ ਗਿਆ। ਕੁੱਕੀ ਇੱਕ ਮਿੰਟ ਸਾਹ ਰੋਕ ਕੇ ਰੱਖੀ, ਮੈਂ ਤੇਰਾ ਸਪੀਚ ਚੱਖ ਲਾਂ ਕਿੱਥੇ ਰੱਖੀ ਜਾਊਗਾ। ਓਏ ਹੋਏ ਲੱਗਦਾ ਆਖਰੀ ਸਾਹ ਚੱਲ ਰਹੇ ਨੇ, ਅੱਜ ਹੋ ਗਈ 8 ਤਰੀਕ ਤੇ ਚੌਥਾ ਹੋਇਆ 11 ਨੂੰ, ਮੈਂ ਛੁੱਟੀ ਅਪਲਾਈ ਕਰਦਿਆਂ ਪਹਿਲਾਂ ਉਹ ਛੁੱਟੀ ਬਾਅਦ ਚ ਅਪਲਾਈ ਕਰ ਲਾਂਗਾ, ਇਹ ਤਾਂ ਲੱਗਦਾ ਡਿੱਗ ਪਿਆ ਮੈਂ ਆਇਆ। ਕੁੱਕੀ 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 ਮੇਰੀ ਗੱਲ ਚੰਗੀ ਤਰ੍ਹਾਂ ਸੁਣ ਪਹਿਲੋਂ, ਮੇਰੀ ਹੁਣੇ ਡਾਕਟਰ ਮਿੱਤਲ ਨਾਲ ਗੱਲ ਹੋਈ ਹੈ, ਡਾਕਟਰ ਮਿੱਤਲ ਨੇ ਮੈਨੂੰ ਦੱਸਿਆ ਕਿ ਮੈਨੂੰ ਕੋਈ ਬਿਮਾਰੀ ਹੈ ਹੀ ਨਹੀਂ, ਮੈਨੂੰ ਤਾਂ ਵਹਿਮ ਹੋ ਗਿਆ ਸੀ ਮੈਨੂੰ ਕੋਈ ਬਿਮਾਰੀ ਹੈ, ਇਸ ਕਰਕੇ ਮੈਂ ਨਹੀਂ ਮਰ ਰਿਹਾ, ਮੈਂ ਜ਼ਿੰਦਾ ਰਹਾਂਗਾ। ਆਈ ਐਮ ਆਲ ਰਾਈਟ, ਬਕਵਾਸ ਨਾ ਕਰ, ਆਈ ਐਮ ਆਲ ਰਾਈਟ। ਉਹ ਕਮਾਲ ਹੋ ਗਈ ਯਾਰ, ਉਹ 4 ਦਿਨ ਤੋਂ ਛੁੱਟੀਆਂ ਲੈ ਕੇ ਬੈਠੇ ਆ, ਉਹ ਸ਼ਰਾਬਾਂ ਪੀ ਕੇ ਸਪੀਚਾਂ ਲਿਖਣ ਡਏ ਆ, ਉਹ ਤਾਂ ਇੱਕ ਮਿੰਟ ਨੀ ਲਾਇਆ ਮੁਕਰਨ ਤੋਂ। ਇਹਦਾ ਮਤਲਬ ਉਹ ਗੱਲਾਂ ਹੀ ਹੁੰਦੀਆਂ ਨੇ ਕਿ ਯਾਰ ਯਾਰਾਂ ਲਈ ਮਰ ਵੀ ਜਾਂਦੇ ਨੇ। ਕੁੱਗੀ ਅੱਜ ਤੇ ਜਾਂ ਤੂੰ ਮਰੇਗਾ ਤੇ ਜਾਂ ਫਿਰ ਆਪਣੀ ਯਾਰੀ ਟੁੱਟੇਗੀ। ਵੀ ਯਾਰ ਤੈਨੂੰ ਮੇਰੀ ਸਪੀਚ ਦੀ ਕੋਈ ਪਰਵਾਹ ਹੀ ਨਹੀਂ, ਕੁੱਗੀ ਮੇਰੀ ਇਸ ਦਰਦ ਭਰੀ ਸਪੀਚ ਦੇ ਲਈ ਇੱਕ ਵਾਰ ਤੇ ਮਰਨਾ ਹੀ ਪੈਗਾ ਤੈਨੂੰ, ਰੱਬ ਦਾ ਵਾਸਤਾ ਹੀ ਤੈਨੂੰ, ਰੱਬ ਦਾ ਵਾਸਤਾ ਹੀ ਕੁੱਗੀ ਤੂੰ ਨਾ ਲੱਕੀ ਇੰਜ ਨਾ ਕਰ ਯਾਰ, ਇੰਜ ਨਾ ਕਰ ਲੱਕੀ। ਦੇਖ ਮੈਂ ਤੇਰੇ ਨਾਲ ਪ੍ਰੋਮਿਸ ਕੀਤਾ ਸੀ ਨਾ ਕਿ ਮੈਂ ਮਰਾਂਗਾ, ਮੈਂ ਮਰਾਂਗਾ ਮੇਰੇ ਦੋਸਤ। ਕੀ ਗੱਲ ਕਰ ਰਿਹਾ? ਮੈਂ ਮਰਾਂਗਾ ਤੇਰੀ ਇਸ ਸਪੀਚ ਦੀ ਖਾਤਰ, ਮਰਾਂਗਾ ਤੇਰੇ ਸੁਪਨੇ ਸਾਕਾਰ ਹੋਣਗੇ, ਤੈਨੂੰ ਇਹ ਸਪੀਚ ਬੋਲਣ ਦਾ ਮੌਕਾ ਮਿਲੇਗਾ। ਹਾਂ ਮੈਂ ਮਰਾਂਗਾ ਮੇਰੇ ਦੋਸਤ, ਮੈਂ ਮਰਾਂਗਾ, ਹਾਂ ਮੈਂ ਕੋਈ 50-60 ਸਾਲ ਬਾਅਦ ਮਰਾਂਗਾ। ਮੈਂ ਲਾਲੀ ਨੂੰ ਆਪਣੀ ਵਾਈਫ ਨੂੰ ਦੱਸ ਕੇ ਆਵਾਂ ਕਿ ਜਾਣੇ ਮਨ ਮੈਂ ਮਰ ਨਹੀਂ ਰਿਹਾ, ਮੈਂ ਜ਼ਿੰਦਾ ਰਹਾਂਗਾ। ਲਾਲੀ ਅੱਜ ਮੇਰਾ ਇਨਸਾਨੀਅਤ ਤੋਂ ਵਿਸ਼ਵਾਸ ਉੱਠ ਗਿਆ। ਲਾਲੀ ਲਾਲੀ ਯਾਦ ਕਰ ਰਿਹਾ, ਲਾਲੀ ਨੂੰ ਆ ਗਈ ਲੀਲਾ। ਮੈਂ ਕਿੱਥੇ? ਪਤਾ ਨੀ, ਮੈਂ ਤਾਂ ਨਾਲ ਦਿਆਂ ਦੇ ਘਰ ਸਫਾਈ ਕਰਦੀ ਸੀ, ਮੈਨੂੰ ਆਵਾਜ਼ ਮਾਰ ਗਏ ਸੀ ਕਿ ਮੈਂ ਕੰਮ ਚੱਲੀ ਆ, ਘਰ ਖੁੱਲ੍ਹਾ ਤੇ ਸਫਾਈ ਕਰ ਜੀ, ਕਹਿੰਦੇ ਤਾਂ ਸੀ ਹੁਣੇ ਆ ਜੂੰਗੀ। ਮੈਂ ਸਾਰੀ ਰਾਤ ਘਰ ਨਹੀਂ ਨਾ ਆਇਆ, ਬਸ ਘਬਰਾ ਗਈ ਹੋਣੀ ਹੈ, ਚੱਲੀ ਨਾ ਹੋਵੇ ਤਾਂ। ਐਕਚੁਅਲੀ ਮਰਦੀ ਵੀ ਬਹੁਤ ਹੈ, ਮਰਦੀ ਵੀ ਬਹੁਤ ਹੈ ਮੇਰੇ ਤੋਂ, ਕਿਉਂਕਿ ਹੈ ਹੈ ਕਰੀ ਜਾਂਦੀ ਹੈ, ਕੰਮ ਕਰੋ, ਸਫਾਈਆਂ ਕਰੋ ਜਾ ਕੇ। ਵੈਸੇ ਸਫਾਈ ਤਾਂ ਮੈਨੂੰ ਵੀ ਕਰ ਲੈਣੀ ਚਾਹੀਦੀ ਹੈ, ਕਿਹੜਾ ਗੰਦਾ ਮੰਦਾ ਜਿਹਾ ਬਣਿਆ ਹੋਇਆ। ਲਾਲੀ ਦੇ ਆਉਣ ਤੋਂ ਪਹਿਲਾਂ ਮੈਂ ਲਿਸ਼ਕ ਪੁਸ਼ਕ ਕੇ ਕਿਸ਼ਨ ਮਿਸ਼ਨ ਹੋ ਕੇ ਬੈਠਾ, ਆਖਰ ਬਹੁਤ ਵੱਡੀ ਖੁਸ਼ਖਬਰੀ ਸੁਣਾ ਰਿਹਾ ਲਾਲੀ ਨੂੰ ਮੈਂ ਕਿ ਮੈਂ ਬਿਲਕੁਲ ਠੀਕ ਠਾਕ ਹਾਂ, ਮੈਂ ਹੱਟਾ ਕੱਟਾ ਵਾਂ। ਲਾਲੀ ਮੁਬਾਰਕਾਂ ਮੁਬਾਰਕਾਂ ਮੁਬਾਰਕਾਂ। ਕਿਉਂ ਪੰਮੀ ਨਾਲ ਤੁਹਾਡੀ ਸ਼ਾਦੀ ਤੈਅ ਹੋ ਗਈ ਇਸ ਵਾਸਤੇ? ਸਿਰ ਸਿਰੇ ਤੈਅ ਲਾ ਕੇ ਰੱਖ ਦਿੱਤੀ ਜੀ ਗਰੀਬ ਦੀ। ਵੈਸੇ ਤੁਸੀਂ ਮੇਰੇ ਘਰ 'ਚ ਦਾਖਲ ਕਿਵੇਂ ਹੋਏ? ਐਸੇ ਦਰਵਾਜ਼ੇ ਥਾਣੀ ਜਿੱਧਰੋਂ ਤੂੰ ਆਈ। ਪਰ ਮੇਰੇ ਘਰ ਦੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਹਮੇਸ਼ਾ ਲਈ ਬੰਦ ਹੋ ਚੁੱਕੇ ਨੇ। ਗੁੱਸਾ ਛੱਡ ਲਾ ਲਈਏ, ਦੱਸ ਪਈ ਆ ਸਿਰ ਸਿਰੇ ਕਿੱਧਰ ਚਲੀ ਗਈ ਸੀ? ਵਕੀਲ ਸਾਹਿਬ ਕੋ। ਲੈ ਦੱਸ ਤੈਨੂੰ ਵਕੀਲ ਸਾਹਿਬ ਕੋ ਜਾਣ ਦੀ ਕੀ ਲੋੜ ਸੀ? ਵਕੀਲ ਸਚਦੇਵਾ ਤੇ ਆਪ ਹੁਣੇ ਇੱਥੇ ਆ ਰਹੇ। ਓਹ ਤੇ ਤੁਸੀਂ ਵਕੀਲ ਵੀ ਬੁਲਾ ਰੱਖਿਆ, ਪਰ ਮੈਂ ਐਡਵੋਕੇਟ ਸਿੱਧੂ ਕੋ ਗਈ ਸੀ। ਇਹ ਸਿੱਧੂ ਦਾ ਹੀ ਜੂਨੀਅਰ ਹੈ ਸਚਦੇਵਾ, ਜਿਹੜਾ ਮੇਰੀ ਵਸੀਅਤ ਤਿਆਰ ਕਰ ਰਿਹਾ ਹੈ। ਮੈਂ ਤੁਹਾਡੀ ਵਸੀਅਤ ਲਈ ਨਹੀਂ ਗਈ ਸੀ। ਤੇ ਹੋਰ ਫਿਰ ਸਿੱਧੂ ਸਾਹਿਬ ਵਾਲਾ ਸਵੇਰੇ ਪ੍ਰਭਾਤ ਫੇਰੀ ਆਉਣੀ ਸੀ ਜਿਹੜਾ ਤੜਕੇ ਚਲੀ ਗਈ ਸੀ। ਇਹ ਲੋ ਤਲਾਕ ਦੇ ਕਾਗਜ਼ਾਤ ਮੈਂ ਸਾਈਨ ਕਰ ਦਿੱਤੇ ਨੇ, ਤੁਸੀਂ ਕਰ ਦਿਓ। ਤਲਾਕ ਮੇਰੇ ਨਾਲ? ਹਾਂ ਮੇਰੇ ਨਾਲ ਤਲਾਕ ਲਓਗੇ ਤਾਂ ਹੀ ਤਾਂ ਪੰਮੀ ਨਾਲ ਵਿਆਹ ਕਰੂੰਗੇ ਨਾ। ਲਾਲੀ ਤੇਰੇ ਤੋਂ ਬਗੈਰ ਮੈਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦਾ। ਤੁਹਾਡੇ ਨਾਲ ਰਹਿ ਕੇ ਮੈਂ ਹੁਣ ਜ਼ਿੰਦਗੀ 'ਚ ਹੋਰ ਨਹੀਂ ਕਲਪਨਾ ਚਾਹੁੰਦੀ। ਲਾਲੀ ਕਿਸ ਤਰ੍ਹਾਂ ਦੀਆਂ ਗੱਲਾਂ ਲੈ ਕੇ ਬਹਿ ਗਈ ਤੂੰ? ਮੈਂ ਤੈਨੂੰ ਐਡੀ ਵੱਡੀ ਖੁਸ਼ਖਬਰੀ ਦੱਸਣ ਆਣਾ ਯਾਰ,
ਮੈਨੂੰ ਕੁਝ ਨਹੀਂ ਹੋਇਆ, ਮੈਂ ਬਿਲਕੁਲ ਠੀਕ ਠਾਕ ਹਾਂ, ਮੈਨੂੰ ਕੋਈ ਬਿਮਾਰੀ ਨਹੀਂ ਹੈ, ਮੈਂ ਬਿਲਕੁਲ ਆਲ ਰਾਈਟ ਹਾਂ, ਟਨਾ ਟਨ। ਦਰਅਸਲ ਬਿਮਾਰੀ ਵਾਲਾ ਭੁਲੇਖਾ ਲੱਗਾ ਸੀ। ਪਰ ਮੇਰੇ ਸਾਰੇ ਭੁਲੇਖੇ ਦੂਰ ਹੋ ਚੁੱਕੇ ਨੇ। ਦੇਖ ਲਾ ਲਈ, ਉਸ ਦਿਨ ਡਾਕਟਰ ਮਿੱਤਲ ਦੇ ਕਲੀਨਿਕ 'ਚ ਮੈਨੂੰ ਕਨਫਿਊਜ਼ਨ ਹੋ ਗਈ ਸੀ। ਪਰ ਮੈਨੂੰ ਹੁਣ ਸਾਰੀਆਂ ਕਨਫਿਊਜ਼ਨ ਕਲੀਅਰ ਹੋ ਚੁੱਕੀਆਂ ਨੇ। ਕਿੱਥੇ ਕਰ ਰਹੀ ਕੀ? ਵਿੱਕੀ ਜੀ, ਜੋ ਫਿਲਮ ਪ੍ਰੋਡਿਊਸਰਸ ਆ ਗਏ ਨੇ, ਤਾਂ ਉਹਨਾਂ ਨਾਲ ਮੇਰੀ ਮੀਟਿੰਗ ਫਿਕਸ ਕਰਾ ਦਿਓ। ਕਿਸ ਬੇਵਕੂਫ ਆਦਮੀ ਨੂੰ ਫੋਨ ਕਰ ਰਹੀ ਹੈ? ਸਾਰੇ ਜੱਗ ਜਹਾਨ ਦਾ ਸਭ ਤੋਂ ਲੁੱਚਾ ਆਦਮੀ ਹੈ ਜਿਹਨੂੰ ਫੋਨ ਕਰ ਰਹੀ ਹੈ, ਇਹਦੀ ਚੁੰਗਲ 'ਚ ਫਸ ਰਹੀ ਹੈ। ਮਿਸ ਕੁਕੀ, ਮੈਂ ਆਪਣਾ ਭਲਾ ਬੁਰਾ ਚੰਗੀ ਤਰ੍ਹਾਂ ਜਾਣਦੀ ਹਾਂ, ਤੁਸੀਂ ਸਿਰਫ ਪੰਮੀ ਦਾ ਭਲਾ ਦੇਖੋ। ਸ਼ਟ ਅਪ, ਮੇਰਾ ਕੋਈ ਚੱਕਰ ਨਹੀਂ ਇਸ ਪੰਮੀ ਨਾਲ। ਸ਼ਟ ਅਪ, ਯੂ ਸ਼ਟ ਅਪ, ਦਬੋ ਜੋ, ਦਬੋ ਜੋ। ਉਹ ਲਾਗੇ ਗੱਲ ਤੋਂ ਸੁਣ ਮੇਰੀ, ਕੀ ਕਰ ਰਹੀ ਹੈ? ਦਬੋ ਜੋ, ਦਬੋ ਜੋ। ਆਈ ਐਮ ਸੌਰੀ, ਮੈਨੂੰ ਲੱਗਾ ਮੇਰੇ ਹਸਬੈਂਡ ਨੇ। ਹਰ ਔਰਤ ਨੂੰ ਮੇਰੇ ਬਾਰੇ ਇੱਦਾਂ ਹੀ ਮਹਿਸੂਸ ਹੁੰਦਾ ਜੀ। ਨਹੀਂ, ਮੇਰਾ ਮਤਲਬ ਹੈ ਕਿ ਮੈਨੂੰ ਇੱਥੇ ਆ ਕੇ ਅੱਛਾ ਲੱਗਾ, ਮੈਨੂੰ ਇੱਦਾਂ ਲੱਗਾ ਜਿੱਦਾਂ ਮੈਂ ਆਪਣੇ ਘਰ ਹੀ ਆ ਗਿਆ ਅਤੇ ਮੇਰੀ ਵਾਈਫ ਨੇ ਦਰਵਾਜ਼ਾ ਖੋਲ੍ਹਿਆ। ਤੁਹਾਨੂੰ ਬੁਰਾ ਤਾਂ ਨਹੀਂ ਲੱਗਾ? ਨਹੀਂ ਨਹੀਂ, ਨੋਟ ਐਟ ਆਲ, ਸਗੋਂ ਮੈਨੂੰ ਤਾਂ ਬੇਅੰਤ ਖੁਸ਼ੀ ਹੋਈ ਹੈ ਇਹ ਦੇਖ ਕੇ ਕਿ ਹਰ ਇੱਕ ਦੇ ਨਾਲ ਇੱਦਾਂ ਹੀ ਕੁੱਤੇ ਖਾਣੀ ਹੁੰਦੀ ਹੈ। ਮੈਨੂੰ ਐਕਚੁਅਲੀ ਲੱਗਦਾ ਸੀ ਕਿ ਸਿਰਫ ਮੇਰੇ ਨਾਲ ਹੀ ਹੁੰਦੀ ਹੈ। ਵੈਸੇ ਤੁਸੀਂ ਮੈਨੂੰ ਪਛਾਣ ਤਾਂ ਲਿਆ ਹੋਣਾ ਜੀ? ਐਡਵੋਕੇਟ ਸੱਚ ਦੇਵਾ, ਇਹ ਤੁਹਾਡੇ ਹਸਬੈਂਡ ਨੇ ਵਸੀਅਤ ਜਿਹੜੀ ਕਰਾਈ ਸੀ ਨਾ, ਉਹ ਮੈਂ ਰਜਿਸਟਰਡ ਕਰਾ ਦਿੱਤੀ ਹੈ ਜੀ, ਉਹਨਾਂ ਨੂੰ ਦੇਣ ਲਈ ਆਇਆ। ਇਹ ਘੁੱਗੀ ਜੀ ਅੰਦਰ ਹੀ ਨੇ? ਉਹ ਤਾਂ ਗਏ। ਵਾਹ 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 ਵਾਹ, ਕਿੰਨੇ ਲੱਕੀ ਹੋ ਨਾ ਤੁਸੀਂ। ਮਤਲਬ? ਮਤਲਬ ਜੀ ਕਿ ਉਹਨਾਂ ਨੇ ਕੱਲ੍ਹ ਵਸੀਅਤ ਲਿਖਾਈ ਅਤੇ ਅੱਜ ਚਲੇ ਵੀ ਗਏ, ਪਰ ਅੰਦਰ ਦਾ ਮਾਹੌਲ ਗਏ ਵਰਗਾ ਲੱਗਦਾ ਨਹੀਂ ਜੀ। ਨਹੀਂ, ਉਹ ਕਿਤੇ ਬਾਹਰ ਗਏ ਨੇ। ਅੱਛਾ 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 ਅੱਛਾ, ਕੋਈ ਨਹੀਂ ਜੀ, ਮੈਂ ਦੁਬਾਰਾ ਆ ਜਾਵਾਂਗਾ। ਉਹ ਤੁਹਾਨੂੰ ਦੁਬਾਰਾ ਵੀ ਨਹੀਂ ਮਿਲਣਗੇ। ਤੇ ਕੋਈ ਨਹੀਂ ਜੀ, ਮੈਂ ਦੁਬਾਰਾ ਆ ਜਾਵਾਂਗਾ, ਚੁਬਾਰਾ ਆ ਜਾਵਾਂਗਾ, ਬਾਰ ਬਾਰ ਆ ਜਾਵਾਂਗਾ। ਕਿਉਂ? ਉਹਨਾਂ ਦੀ ਵਸੀਅਤ ਜੋ ਦੇਣੀ ਹੈ। ਇਹ ਵਸੀਅਤ ਤੁਸੀਂ ਮੈਨੂੰ ਹੀ ਦੇ ਦਿਓ। ਨਾ 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 ਜੀ, ਕਾਨੂੰਨ 'ਚ ਅਗਲਿਆਂ ਨੇ ਸਾਨੂੰ ਸਿਖਾਇਆ ਹੀ ਨਹੀਂ ਕਿ ਕਿਸੇ ਦੀ ਵਸੀਅਤ ਕਿਸੇ ਹੋਰ ਨੂੰ ਫੜਾ ਜਾਓ। ਇੱਕ ਮਿੰਟ, ਇਹ ਵਸੀਅਤ ਤੁਸੀਂ ਮੈਨੂੰ ਪੜ੍ਹ ਕੇ ਤਾਂ ਸੁਣਾ ਸਕਦੇ ਹੋ ਨਾ? ਦੇਖੋ ਜੀ, ਕਾਨੂੰਨ ਵਾਲਿਆਂ ਨੇ ਇਹ ਵੀ ਨਹੀਂ ਸਿਖਾਇਆ ਕਿ ਕਿਸੇ ਦੀ ਵਸੀਅਤ ਕਿਸੇ ਗੈਰ ਦੇ ਸਾਹਮਣੇ ਪੜ੍ਹ ਕੇ ਸੁਣਾਓ। ਨਹੀਂ ਨਹੀਂ, ਇੰਨੇ ਗੈਰ ਵੀ ਨਹੀਂ ਤੁਸੀਂ, ਤੁਸੀਂ ਤਾਂ ਮੇਰੀ ਵਾਈਫ ਹੋ, ਮੇਰੀ ਵਾਈਫ ਵਰਗੇ ਹੋ ਨਾ। ਤੁਹਾਨੂੰ ਮੈਂ ਪੜ੍ਹ ਕੇ ਨਾ ਸੁਣਾਵਾਂ ਤੇ ਥੋੜਾ ਬਹੁਤਾ ਮਤਲਬ ਹੈ ਕਿ ਹਿੰਟ ਸ਼ਿੰਟ ਤਾਂ ਦੇ ਹੀ ਸਕਦਾ ਨਾ। ਘੁੱਗੀ ਜੀ ਨੇ ਆਪਣੀ ਸਾਰੀ ਜ਼ਮੀਨ ਜਾਇਦਾਦ, ਪੈਸਾ ਧੇਲਾ, ਨਿੱਕ ਸੁੱਕ, ਫਲਾਣ ਟਮਕਾਣ, ਇਹ ਲਟਰਮ ਪਟਰਮ ਸ਼ਟਰਮ ਵਟਰਮ ਸਭ ਤੁਹਾਡੇ ਨਾਂ ਤੇ ਲਿਖ ਦਿੱਤਾ ਹੈਗਾ। ਤੁਸੀਂ ਸੱਚ ਕਹਿ ਰਹੇ ਹੋ ਵਕੀਲ ਸਾਹਿਬ? ਮੈਂ ਵੀ ਕਿੱਡੀ ਪਾਗਲ ਹੈ। ਮੈਂ ਇਹਦੇ ਬਾਰੇ ਕੀ ਦੱਸ ਸਕਦਾ ਜੀ? ਵੈਸੇ ਇੱਕ ਮੋਹਾਲੀ ਵਾਲਾ ਪਲਾਂਟ ਹੈ ਜੀ, ਉਹਨਾਂ ਨੇ ਕਿਸੇ ਪੰਮੀ ਭੁੱਲਰ ਦੇ ਨਾਂ ਤੇ ਲਿਖਿਆ ਜੀ। ਨਹੀਂ ਹੈ ਨਾ ਤੁਹਾਡੀ ਕੋਈ ਰਿਸ਼ਤੇਦਾਰ ਜੀ? ਹਾਂ, ਬਹੁਤ ਨਜ਼ਦੀਕੀ ਰਿਸ਼ਤੇਦਾਰ। ਅੱਛਾ ਜੀ, ਮੈਂ ਵੀ ਹੈਰਾਨ ਸੀ ਕਿ ਘੁੱਗੀ ਦੀ ਇੰਨੀ ਕਿਹੜੀ ਨਜ਼ਦੀਕੀ ਰਿਸ਼ਤੇਦਾਰ ਹੈ ਜਿਹਦੇ ਬਾਰੇ ਮੈਂ ਨਹੀਂ ਜਾਣਦਾ। ਰਜਿਸਟਰਡ ਹੋ ਗਈ ਹੈ ਜੀ ਵਸੀਅਤ, ਉਹਨਾਂ ਨੂੰ ਕਹਿਣਾ ਮੇਰੇ ਕੋਲੋਂ ਕਲੈਕਟ ਕਰ ਲੈਣਗੇ। ਪੰਮੀ ਪੰਮੀ ਪੰਮੀ, ਜਾ ਕੇ ਕਰਦੀ ਹੈ ਇਸ ਪੰਮੀ ਭੁੱਲਰ ਨਾਲ ਗੱਲ। ਓਏ ਘੁੱਗੀ, ਤੇਰੇ ਦਿੱਤੇ ਧੋਖੇ ਨੇ ਸਵੇਰੇ ਸਵੇਰੇ ਪੀਣ ਲਾਤਾ ਯਾਰ। ਓ ਲੱਗੀ, ਮੈਂ ਮਰ ਗਿਆ ਯਾਰ। ਘੁੱਗੀ ਮਰ ਗਿਆ? ਓ ਥੈਂਕ ਗੋਡ, ਰੱਬਾ ਤੇਰੇ ਘਰ ਦੇਰ ਹੈ ਹਨੇਰ ਨਹੀਂ। ਮੈਨੂੰ ਪਹਿਲੇ ਪਤਾ ਸੀ ਕਿ ਮੇਰੀ ਸਪੀਚ ਵੇਸਟ ਨਹੀਂ ਜਾ ਸਕਦੀ। ਓ ਲੱਗੀ, ਮੈਂ ਮਰ ਗਿਆ। ਇੱਕ ਮਿੰਟ ਖੜ, ਇੱਕ ਮਿੰਟ ਖੜ ਤੂੰ, ਮੈਂ ਹਾਲੇ ਸਪੀਚ ਪਾੜ ਕੇ ਡਸਟਬਿਨ 'ਚ ਸੁੱਟੀ ਹੈ, ਮੈਂ ਲੈ ਕੇ ਆਇਆ। ਯਾਰ ਮੇਰੀ ਗੱਲ ਸੁਣ। ਓ ਦਫਾ ਕਰ ਯਾਰ ਸਪੀਚ ਨੂੰ, ਮੈਨੂੰ ਤਾਂ ਸਪੀਚ ਹੁਣ ਤੱਕ ਜ਼ਬਾਨੀ ਯਾਦ ਹੋ ਗਈ। ਮੌਤ ਨੇ ਖੂਨੀ ਪੰਜੇ ਪਰਾਂ ਕਰ, ਖੂਨੀ ਪੰਜੇ ਯਾਰ, ਮੈਂ ਉਦਾਂ ਨਹੀਂ ਮਰਿਆ, ਮੈਂ ਉਦਾਂ ਮਰ ਗਿਆ। ਉਦਾਂ ਮੈਂ ਐਕਚੁਅਲੀ ਸ਼ਰਮ ਨਾਲ ਮਰ ਗਿਆ। ਨੋ ਨੋ ਨੋ, ਇੱਕਦਮ ਝੂਠ ਬਕਵਾਸ। ਹਿੰਦੁਸਤਾਨੀ ਲੋਕ ਚੇਚਕ ਨਾਲ ਮਰ ਸਕਦੇ ਨੇ, ਖਤਰੇ ਨਾਲ ਮਰ ਸਕਦੇ ਨੇ। ਬੁਖਾਰ, ਉਲਟੀਆਂ, ਗਰਮੀ, ਸਰਦੀ, ਖਾਂਸੀ, ਜ਼ੁਕਾਮ, ਨਜ਼ਲਾ, ਸ਼ੂਗਰ, ਟੀਬੀ, ਕੈਂਸਰ, ਏਡਸ, ਮਲੇਰੀਆ, ਇੱਥੋਂ ਤੱਕ ਕਿ ਟਾਈਫਾਈਡ ਨਾਲ ਮਰ ਸਕਦੇ ਨੇ, ਪਰ ਸ਼ਰਮ ਨਾਲ, ਸ਼ਰਮ ਨਾਲ ਨੈਵਰ ਐਵਰ, ਕਿਉਂਕਿ ਸ਼ਰਮ ਨੂੰ ਤੇ ਇਸ ਮੁਲਕ ਵਿੱਚ ਆਉਂਦੇ ਆਪ ਸ਼ਰਮ ਆ ਜਾਂਦੀ ਵੀਰ। ਯਾਰ ਤੂੰ ਆਪਣੀ ਰਾਮ ਕਹਾਣੀ ਲੈ ਕੇ ਬਹਿ ਜਾਂਦਾ। ਦਰਅਸਲ ਮੈਨੂੰ ਬਾਰ ਬਾਰ ਸ਼ਰਮਿੰਦਗੀ ਹੋ ਰਹੀ ਹੈ, ਮੈਂ ਲਾਲੀ ਅੱਗੇ ਬਾਰ ਬਾਰ ਝੂਠਾ ਸਾਬਤ ਹੋ ਰਿਹਾ, ਲਾਲੀ ਅੱਗੇ ਗੁਨਾਹਗਾਰ ਸਾਬਤ ਹੋ ਰਿਹਾ ਯਾਰ ਮੈਂ। ਉਹ ਸ਼ੱਕ ਕਰ ਰਹੀ ਮੇਰੇ ਤੇ, ਉਹਦੇ ਮਨ 'ਚ ਇਹ ਗੱਲ ਪੱਕੀ ਤਰ੍ਹਾਂ ਬਹਿ ਗਈ ਹੈ ਕਿ ਮੇਰਾ ਉਸ ਭੰਮੀ ਭੁੱਲਰ ਨਾਲ ਕੋਈ ਚੱਕਰ ਹੈਗਾ। ਵੈਰੀ ਸਿੰਪਲ, ਤੈਨੂੰ ਤਾਂ ਸਿੰਪਲ ਜਿਹਾ ਹੱਲ ਦੱਸ ਦਿੰਦਾ, ਤੂੰ ਲਾਲੀ ਭਾਬੀ ਅੱਗੇ ਮੰਨ ਜਾ ਕਿ ਤੇਰਾ ਭੰਮੀ ਨਾਲ ਚੱਕਰ। ਇੰਨੀ ਅੱਛੀ ਐਡਵਾਈਸ ਦੇ ਇਹਨਾਂ ਨੂੰ, ਵੈਸੇ ਕਿਸੇ ਨੂੰ ਕਹਿ ਕੇ ਗੋਲੀ ਮਰਵਾ ਦੇ ਮੈਨੂੰ। ਤੂੰ ਸਾਡੀ ਗੱਲ ਮੰਨ ਕੇ ਤਾਂ ਵੇਖ ਯਾਰ, ਮੈਂ ਤੈਨੂੰ ਫੇਰ ਕਹਿ ਰਿਹਾ ਇੱਕ ਵਾਰੀ, ਤੂੰ ਝੂਠ ਮੂਠੀ ਮੰਨ ਕੇ ਇੱਕ ਵਾਰ ਜਾ ਕੇ ਭਾਬੀ ਦੇ ਪੈਰੀ ਪੈ ਜਾ। ਵਾਹ ਬੱਲੇ ਹੋ, ਤੇਰੀਆਂ ਸਲਾਹਾਂ ਦੇ। ਕਿਉਂ? ਭਾਬੀ ਦੇ ਜਾ ਕੇ ਪੈਰੀ ਪੈ ਜਾ, ਅਗਲੀ ਮੇਰੇ ਹੱਥੀ ਪੈ ਜਾ। ਓਏ ਹੋਏ, ਉਹ ਗੱਲ ਸੁਣ, ਸਾਡੇ ਤਜਰਬੇ ਦਾ ਕੋਈ ਮਾਇਨਾ ਨਹੀਂ ਤੇਰੇ ਸਾਹਮਣੇ।
ਉਹ ਮੇਰੀ ਗੱਲ ਮੰਨ ਯਾਰ, ਜਨਾਨੀ ਨੂੰ ਮਾਫੀ ਮੰਗਦਾ ਬੰਦਾ ਬਹੁਤ ਚੰਗਾ ਲੱਗਦਾ ਈ। ਤੂੰ ਸਾਰੀ ਉਮਰ ਕਹੀ ਜਾ ਕੇ ਮੇਰਾ ਚੱਕਰ ਨਹੀਂ, ਪਰ ਭਾਬੀ ਦੇ ਦਿਲੋਂ ਸ਼ੱਕ ਨਹੀਂ ਜਾਣਾ, ਸਮਝ ਗਿਆ? ਤੇ ਇੱਕ ਵਾਰ ਜਦੋਂ ਸਾਹਮਣੇ ਤੂੰ ਝੂਠਾ ਮੂਠਾ ਚੱਕਰ ਮੰਨ ਗਿਆ, ਫਿਰ ਸਾਰਾ ਚੱਕਰ ਹੀ ਮੁੱਕ ਜਾਣਾ। ਪਰ ਮੈਂ ਡਰਨਾ ਯਾਰ, ਕੋਈ ਨਵਾਂ ਚੱਕਰ ਨਾ ਪੈ ਜੇ। ਮੈਨੂੰ ਤੇ ਅੱਗੇ ਚੱਕਰ ਆਉਣ ਦੇ, ਤੈਨੂੰ ਮੈਂ ਦੱਸਾਂ, ਮੈਨੂੰ ਤੇ ਸਮਝ ਨਹੀਂ ਆ ਰਹੀ ਕਿ ਕੀ ਚੱਕਰ ਪੈ ਰਿਹਾ ਯਾਰ ਮੈਨੂੰ। ਉਹ ਚੱਕਰ ਹੀ ਕੋਈ ਨਹੀਂ ਯਾਰ, ਤੂੰ ਪਰਵਾਹ ਨਾ ਕਰ, ਸਾਡੇ ਵੱਲ ਵੇਖ। ਓਏ ਰੋਜ਼ ਰਾਤੀ ਵੋਟੀ ਨੂੰ ਫੰਡ ਕੇ ਸਵੇਰੇ ਉੱਠ ਕੇ ਮਾਫੀ ਮੰਗ ਲਈਦੀ ਹੈ, ਅਗਲੀ ਹੱਸਦੀ ਹੱਸਦੀ ਮਾਫ ਕਰ ਦਿੰਦੀ ਹੈ। ਮੇਰੀ ਮਨ ਸ਼ੇਰ ਬਣ ਸ਼ੇਰ ਵੇਖ ਲਾ ਯਾਰ, ਕਿਤੇ ਕੱਚੀ ਅੱਗੇ ਨਾ ਮਰਵਾ ਦੀ, ਤੇਰੇ ਅੱਗੇ ਮਰਵਾ ਦਿੰਦੇ ਹੱਲਾ ਸ਼ੇਰੀਆਂ ਦੇ ਦੇ ਕੇ ਤੈਨੂੰ ਮੈਂ ਦੱਸਾਂ। ਚਲੋ ਖੈਰ, ਮਰਦੀ ਨੇ ਅੱਕ ਚੱਬਿਆ ਨੀ, ਮੈਂ ਹਾਰ ਕੇ ਛੜੇ ਨਾ ਲਾਈਆਂ। ਚੜ ਜਾ ਪੁੱਤਰਾ ਸੂਲੀ, ਲਾਲੀ ਭਲਾ ਕਰੇਗੀ। ਬੋ ਲਾਲੀ ਮਈਆ ਕੀ ਜੈ, ਗਲਤੀ ਮੰਨ ਤੇ ਮਾਫੀ ਲੈ ਖੂਨ। ਲਾਲੀ ਲਾਲੀ ਕੀ ਲੈਣਾ ਹੈ? ਆਪਣਾ ਹੱਕ। ਕਿਹੜਾ ਹੱਕ? ਵੇਖੋ ਜੀ, ਮਾਫੀ ਮੰਗਣ ਦਾ ਹੱਕ ਤੇ ਸਾਰਿਆਂ ਨੂੰ ਹੁੰਦਾ ਕਿ ਨਹੀਂ? ਕਿਸ ਕਿਸ ਗਲਤੀ ਦੀ ਮਾਫੀ ਮੰਗੋਗੇ ਤੁਸੀਂ? ਪਹਿਲੀ ਗਲਤੀ ਤੋਂ ਸ਼ੁਰੂ ਹੋ ਜਾਂਦੇ ਜਦੋਂ ਗਲਤੀਆਂ ਮੁੱਕ ਜਾਣ, ਦੱਸ ਦਿਓ। ਆਪਣਾ ਇਹ ਨਾਟਕ ਬੰਦ ਕਰੋ। ਕਸਮ ਰੱਬ ਦੀ ਲਾਲੀ, ਮੈਂ ਤੇਰੇ ਨਾਲ ਕਦੀ ਕੋਈ ਨਾਟਕ ਨਹੀਂ ਕੀਤਾ। ਹਾਲਾਂਕਿ ਤੂੰ ਦੇਖ ਲੈ, ਕਾਲਜ ਸਿਕੰਦਰ ਨਾਲ ਨਾਟਕ ਕਰਦੇ ਰਹੀ ਹੈ, ਜਿਹੜਾ ਕਲੱਬ ਸੀਨ ਕਰਕੇ ਦਿਖਾਇਆ ਸੀ ਕਿ ਮੈਂ ਤੇ ਤਰਸ ਗਈ ਸੀ ਰਮੇਸ਼ ਤੇ। ਤਾਂ ਹੀ ਤੁਸੀਂ ਮੈਨੂੰ ਰੀਅਲ ਲਾਈਫ 'ਚ ਸਿਕੰਦਰ ਦੇ ਨੇੜੇ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਕਿ ਮੈਨੂੰ ਬਦਨਾਮ ਕਰਕੇ ਤੁਸੀਂ ਆਜ਼ਾਦੀ ਨਾਲ ਗੁਲਸ਼ਰੇ ਉਡਾ ਸਕੋ। ਕਸਮ ਰੱਬ ਦੀ, ਮੈਂ ਕਿਸੇ ਆਜ਼ਾਦੀ ਨੂੰ ਜਾਣਦਾ ਹੀ ਨਹੀਂ, ਗੁਲਸ਼ਰੇ ਮੋਇਆ ਉਡਾਉਣੇ ਉਹਦੇ ਨਾਲ। ਹਾਂ ਹਾਂ, ਜਾਣਦੇ ਤਾਂ ਤੁਸੀਂ ਪੰਮੀ ਭੁੱਲਰ ਨੂੰ ਵੀ ਨੇ, ਹੈ ਨਾ? ਦੇਖ ਲਾਲੀ, ਅੱਜ ਮੈਂ ਤੇਰੇ ਨਾਲ ਝੂਠ ਨਹੀਂ ਬੋਲਾਂਗਾ। ਮੈਂ ਪੰਮੀ ਭੁੱਲਰ ਨੂੰ ਜਾਣਦਾ ਵੀ ਹਾਂ, ਔਰ ਮੇਰਾ ਉਹਦੇ ਨਾਲ ਚੱਕਰ ਵੀ ਸੀ। ਦੇਖ, ਮੇਰਾ ਇਹਦੇ 'ਚ ਕੋਈ ਕਸੂਰ ਨਹੀਂ ਸੀ। ਪੰਮੀ ਭੁੱਲਰ ਬੜੀ ਮੀਸਣੀ ਆ, ਮੀਸਣੀ ਮੇਰੇ 'ਤੇ ਡੋਰੇ ਪਾਉਂਦੀ ਸੀ। ਮੀਸਣੀ ਪੰਮੀ ਤੂੰ? ਮੈਂ ਕਿਹਾ ਜੇ ਕੋਈ ਹੋਰ ਡੋਰੇ ਰਹਿ ਗਏ ਸੀ ਤਾਂ ਉਹ ਵੀ ਪਾ। ਮੈਂ ਤੁਹਾਡੇ 'ਤੇ ਡੋਰੇ ਪਾਉਂਦੀ ਸੀ? ਮੈਂ ਕਦੋਂ ਪਾਏ ਸੀ ਮੈਂ ਤੁਹਾਡੇ 'ਤੇ ਡੋਰੇ? ਤੁਹਾਨੂੰ ਸ਼ਰਮ ਨਹੀਂ ਆਉਂਦੀ ਮੇਰੇ 'ਤੇ ਇਲਜ਼ਾਮ ਲਾਉਂਦੀ? ਮੇਰਾ ਤੇ ਤੁਹਾਡਾ ਚੱਕਰ ਸੀ। ਨਹੀਂ, ਬਿਲਕੁਲ ਨਹੀਂ। ਨਹੀਂ? ਹਾਂ ਬਿਲਕੁਲ ਸੀ। ਸੀ? ਨਹੀਂ ਨਹੀਂ ਨਹੀਂ, ਬਿਲਕੁਲ ਨਹੀਂ। ਨਹੀਂ? ਹਾਂ ਹਾਂ ਨਹੀਂ। ਹਾਂ ਹਾਂ ਕਿ ਨਾ? ਹਾਂ ਹਾਂ ਨਾ। ਮੈਂ ਸਭ ਨਾਟਕ ਕਰ ਰਿਹਾ ਸੀ ਤੈਨੂੰ ਖੁਸ਼ ਕਰਨ ਵਾਸਤੇ। ਵੇਖਿਆ ਦੀਦੀ, ਹੁਣੇ ਤਾਂ ਕਸਮਾ ਖਾ ਰਹੇ ਸੀ ਕਿ ਮੈਂ ਕਦੀ ਤੁਹਾਡੇ ਨਾਲ ਨਾਟਕ ਨਹੀਂ ਕਰਦਾ, ਤੇ ਹੁਣ ਆਪ ਕਹਿ ਰਹੇ ਨੇ ਕਿ ਮੈਂ ਨਾਟਕ ਕਰ ਰਿਹਾ। ਦੇਖ ਲਾਲੀ, ਮਰ ਗਈ ਲਾਲੀ, ਖਬਰਦਾਰ ਚੌਪੀ ਗੰਦੀ ਜ਼ਬਾਨ ਤੋਂ ਮੇਰਾ ਨਾਮ ਲਿਆ ਤਾਂ। ਲਾਲੀ, ਟ੍ਰਾਈ ਟੂ ਅੰਡਰਸਟੈਂਡ ਲਾਲੀ, ਦੇਖ ਮੇਰੀ ਅੱਖਾਂ ਤੋਂ ਦੂਰ ਚਲੀ ਜਾ, ਨਹੀਂ ਤਾਂ ਮੈਂ ਆਪਣੀ ਜਾਨ ਦੇ ਦਿਆਂਗੀ। ਵਾਹ ਭਾਬੀ ਵਾਹ, ਕਿਆ ਸਲਾਹ ਦਿੱਤਾ ਹੈ ਇਸ ਰੱਬ ਵਰਗੇ ਬੰਦੇ ਦੀ ਮੁਹੱਬਤ ਦਾ, ਵਫਾਦਾਰੀ ਦਾ। ਰਹਿਣ ਦਿਓ ਲੱਕੀ ਭਾਜੀ, ਤੁਸੀਂ ਇਹਨਾਂ ਨੂੰ ਨਹੀਂ ਜਾਣਦੇ। ਜਿੰਨਾ ਮੈਂ ਇਹਨੂੰ ਜਾਣਦਾ ਨਾ ਭਾਬੀ, ਉਹਨਾਂ ਜਾਣਨ ਤੋਂ ਬਾਅਦ ਤਾਂ ਇਸ ਸ਼ਖਸ ਦੀ ਤੂੰ ਰੋਜ਼ ਵੀ ਪੂਜਾ ਕਰੇ ਨਾ ਤਾਂ ਵੀ ਘੱਟ। ਪਰ ਉਹ ਵਕੀਲ ਜਿਹੜਾ ਮੈਨੂੰ ਦੱਸ ਕੇ ਗਿਆ, ਉਹ ਵਸੀਅਤ ਮੇਰੇ ਸਾਹਮਣੇ ਲਿਖੀ ਗਈ ਸੀ। ਪਾਈ ਪਾਈ ਤੇਰੇ ਨਾਮ ਲਿਖਣ ਤੋਂ ਬਾਅਦ ਮੋਹਾਲੀ ਦਾ ਇੱਕ ਨਿੱਕਾ ਜਿਹਾ ਪਲਾਟ ਇਹ ਕਹਿ ਕੇ ਪੰਮੀ ਦੇ ਨਾਮ ਕੀਤਾ ਗਿਆ ਸੀ ਕਿ ਪੰਮੀ ਇੱਕ ਮਾਸੂਮ ਜਿਹੀ ਕੁੜੀ ਹੈ ਜਿਹੜੀ ਮੈਨੂੰ ਆਪਣੀ ਛੋਟੀ ਭੈਣ ਵਰਗੀ ਲੱਗਦੀ ਹੈ। ਮੇਰੇ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਇਸ ਪੈਸੇ ਨਾਲ ਇਸ ਪੰਮੀ ਦਾ ਕਿਤੇ ਘਰ ਵਸਾਤਾ ਜਾਏ ਜਾਂ ਇਹਨੂੰ ਕੋਈ ਕਾਰੋਬਾਰ ਖੋਲ੍ਹ ਕੇ ਦਿੱਤਾ ਜਾਏ। ਜੇ ਇਨਸਾਨੀਅਤ ਦਾ ਜਜ਼ਬਾ ਗੁਨਾਹ ਹੈ, ਮੇਰਾ ਇਹ ਯਾਰ ਸਭ ਤੋਂ ਵੱਡਾ ਗੁਨਾਹਗਾਰ। ਭਾਬੀ, ਜੋ ਸਜ਼ਾ ਤੇਰੇ ਮਨ ਚ ਆਏ ਮੈਨੂੰ ਦੇ। ਮੇਰੇ ਭੋਲਿਆ ਯਾਰਾ, ਜਾਂ ਤਾਂ ਤੇਰੇ ਵਰਗੇ ਬੰਦੇ ਹੀ ਇਸ ਦੁਨੀਆ ਦੀ ਮੇਜਦੇ ਨਹੀਂ, ਜਾਂ ਫਿਰ ਦੁਨੀਆ ਤੁਹਾਡੀ ਮੇਜਦੇ ਨਹੀਂ। ਲਾਲੀ, ਮੈਂ ਤੈਨੂੰ ਕਿਹਾ ਸੀ ਨਾ, ਮੈਂ ਜਾ ਰਿਹਾ ਘਰ ਛੱਡ ਕੇ। ਇੱਕ ਕਦਮ ਤਾਂ ਹੋਰ ਪੁੱਟ ਕੇ ਵੇਖੋ ਜੇ ਲਾਲੀ ਥਾਂ ਤੇ ਨਾ ਮਰ ਗਈ। ਲਾਲੀ, ਵਿੱਕੀ ਇਸ ਵੇਲੇ ਕਿਹਨੂੰ ਬ੍ਰੇਕ ਦੇਣ ਆਇਆ ਬਈ ਇਹ?
बंद करती ने अज पता लगा वो प्रोड्यूसर ही मर गया देखो जी सारे अरेंजमेंट हो चुके हैं घोड़ी बैंड बराती सब का इंतजाम हो चुका है इतों तक के वार के छटने वाली भान भी कट्ठी कर ली है इंतजाम किए सारे सारे काम आ गए एक चीज वेस्ट हो गई किसी का ध्यान ही नहीं चीज वेस्ट हो यार यार श्रद्धांजलि समारोह से मेरी लिखी हुई दर्द भिन्नी स्पीच तू तक आज गाना मैं गावांगा आपने लाली डाली सुनो मेरी वोटी दा मेरे नाली ब्याह